ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ ਤੁਸੀਂ ਦੇਖ ਰਹੇ ਹੋ ਪ੍ਰਾਈਮੇਸ਼ੀਆ ਟੀਵੀ ਮੈਂ ਗੁਰਪ੍ਰੀਤ ਸਿੰਘ ਸੰਧਵਾਲੀਆ ਤੁਹਾਡੇ ਨਾਲ ਤੇ ਤੁਸੀਂ ਕਹਿਣਾ ਕਿ ਯਾਰ ਬੰਦੇ ਕਦੀ ਸਟੂਡੀਓ ਚ ਹੁੰਦੇ ਆ ਕਦੀ ਸਟੂਡੀਓ ਤੋਂ ਬਾਹਰ ਹੁੰਦੇ ਆ ਇਹ ਕੋ ਜੀ ਕਰੀਏ ਕੀ ਜਿਵੇਂ ਜਿਵੇਂ ਠੰਡਿਆ ਉਸ ਹਿਸਾਬ ਨਾਲ ਲੋਕ ਦੇ ਲਗਾਉਂਦੇ ਕਦੀ ਸੱਜੇ ਕਦੀ ਖੱਬੇ ਉਹਨਾਂ ਦੀ ਕੋਸ਼ਿਸ਼ ਕਰੀਦੀ ਆ ਪਰ ਜਦੋਂ ਜਿਹੜਾ ਸਮਾਂ ਹੁੰਦਾ ਉਹ ਸਮੇਂ ਦੇ ਪ੍ਰਭਾਵ ਨਹੀਂ ਦੇ ਨਾਲ ਹਾਜ਼ਰੀ ਲਵਾ ਲਈਦੀ ਆ ਹੁਣ ਵੀ ਆਪਾਂ ਹਾਜ਼ਰ ਆਂ ਪ੍ਰੋਗਰਾਮ ਹੋਈ ਹੈ ਜੀ ਪ੍ਰਾਈਮ ਫੋਕਸ ਦੇ ਨਾਲ ਅਲੈਸ ਸਾਥੀ ਵੀ ਹੋਰੀ ਨੇ ਪਰਮੇਰ ਸਿੰਘ ਬਾਠ ਹੋਰੀ ਨੇ ਨਾਲ ਵੀ ਸਾਝ ਪਾ ਲਈ ਦੀਆਂ ਕੀ ਹਾਲ ਨੇ ਬਾਠਸਾ ਸ਼ਰਦੀ ਕਵਾਲ ਸੰਧਾਲੀਆ ਸਾਹਿਬ ਐਨ ਅਨੰਦਾਜੀ ਪੂਰਾ ਨਹੀਂ ਆਨੰਦ ਨੂੰ ਨਾ ਮੈਂ ਚਾਹੀਦਾ ਮਾਰੇ ਨਾਮ ਦੇ ਦੇਖੋ ਠੰਡ ਚ ਨਹੀਂ ਹੋਣਾ ਤੇ ਹੋਰ ਕਦੋਂ ਹੋਣਾ ਜਿਹੜੀ ਗੱਲ ਤੁਸੀਂ ਮੈਨੂੰ ਆ ਪ੍ਰੋਗਰਾਮ ਤੋਂ ਪਹਿਲਾਂ ਦੱਸੀ ਆ ਵੀ ਪਿੰਨੀਆਂ ਤੁਸੀਂ ਕੱਲ ਆਪ ਵੱਟੀਆਂ ਉਹ ਤਜਰਬਾ ਕਿੰਨਾ ਜ਼ਰਾ ਥੋੜਾ ਸਾਂਝਾ ਕਰੋ ਸੰਧਾਲੀਆ ਸਾਹਿਬ ਪਿੰਨੀਆਂ ਆਪ ਬਣਾਉਣ ਤੇ ਵੱਟਣ ਦਾ ਤਜਰਬਾ ਜਿਹੜਾ ਕਿਉਂਕਿ ਜਦੋਂ ਪਹਿਲੀ ਵਾਰੀ ਕੋਈ ਚੀਜ਼ ਕਰੀਏ ਹੁੰਦੀ ਤਾਂ ਕੱਚੀ ਪੱਕੀ ਜਈ ਹੈ ਪਰ ਜਦੋਂ ਬਾਹਰ ਉਹਨਾਂ ਨੂੰ ਖਿੜਕੀ ਦੇ ਵਿੱਚੋਂ ਬਾਹਰ ਨੂੰ ਬਾਰਿਸ਼ ਆ ਲੂ ਨੇ ਬਿਮਾਰੀ ਦੀ ਸੀ ਫਿਰ ਟੈਂਪਰੇਚਰ ਚੈੱਕ ਕਰੀਦਾ ਸੀ -30 -31 ਫਿਰ ਪਿੰਨੀਆਂ ਚ ਘੜਸ਼ੀ ਉਹ ਪੇਜ ਫਿਰਦੀ ਸੀਗਾ। ਮਤਲਬ ਇਹ ਲੱਗਾ ਹੋਣਾ ਵੀ ਜਿਵੇਂ ਦੀਆਂ ਬਹੁਤ ਹੀ ਸਵਾਦ ਆ ਬਾਹਰ ਦੇ ਹਿਸਾਬ ਨਾਲ ਹਨਾ। ਆ ਬਾਕੀ ਚਲੋ ਇਹ ਮੈਨੂੰ ਕਿਤੇ ਕਿਤੇ ਲੱਗਦਾ ਹੁੰਦਾ ਵੀ ਇਹ ਵੈਸੇ ਤਾਂ ਕੈਨੇਡਾ ਚਲੋ ਬਿਲਕੁਲ ਹੀ ਦੂਸਰੇ ਪਾਸੇ ਵੀ ਉੱਥੇ ਦਿਨ ਹੁੰਦਾ ਇੱਧਰ ਰਾਤ ਹੁੰਦੀ ਇੱਥੇ ਦਿਨ ਹੁੰਦਾ ਉੱਥੇ ਰਾਤ ਹੁੰਦੀ ਆ। ਪਰ ਗੱਦਿਆ ਵੀ ਜਿਹੜਾ ਮੌਸਮ ਹੈ ਉਹ ਮੈਨੂੰ ਲੱਗਦਾ ਲਗਭਗ ਬਰਾਬਰ ਨਹੀਂ। ਪੰਜਾਬ ਦੇ ਹਿਸਾਬ ਨਾਲ ਗੱਲ ਕਰ ਰਹੇ ਕਿਉਂਕਿ ਸੀਤ ਲਹਿਰੀ ਵੀ ਸਿੱਖ ਰਹੇ ਤੇ ਆ ਤੇ ਜੇ ਆਪਾਂ ਕੈਨੇਡਾ ਦੀ ਗੱਲ ਕਰ ਲਈਏ ਤੇ ਕੰਮ ਉੱਥੇ ਵੀ ਪੂਰਾ ਟਣਾ ਟਾਣਾ ਇਹ ਮੈਨੂੰ ਲੱਗਦਾ ਵੀ ਕਿਤੇ ਇਦਾਂ ਤਾਂ ਨਹੀਂ ਬਾਬਾ ਜੀ ਆਂਦੇ ਹੁਣ ਵੀ ਯਾਰ ਜਿਹੜੇ ਬੰਦੇ ਕਿਤੇ ਚਾਲੇ ਪਾ ਕੇ ਚਲੇ ਵੀ ਜਾਂਦੇ ਨੇ ਇੱਥੋਂ ਉੱਥੇ ਉੱਥੋਂ ਉੱਥੇ ਉਹ ਇਹਨਾਂ ਦਿਨਾਂ ਨੂੰ ਮਿਸ ਨਾ ਕਰਨ ਉਹਨਾਂ ਨੂੰ ਫੀਲਿੰਗ ਸੇਮ ਰਵੇ ਠੰਡ ਦੀ ਵੀ ਇਹ ਗੱਲ ਤੁਹਾਡੀ ਸੰਧਾਲੀ ਸਭ ਬਿਲਕੁਲ ਠੀਕ ਹੈ ਜੀ ਕਿਉਂਕਿ ਇੱਕੋ ਵੇਲੇ ਗਰਮੀਆਂ ਹੁੰਦੀਆਂ ਤੇ ਇੱਕੋ ਵੇਲੇ ਠੰਡ ਸਿਆਲ ਜਿਹੜੇ ਆਉਂਦੇ ਆ ਆ ਇਹ ਉਹ ਵੱਖਰੀ ਗੱਲ ਹੈ ਕਿ ਤੇ ਸਿਆਲ ਨੂੰ ਸਾਗ ਨਹੀਂ ਉਹਨਾਂ ਲੱਭ ਜਿੰਨਾ ਸਾਗ ਜਿਹੜਾ ਉਹ ਪੰਜਾਬ ਦੇ ਵਿੱਚ ਸਿਰਾਂ ਜ ਵਰਤਿਆ ਜਾਂਦਾ ਉਹ ਸਾਗ ਦੀ ਘਾਟ ਮਹਿਸੂਸ ਹੁੰਦੀ ਹੈ ਬਾਕੀ ਤਾਂ ਬੰਦੇ ਨੇ ਪੰਜਾਬ ਦੇ ਵਿੱਚ ਬਾਹਰ ਆ ਕੇ ਕਹਿਣਾ ਹੁੰਦਾ ਓਹੋ ਵੀ ਅੱਜ ਤਾਂ ਧੁੰਦ ਬੜੀ ਹੈ ਅੱਜ ਤਾਂ ਪਾਲਾ ਬੜਾ ਅੱਜ ਤਾਂ ਕੂੜਾ ਹੀ ਬੜਾ ਪਿਆ ਜਿਹੜਾ ਤੜਕੀ ਉੱਠ ਕੇ ਬਾਹਰ ਘੁੰਮ ਫਿਰ ਕੇ ਆ ਜਾਂਦਾ ਨਾ ਉਹਨੇ ਸਾਰੇ ਟੱਬਰ ਨੂੰ ਦੱਸਣਾ ਤੇ ਇੱਥੇ ਪਹਿਲਾ ਕੰਮ ਕੀ ਹੁੰਦਾ ਕਿ ਜਿਹੜਾ ਬੰਦਾ ਸਭ ਤੋਂ ਪਹਿਲਾਂ ਉੱਠ ਪਿਆ ਉਹਨੇ ਬੇਲ ਚਾਹ ਜਾਂ ਫੜ ਕੇ ਸਭ ਤੋਂ ਪਹਿਲਾਂ ਬਰਫ਼ ਪਰੇ ਕਰਨੀ ਹੈ ਬਾਕੀ ਗੱਲਾਂ ਬਾਅਦ ਵਿੱਚ ਇਹ ਕਦੀ ਦਿਮਾਗ 'ਚ ਨਹੀਂ ਆਇਆ WhatsApp ਕੇ ਵੀ ਇਹ ਜਿਹੜੀ برف ਆ ਜਿਹੜੀ ਕਿ ਹੁਣ ਤੁਸੀਂ ਚੋਕ ਕੇ ਪਾਸੇ ਕਰਦੇ ਹੋ ਵੀ ਇਹਦੀ ਲੋਡ ਨਹੀਂ ਤੇ ਕਦੀ ਮਤਲਬ ਪੰਜਾਬ ਦੇ ਵਿੱਚ ਉਹੋ ਹੀ برف ਇੰਨੀ ਇੰਪੋਰਟੈਂਟ ਹੁੰਦੀ ਸੀ ਵੀ ਜੇ ਮਤਲਬ ਹੱਟੀ ਤੋਂ ਲਿਆਉਂਦਿਆਂ ਲਿਆਉਂਦਿਆਂ ਤੁੱਕੇ ਵੱਧ ਕੇ ਰਜਣੇ ਤੇ ਐਂ ਜਾ ਆਪਣਾ ਬਿਆਰ ਉਹ 15 ਦੀ ਲਿਆਂਦੀ ਯਾਰ ਤਿੰਨਾ ਚੌਂਦੀ ਤੇ ਰਾਹ ਹੀ ਖੁਰਗੀ ਅਨੇ ਸਵੇ ਸਵੇ ਦੀਆਂ ਗੱਲਾਂ ਸੰਧਾਲੀਆਂ ਸਭ ਜੇਤਲ ਫਾਫੇ ਜਮੂਰੀ ਹੋਈ ਹੁੰਦੀ ਸੀ ਤਾਂ ਠੰਡੇ ਠਾਡੇ ਪਾਣੀ ਦੇ ਤੁੱਕੇ ਜਿਹੜੇ ਆ ਉਹ ਚਪਲ ਜਿਹੜੇ ਪੈਰ 'ਚ ਪਾਈ ਹੁੰਦੀ ਸੀ ਉਹ ਪੈਰ ਤੇ ਪੈਂਦੇ ਸੀ ਤਾਂ ਬੰਦੇ ਨੂੰ ਉਹ Pronto ਤਾ ਤਾ ਲੱਗਣਾ ਸਾਰਾ ਕੁਝ ਕਿਉਂਕਿ ਸੂਰਜ ਦੀ ਤਪਸ਼ ਹੁੰਦੀ ਸੀ ਤਾਂ ਪੈਰ ਠੰਡੇ ਹੋਈ ਜਾਣੇ ਕਈ ਰਿਉ ਬੁਖਾਰ ਦਾ ਕਾਰਨ ਵੀ ਬਣ ਜਾਂਦਾ ਹੈਗਾ ਹਾਂ ਪਹਿਲੋ ਬੁਖਾਰ ਦਾ ਕਾਰਨ ਦੇ ਫਿਲਹਾਲ ਪੋਲੀਟੀਕਲ ਲੀਡਰਾਂ ਦਾ ਆਪਸ ਦੇ ਵਿੱਚ ਬਣਿਆ ਪਿਆ ਕਿਉਂਕਿ ਇੱਕ ਪੋਲੀਟੀਕਲ ਪਾਰਟੀ ਕਹਿੰਦੀ ਵੀ ਇਹ ਹਿੰਦੂ ਜਿਆਨ ਬੁਖਾਰ ਚੜਾ ਦੇਣਾ ਦੂਸਰਿਆਂ ਦਾ ਜਵਾਬ ਸਾਹਮਣੇ ਆਉਂਦਾ ਵੀ ਅਸੀਂ ਇਹਨਾਂ ਨੂੰ ਬੁਖਾਰ ਚੜਾ ਦੇਣਾ ਹੁਣ ਦੇਖੋ ਵੀ ਕਿਨੂੰ ਬੁਖਾਰ ਚੜੂਗਾ ਕਿਨੂੰ ਨਹੀਂ ਚੜੂਗਾ ਕਿਉਂਕਿ ਜਿਹੜੀ ਚੀਜ਼ ਮੇਰਾ ਖਿਆਲ ਲੋਕ ਭੁੱਲ ਭੁਲਾ ਗਏ ਸੀ ਉਹ ਅਚਾਨਕ ਹੁਣ ਖਬਰਾਂ ਦੇ ਵਿੱਚ ਆ ਗਈ ਤੇ ਚਰਚਾ ਉਦੋਂ ਚੱਲੀ ਸੀ ਜਦੋਂ ਪੰਜਾਬ ਦੇਸ ਵਾਲੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹ ਰਾਣੀ ਲੁਧਿਆਣੇ ਰੱਖ ਲਈ ਸੀ ਇੱਕ ਡਿਬੇਟ ਤੇ ਉਸ ਡਿਬੇਟ ਚ ਪਹੁੰਚਿਆ ਤੇ ਕੋਈ ਨਹੀਂ ਸੀ ਪਰ ਮੁੱਖ ਮੰਤਰੀ ਸਾਹਿਬ ਆਪ ਹੀ ਬੋਲੇ ਸੀ ਤੇ ਬੋਲਦਿਆਂ ਬੋਲਦਿਆਂ ਉਹਨਾਂ ਨੇ ਕੁਝ ਐ ਖੁਦੀਆਂ ਗੱਲਾਂ ਕਰ ਦਿੱਤੀਆਂ ਅਸੀਂ ਜਿਹੜੀ ਚੀਜ਼ ਦੇ ਉੱਪਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਉਦੋਂ ਕਿਹਾ ਸੀ ਵੀ ਆਹ ਜੋ ਕੁਝ ਕਿਹਾ ਮਾਨ ਸਾਹਿਬ ਇਹ ਤੁਸੀਂ ਠੀਕ ਨਹੀਂ ਕਿਹਾ ਜਾਂ ਤਾਂ ਤੁਸੀਂ ਮਾਫੀ ਮੰਗ ਲਓ ਨਹੀਂ ਤੇ ਮੈਂ ਮਾਨਾ ਨਹੀਂ ਦਾ ਕੇਸ ਕਰਨਾ ਉਦੋਂ ਭਗਵੰਤੂਆ ਸਾਹਿਬ ਨੇ ਕਿਹਾ ਸੀ ਵੀ ਮੈਂ ਕੋਈ ਮਾਫੀ ਨਹੀਂ ਮੰਗਣੀ ਤੁਸੀਂ ਕੇਸ ਹੀ ਕਰ ਲਓ ਉਸ ਚੀਜ਼ ਨੂੰ ਹੁਣ ਵਾਵਾ ਟਾਈਮ ਲੰਘ ਗਿਆ ਮੇਰਾ ਖਿਆਲ ਜੇ ਨੂੰ ਗਲਤ ਨਹੀਂ ਤੇ ਢਾਈ ਮਹੀਨੇ ਲੰਘੇ ਨੇ ਦੋ ਢਾਈ ਮਹੀਨੇ ਤੇ ਇੰਨੇ ਚਿਰ ਦੇ ਵਿੱਚ ਲੋਕਾਂ ਨੂੰ ਚੇਤਾ ਭੁੱਲ ਗਿਆ ਸੀ ਵੀ ਹੁਣ ਕਿੰਨੇ ਕੇਸ ਕਰਨਾ ਪਰ ਇਦਾਂ ਜਾਂਦਾ ਵੀ ਉਦੋਂ ਦੀ ਪ੍ਰੈਪਰੇਸ਼ਨ ਤੋਂ ਬਾਅਦ ਹੁਣ ਫਾਈਨਲੀ ਮੁਕਸਰ ਦੀ ਕੋਰਟ ਦੇ ਵਿੱਚ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਉਹ ਜਿਹੜਾ ਮਾਣਾ ਨਹੀਂ ਦਾ ਕੇਸ ਕਰ ਦਿੱਤਾ ਤੇ ਨਾਲ ਉਹਨਾਂ ਨੇ ਦਾਵਾ ਕਰਤਾ ਕਿ ਵੀ ਇੱਥੇ ਇਸ ਕੋਰਟ ਦੇ ਵਿੱਚ ਲਿਆ ਕੇ ਤੇ ਭਗਵੰਤ ਸਿੰਘ ਮਾਨ ਹੋਰਾਂ ਦੇ ਕੋਲੋਂ ਆਪਾਂ ਮਾਫੀ ਮੰਗਾਉਣੀ ਤਾਂ ਜੋ ਕੱਲ ਨੂੰ ਮਤਲਬ ਉਹ ਇਹੋ ਜਿਹੀ ਗੱਲ ਨਾ ਕਰ ਸਕਣ ਪਰ ਦੂਜੇ ਪਾਸੇ ਭਗਵੰਤ ਸਿੰਘ ਮਾਨ ਬਰ ਨੇ ਕਿਹਾ ਮੈਂ ਤੇ ਉਡੀਕਦਾ ਅਸਾਂ ਚੰਗਾ ਕੀਤਾ ਤੁਸੀਂ ਆਹ ਕੰਮ ਕਰ ਲਿਆ ਹੁਣ ਮੈਂ ਜੱਜ ਨੂੰ ਕਹਿ ਕੇ ਤੇ ਹਰੇਕ ਹਫਤੇ ਤਰੀਕ ਪਵਾਇਆ ਕਰਨੀ ਆ ਇਹ ਜਿੱਦਰ ਨੂੰ ਕੰਮ ਚੱਲ ਪਿਆ ਮੈਨੂੰ ਲੱਗਦਾ ਵੀ ਆਉਂਦੇ 2 4 6 ਮਹੀਨੇ ਦੇ ਪੰਜਾਬ ਦੇ ਲੋਕਾਂ ਨੂੰ ਚੰਗੀ ਰੌਣਕ ਦਿਖਾਉਣਗੇ ਲੀਡਰ ਕਿ ਨਹੀਂ ਮਾਫੀ ਆਮ ਲੋਕਾਂ ਦੇ ਲਈ ਔਖੀ ਹੁੰਦੀ ਐ ਸੰਧਾਲੀ ਐਸੈਂਬਲੀ ਲੀਡਰਾਂ ਦੇ ਲਈ ਔਖੀ ਨਹੀਂ ਮੈਂ ਨਹੀਂ ਕਿਹਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਨੇ ਇਸ ਕੇਸ ਦੇ ਵਿੱਚ ਮਾਫੀ ਮੰਗਣੀ ਆ ਜਾਂ ਛੇਤੀ ਮੰਗ ਲੈਣੀ ਆ ਨਹੀਂ ਕੇਰੀਵਾਲ ਸਾਹਿਬ ਨੇ ਕਰੀ ਇਤਨੀ ਅਮਰਸਰ ਦੀ ਅਦਾਲਤ ਵਿੱਚ ਮਾਫੀ ਮੰਗੀ ਸੀ ਤੇ ਅੱਜ ਤੱਕ ਕਰਵਿੰਦ ਕੇਰੀਵਾਲ ਦੀ ਕਿਹੜਾ ਕਿਸ ਨੇ ਫੀਤੀ ਲਾ ਲਈ ਹੈ ਉਸ سے ਮਾਫੀ ਤੋਂ ਬਾਅਦ ਹੀ 92 ਬਨਵੇਂ ਸੀਟਾਂ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ ਮਿਲੀਆਂ ਸਿਆਸੀ ਤੌਰ ਦੇ ਉੱਤੇ ਬਹੁਤ ਕੁਝ ਹੁੰਦਾ ਮੈਂ ਨਹੀਂ ਕਹਿਣਾ ਕਿ ਨਾ ਕਿਸਾਂ ਦਾ ਆਪਸ ਵਿੱਚ ਸੰਸਦ ਆਸ ਕੁਬੀਤ ਸਿੰਘ ਬਾਦਲ ਸਾਹਿਬ ਨੇ ਵੀ ਆਪਣੀ ਪਾਰਟੀ ਦੇ ਲੀਡਰਾਂ ਤੋਂ ਮਾਫੀ ਮੰਗੀ ਪਿੱਛੇ ਆਰਚ ਕਿ ਭਾਈ ਜੇ ਮੇਰੇ ਕੋਲ ਕੋਈ ਗਲਤ ਕਿਹਾ ਗਿਆ ਜਾਂ ਸਾਡੇ ਕੋਲ ਕੋਈ ਗਲਤ ਹੋ ਗਿਆ ਤਾਂ ਮਾਫੀ ਚਾਹੁੰਦੇ ਹਾਂ ਤੁਸੀਂ ਆਓ ਵਾਪਸ ਆਪਾਂ ਇਕੱਠੇ ਬੈਠੇ ਇਹਦੇ ਤੋਂ ਬਿਨਾਂ ਵੀ ਆ ਪਿੱਛੇ ਦੇ ਲਵੜਿੰਗ ਸਾਹਿਬ ਦਾ ਇੱਕ ਕੇਸ ਸੀ ਬੁਰਿੰਗ ਸਾਹਿਬ ਤੋਂ ਵੀ ਇੱਕ ਅਕਾਲੀ ਦਲ ਦੇ ਲੀਡਰ ਯਾ ਤੁਸੀਂ ਸਾਹਮਣੇ ਮਾਫੀ ਮੰਗੀ। ਯਾਨੀ ਮਾਫੀ ਮੰਗਣ ਨਾਲ ਛੋਟਾ ਨਹੀਂ ਹੁੰਦਾ ਪਹਿਲੀ ਗੱਲ ਇਹ ਹੈ ਕਿ ਜੇ ਕੋਈ ਗਲਤ ਗੱਲ ਜਿਹੜੀ ਉਹ ਕਹਿ ਰਹੀ ਹੋਵੇ। ਪਰ ਇੱਥੇ ਪੇਚਾ ਫਸ ਗਿਆ। ਹੰਦਾਂ ਨੂੰ ਪਤਾ ਕਿ ਚੜਾਉਣ ਵੇਲੇ ਆ ਆਪਾਂ ਲਿਆਂਦੀ ਐ ਕਿ ਡੋਰ ਸਪੈਸ਼ਲ ਬਣਵਾ ਕੇ ਸ਼ੀਸ਼ਾ ਲਵਾ ਕੇ ਐਤਕੀ ਨਹੀਂ ਆਪਣਾ ਪਤੰਗ ਕੱਟਿਆ ਜਾਂਦਾ। ਐਤਕੀ ਤਾਂ ਡੈਕ ਲਾ ਕੇ ਕੋਠੇ ਤੇ ਰੱਖ ਕੇ ਉੱਚੀ-ਉੱਚੀ ਗਾਣੇ ਵਜਾ ਕੇ ਤੇ ਫਿਰ ईद ਕੀ ਪਤੰਗ ਚੜਾਉਣੇ ਆ ਸਾਰੇ ਪਿੰਡਾਂ ਚ ਸਾਰੇ ਮਹੱਲੇ ਦੇ ਪਤੰਗ ਘਟਣੇ ਆ ਜੇ ਚੇਤਾ ਹੋਵੇ ਪ੍ਰਾਈਮੇਰੀ ਸ਼ਾ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਕਿ ਜਦੋਂ ਮਾਨਯੋਗ ਸੁਪਰੀਮ ਕੋਰਟ ਭਾਰਤ ਨੇ ਆਖਿਆ ਸੀ ਕਿ ਪਾਈ ਨਹਿਰ ਤਾਂ ਬਣਾਉਣੀ ਪਊਗੀ ਪੰਜਾਬ ਵਾਲੇ ਪਾਸੇ ਉਹ ਕੇਂਦਰ ਸਰਕਾਰ ਦੇ ਨੁਮਾਇੰਦੇ ਜਾਣਗੇ ਜਾ ਕੇ ਵੇਖਣਗੇ ਕਿ ਉੱਥੇ ਨਹਿਰ ਕਿੰਨੀ ਕੁ ਬਣੀ ਆ ਕਿੰਨੀ ਕੁ ਨਹੀਂ ਬਣੀ ਤੇ ਪੰਜਾਬ ਸਰਕਾਰ ਉਹਨਾਂ ਨੂੰ ਸਿਕਿਉਰਿਟੀ ਦੋ ਫੇਰ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰ ਨੇ ਕਿਹਾ ਸੀ ਉਹ ਕਹਿੰਦੇ ਜੀ ਸਾਰੀਆਂ ਪਾਰਟੀਆਂ ਨੇ ਸਾਡੀ ਪਾਰਟੀ ਤੋਂ ਬਿਨਾ ਪੰਜਾਬ ਨਾਲ ਧੋਖਾ ਕੀਤਾ ਆਜਾਓ ਫਿਰ ਕੱਚਾ ਚਿਠਾ ਖੋਲਦੇ ਆਂ ਥੋੜਾ ਮੈਂ ਇਕੱਲੇ ਇਕੱਲੇ ਦੀ ਗੱਲ ਉੱਥੇ ਦੱਸਣੀ ਆ ਤੇ ਤੁਸੀਂ ਆਪਣਾ ਪੱਖ ਰੱਖ ਲਿਓ ਪਹਿਲਾਂ ਟਾਗੋਰ تھیਟਰ ਬੁੱਕ ਕਰਦੀ ਗੱਲ ਚੱਲੀ ਸੀ ਟਾਗੋਰ تھیਟਰ ਵਾਲਿਆਂ ਨੇ ਕਹਿਤਾ ਸੀ ਕਿ ਅਸੀਂ ਇੱਥੇ ਪੋਲਿਟਿਕਲ ਮੋਟਿਵ ਦੀ ਕੋਈ ਗੱਲਬਾਤ ਨਹੀਂ ਹੋਣ ਦਿੰਦੇ ਭਾਈ ਇਹ ਤਾਂ ਹੋਰ ਸਰਕਰਮੀਆਂ ਦੇ ਲਈ ਜਗ੍ਹਾ ਬਣਾਈ ਗਈ ਹੈ ਫਿਰ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਡਾਕਟਰ ਮਨੂਨ ਸਿੰਘ ਆਡੀਟੋਰੀਅਮ ਬੁੱਕ ਹੋਇਆ ਕੁਰਸੀਆਂ ਲਗੀਆਂ ਪੰਜ ਵਿਚਾਰੇ ਵਾਲੀ ਕੁਰਸੀ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਦੀ ਇੱਕ ਕੁਰਸੀ ਬੜਿੰਗ ਸਾਹਿਬ ਦੀ ਇੱਕ ਪ੍ਰਤਾਪ ਸਿੰਘ ਬਾਜਵਾ ਸਾਹਿਬ ਦੀ ਇੱਕ ਸੁਨੀਲ ਜਾਖੜ ਸਾਹਿਬ ਦੀ ਤੇ ਬਾਕੀ ਚਾਰੇ ਕੁਰਸੀਆਂ ਖਾਲੀ। ਭਗਵੰਤਮਨ ਸਾਹਿਬ ਇਕੱਲੇ ਹੀ ਬੈਠੇ। ਵੈਸੇ ਹੀ ਕੋਦੋ ਇਹ ਵੀ ਰੌਲਾ ਰੱਪਾ ਵੈਸੇ ਕਿ ਆਮ ਲੋਕਾਂ ਨੂੰ ਤਾਂ ਜਾਣ ਹੀ ਨਹੀਂ ਦਿੱਤਾ ਆਪਣੇ ਬੰਦੇ ਬਿਠਾ ਰੇ। ਪ੍ਰਤਾਪ ਸਿੰਘ ਬਾਜਪਾ ਸਾਹਿਬ ਨੇ ਕਈ ਦਿਨ ਕਿਹਾ ਸੀ ਕਿ ਸਾਨੂੰ ਦੱਸੋ ਦੱਸੇ ਅਸੀਂ ਕਿੰਨੇ ਬੰਦੇ ਆਪਣੇ ਨਾਲ ਲੈ ਜਾ ਸਕਦੇ ਹਾਂ ਕੁਝ ਦੱਸਿਆ ਪੁੱਛਿਆ ਨਹੀਂ ਸੀ ਗਿਆ ਉਹ ਆਪਣੇ ਆਪ 'ਚ ਇੱਕ ਵੱਖਰਾ ਵਿਵਾਦ ਹੈ ਵੱਖਰਾ ਇਸ਼ੂ ਹੈ। ਉਸ ਦਿਨ ਫਿਰ ਪ੍ਰੈਜੈਂਟੇਸ਼ਨ ਵੀ ਡਿਜੀਟਲੀ ਪੇਸ਼ ਕੀਤੀ ਸੀ ਭਗਵੰਤਮਨ ਸਾਹਿਬ ਨੇ। ਘੰਟਾ ਲਾਇਆ ਸੀ ਉਹਨਾਂ ਨੇ ਚੰਗਾ। ਫਿਰ PDF ਵੀ ਪੰਜਾਬ ਦੇ ਲੋਕਾਂ ਨੂੰ ਭੇਜੀ ਸੀ ਕਿ ਆਹ ਦੇਖ ਲੋ। ਉਸ ਗੱਲ ਉਹਨਾਂ ਨੇ ਕਾਂਗਰਸੀਆਂ ਦੇ ਵੀ ਦੋਸ਼ ਲਾਏ ਸਾਰਿਆਂ ਤੇ ਦੋਸ਼ ਲਾਏ ਪਰ ਦੁਨੀਆ ਤੋਂ ਜਾ ਚੁੱਕੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਸਭ ਤੋਂ ਵੱਧ ਉਹਨਾਂ ਨੇ ਤਵਾਂ ਲਾਇਆ ਸੀ ਮੈਂ ਫੇਰ ਕਲੀਅਰ ਕਰ ਦਿਆਂ ਕਿ ਜਿਹੜੀ ਵੀ ਗੱਲਬਾਤ ਅਸੀਂ ਕਰ ਰਹੇ ਹਾਂ ਉਸ ਦਿਨ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਨੇ ਜੋ ਕੁਝ ਆਖਿਆ ਸੀ ਉਹਦੇ ਆਧਾਰ ਤੇ ਉੱਤੇ ਕਹਿ ਰਹੇ ਹਾਂ ਅਸੀਂ ਆਪਣੇ ਕੋਲੋਂ ਨਹੀਂ ਕੁਝ ਵੀ ਕਹਿ ਰਹੇ ਉਸ ਦਿਨ ਜਿਹੜੀ ਸਭ ਤੋਂ ਗੱਲਬਾਤ ਵਿੱਚ ਪ੍ਰਸਿੱਧ ਹੋਈ ਸੀ ਚਰਚਾ ਦਾ ਵਿਸ਼ਾ ਬਣੀ ਸੀ ਵਿਵਾਦ ਦਾ ਕਾਰਨ ਬਣੀ ਸੀ ਉਸੀ ਬਾਲਾਸਰ ਫਾਰਮ ਨੂੰ ਜਾਂਦੀ ਨਹਿਰ। ਮੁੱਖ ਮੰਤਰੀ ਸਾਹਿਬ ਨੇ ਕਿਉਂਕਿ ਲਾਈਵ ਸੀ ਸਾਰਾ ਕੁਝ। ਉਹਨਾਂ ਤਾਂ ਹੈ ਹੀ ਨਹੀਂ ਸੀ ਸਾਰੀ ਦੁਨੀਆ ਵੇਖਿਆ। ਮੁੱਖ ਮੰਤਰੀ ਸਾਹਿਬ ਨੇ ਉਸਦੇ ਨੇ ਆਖਿਆ ਸੀ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇ ਕੇ ਪੰਜਾਬ ਦੇ ਹਿੱਤਾਂ ਦੇ ਖਿਲਾਫ ਸਮਝੌਤਾ ਕਰਕੇ ਬਾਦਲਾ ਨੇ ਆਪਣੇ ਬਾਲਾਸਰ ਫਾਰਮ ਨੂੰ ਨਹਿਰ ਦਾ ਪਾਣੀ ਲਵਾਇਆ ਤੇ ਉਹ ਕਹਿੰਦੇ ਸੀ ਉੱਥੋਂ ਸੁਆ ਨਿਕਲਦਾ ਨਹਿਰ ਨਿਕਲਦੀ ਹੈ ਤੇ ਜਿਹੜੀ ਸਿੱਧੀ ਬਾਲਾਸਰ ਫਾਰਮ ਦੇ ਵਿੱਚ ਜਾ ਕੇ ਖਤਮ ਹੋ ਜਾਂਦੀ ਉਹ ਨਹਿਰ ਸਿਰਫ ਤੇ ਸਿਰਫ ਤੋਹਫੇ ਵਜੋਂ ਬਾਦਲਾ ਨੂੰ ਚੌਧਰੀ ਦੀ ਅਬੀਲਾ ਨੂੰ ਫਰਾਨੀ ਇਸ ਕਰਕੇ ਦਿੱਤੀ ਸੀ ਕਿ ਭਾਈ ਤੁਸੀਂ ਪੰਜਾਬ ਦਾ ਪਾਣੀ ਹਰੇੜੇ ਨੇ ਦਿੱਤਾ। ਕਈ ਕੁ ਸਾਖਿਆ ਸੀ ਉਸਦੇ। ਤੇ بار بار ਉਹਨਾਂ ਨੇ ਬਾਦਲਾ ਦਾ ਨਾ ਲਿਆ ਸੀ। ਤੇ pront ਬਾਤ ਜਦੋਂ ਇਹ ਕੰਮ ਮੁੱਕ ਗਿਆ ਕਿਉਂਕਿ ਪੰਜਾਬ ਦੀ ਲੋਕਾਂ 'ਚ ਚਰਚਾ ਚੱਲ ਪਈ ਨਾ ਉਦੋਂ ਅਕਾਲੀ ਦਲ ਨੇ ਇਹ ਕਹਿਣ ਲੱਗ ਪਿਆ ਸੀ ਪੰਜਾਬ ਦੇ ਲੋਕਾਂ ਨੂੰ ਕਿ ਅਸੀਂ ਇੱਕੋ ਇੱਕ ਖੇਤਰੀ ਪਾਰਟੀ ਆ। ਅਸੀਂ ਇੱਕੋ ਇੱਕ ਪੰਜਾਬ ਹਤੈਸ਼ੀ ਪਾਰਟੀ ਆ। ਬਾਕੀ ਸਾਰੀਆਂ ਕੌਮੀ ਪਾਰਟੀਆਂ ਨੇ ਉਹ ਕੌਮੀ ਪਾਰਟੀਆਂ ਨੂੰ ਹੁਕਮ ਹਾਈ ਕਮਾਂਡ ਦਿੰਦੀ ਹੈ। ਉਹ ਪੰਜਾਬ ਦੇ ਫੈਸਲੇ ਪੰਜਾਬ ਦੇ ਹਸਾਬ ਨਾਲ ਸੋਚ ਕੇ ਪੰਜਾਬ 'ਚ ਬੈਠ ਕੇ ਨਹੀਂ ਕਰਦੇ। ਕੱਲੇ ਅਸੀਂ ਉਹ ਕਰਦੇ ਅਸੀਂ ਆ ਪੰਜਾਬ ਪੱਖੀ ਇਸ ਕਰਕੇ ਸਾਨੂੰ ਪਾਇਓ ਵੋਟਾਂ ਇਹ ਲੋਕ ਇੱਕਦਮ ਸੋਚਣ ਲੱਗ ਪਏ ਸੀ ਕਿ ਪਾਈਏ ਤਾਂ ਅੰਦੇ ਸੀ ਕੱਲ੍ਹੇ ਸੀ ਪੰਜਾਬ ਪੱਖੀ ਆ ਤੇ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਸਾਰੀਆਂ ਗੱਲਾਂ ਕਹੀਆਂ ਜੇ ਸੱਚ ਆ ਤਾਂ ਫਿਰ ਕਿੱਧਰ ਨੂੰ ਚਾਹੀਏ ਸੋਦਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਪ੍ਰਤੀਕਿਰਿਆ ਉਸੇ ਵੇਲੇ ਆਈ ਡਾਕਟਰ ਦਿਲਜੀਤ ਸਿੰਘ ਚੀਮਾ ਸਾਹਿਬ ਦੇ ਨਾਲ ਆਪਾਂ ਗੱਲਬਾਤ ਵੀ ਕੀਤੀ ਸੀ ਉਸੇ ਦਿਨ ਹੀ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਉਹਦੋਂ ਕਿਹਾ ਸੀ ਕਿ ਦੇਣ ਦਿੱਤੇ ਪੰਜ ਮੁੱਖ ਮੰਤਰੀ ਸਾਹਿਬ ਤੁਸੀਂ ਬੋਲਿਆ ਝੂਠ ਤੁਸੀਂ ਬੋਲਿਓ ਗਲਤ ਤੁਸੀਂ ਬੋਲਿਓ ਤੱਥਾਂ ਤੋਂ ਪਰੇ ਜਾ ਕੇ ਤੇ ਇਸ ਕਰਕੇ ਮਾਫੀ ਮੰਗ ਲਓ ਨਹੀਂ ਤਾਂ ਮੈਂ ਮਹਾਰਾਣੀ ਦਾ ਕੇਸ ਕਰਨਾ ਮੁੱਖ ਮੰਤਰੀ ਸਾਹਿਬ ਨੇ ਮਿੰਟ ਪੰਜ ਲਾਏ ਸੀ ਉਦੋਂ ਉਹ ਕਹਿੰਦੇ ਮਾਫੀ ਮਾਫੀ ਕੋਈ ਨਹੀਂ ਬੋਲੀ ਕੇਸ ਹੀ ਕਰ ਲਓ ਤੁਹਾਡੀ ਗੱਲ ਠੀਕ ਹੈ ਫਿਰ ਉਹਦੇ ਤੋਂ ਬਾਅਦ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਲੋਕਾਂ ਨੂੰ ਚੇਤਾ ਭੁੱਲ ਗਿਆ ਪਰ ਪੱਤਰਕਾਰਾਂ ਨੂੰ ਏਸੀ ਭੁੱਲਿਆ ਪਾਰਟੀ ਪੱਧਰ ਤੇ ਨਹੀਂ ਸੀ ਭੁੱਲਿਆ ਹੁਣ ਜੇ ਕੋਈ ਅਖੇ 2.5 ਮਹੀਨੇ ਕਿਉਂ ਲਾਏ ਦੇਖੋ ਹਰ ਚੀਜ਼ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਪ੍ਰਕਿਰਿਆ ਦੇ ਕੁਝ ਸਟੈਪ ਹੁੰਦੇ ਆ ਕੁਝ ਕਦਮ ਹੁੰਦੇ ਆ ਕੁਝ ਪੜਾ ਹੁੰਦੇ ਆ ਇਹਦੇ ਵਿੱਚ ਇੱਕ ਪੜਾ ਪਹਿਲਾਂ ਤੇ ਇਹ ਹੁੰਦਾ ਕਿ ਵਕੀਲ ਸਾਹਿਬ ਦੇ ਰਾਹੀਂ ਕਾਨੂੰਨੀ ਨੋਟਿਸ ਭੇਜ ਕਿ ਭਾਈ ਨੇ ਤਾਂ ਅਸੀਂ ਕੇਸ ਕਰਨ ਲੱਗੇ ਆ ਤੁਹਾਨੂੰ ਕਾਨੂੰਨੀ ਨੋਟਿਸ ਭੇਜਿਆ 15 ਦਿਨਾਂ ਚ 20 ਦਿਨਾਂ ਚ ਹਫਤੇ ਜਾਂ 30 ਦਿਨਾਂ ਦੇ ਵਿੱਚ ਸਾਨੂੰ ਤੁਸੀਂ ਜਵਾਬ ਦੇ ਦਿਓ ਮਾਫੀ ਮੰਗ ਲਓ ਨਹੀਂ ਤਾਂ ਅਸੀਂ ਅਦਾਲਤ ਤੇ ਚੱਲੇ ਮੈਨੂੰ ਲੱਗਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਆਪਣੇ ਵਕੀਲਾਂ ਦੇ ਰਾਹੀਂ ਉਸ ਪ੍ਰਕਿਰਿਆ ਦੇ ਵਿੱਚ ਦੀ ਲੰਘ ਕੇ ਕਿਉਂਕਿ ਮਹੀਨਾ ਮੰਨ ਲਓ ਜਿਹ ਮਹੀਨੇ ਦਾ ਸਮਾਂ ਦਿੱਤਾ ਪਹਿਲਾਂ 5 ਦਿਨ ਦੇ ਨੋਟਿਸ ਭੇਜਣ ਲੱਗਾ ਮਹੀਨਾ ਬਾਅਦ ਚ ਦੇਤਾ ਹੋਊਗਾ ਹਫਤਾ 10 ਦਿਨ ਬਾਅਦ ਨੋਟਿਸ ਦਾ ਜਵਾਬ ਨਹੀਂ ਆਇਆ ਹੋਣਾ ਉਹਦੀ ਉਡੀਕ ਹੋਈ ਆ ਇੰਨਾ ਟਾਈਮ ਲੱਗ ਜਾਣਾ ਸੀ ਹੁਣ ਜਦੋਂ ਸ਼੍ਰੀ ਮੁਖਸਰ ਸਾਹਿਬ ਦੀ ਮਾਨਯੋਗ ਅਦਾਲਤ ਦੇ ਵਿੱਚ ਜਾ ਕੇ ਸਰਦਾਰ ਸੁਖਵੀਰ ਸਿੰਘ ਸਾਹਿਬ ਆਪ ਗਏ ਜਾਣਾ ਪੈਂਦਾ ਫਿਰ ਉਹਨਾਂ ਨੇ ਬਾਹਰ ਆ ਕੇ ਕੀ ਆਖਿਆ ਜੀ ਹੁਣ ਦੇਖਿਓ ਜਿਹੜਾ ਸਾਡੇ ਖਿਲਾਫ ਆ ਗੱਲਾਂ ਬਾਤਾਂ ਕੀਤੀਆਂ ਗਈਆਂ ਸੀ ਜਿਹੜੀਆਂ ਚਰਚਾਵਾ ਕੀਤੀਆਂ ਰਹੀਆਂ ਸੀ ਇਹ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਤੇ ਅਸੀਂ ਹੁਣ ਉਹ ਤੱਥ ਰਹਿਤ ਜਿਹੜੀਆਂ ਗੱਲਾਂ ਝੂਠ ਬੋਲਿਆ ਗਿਆ ਉਹਦਾ ਇਨਸਾਫ ਅਦਾਲਤ ਦੇ ਵਿੱਚ ਲੈਣਾ ਠੀਕ ਹੈ ਉਧਰੋਂ ਮੁੱਖ ਮੰਤਰੀ ਸਾਹਿਬ ਨੇ ਕਹਤਾ ਕਹਿੰਦੇ ਮੈਂ ਤਾਂ ਜਰਨ ਸਾਹਿਬ ਨੂੰ ਆਪ ਬੇਨਤੀ ਕਰਨੀ ਕਿ ਹਰ ਹਫ਼ਤੇ ਤਰੀਕ ਪਾਓ ਮੈਂ ਆਪ ਆਇਆ ਕਰਾਂਗਾ ਤੇ ਜਦੋਂ ਮੈਂ ਆ ਪਾਇਆ ਕਰੂੰਗਾ ਤਾਂ ਫਿਰ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋਊ ਜਿਹੜੀਆਂ ਤਿੰਨ ਗੱਲਾਂ ਮੁੱਖ ਮੰਤਰੀ ਸਾਹਿਬ ਨੇ ਹੋਰ ਕਹਤੀਆਂ ਦਿਲਚਸਪ ਬਣ ਗਈ ਸਥਿਤੀ ਮੈਂ ਕਹਿੰਨਾ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਲੜਾਉਂਦੇ ਸੀ ਲੀਟਰ ਹੁਣ ਲੀਟਰ ਆਪ ਲੜਦੇ ਆ ਤੇ ਇਹਦਾ ਪੰਜਾਬ ਦੇ ਲੋਕਾਂ ਨੂੰ ਫਰਦਾ ਹੀ ਆ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਜੀ ਮੇਰੇ ਕੋਲੇ ਤੱਥ ਨਹੀਂ ਮੇਰੇ ਕੋਲੇ ਕਾਗਜ਼ ਪੱਤਰ ਨਹੀਂ ਸਰਕਾਰੀ ਦਸਤਾਵੇਜ਼ ਨਹੀਂ ਮੈਂ ਤਾਂ ਉਹ ਰੱਖੂੰ ਅਦਾਲਤ 'ਚ ਦੂਸਰਾ ਜੇਖੋ ਜੇਤਨ ਚੇਤਾ ਹੋਵੇ ਲੁਧਿਆਣੇ ਵਾਲੇ ਉਸ ਪ੍ਰੋਗਰਾਮ ਤੋਂ ਪਹਿਲਾਂ ਅਗਰ ਗੁਰਗਾਂਵਾਲੀ ਹੋਟਲ ਦਾ ਵੀ ਬੜਾ ਚਰਚਾ ਸੀ ਕਿ ਗੁਰਗਾਂਵਾਲੀ ਹੋਟਲ ਦੇ ਵੀ ਅਸੀਂ ਕਾਗਜ਼ ਲੈ ਕੇ ਆਉਣੇ ਆ ਪਰ ਉਦੋਂ ਕੋਈ ਨਹੀਂ ਸੀ ਬੋਲਿਆ ਗੁਰਗਾਂਵਾਲੀ ਹੋਟਲ ਦੇ ਕਾਗਜ਼ਾਂ ਤੇ ਹੁਣ ਦੁਬਾਰਾ ਮੁੱਖ ਮੰਤਰੀ ਸਾਹਿਬ ਬੋਲੇ ਕਹਿੰਦੇ ਜੀ ਆ ਚੰਗਵਾਲਾ ਟਾਈਮ ਮਿਲ ਗਿਆ ਅਸੀਂ ਵੀ ਕਾਗਜ਼ ਪੱਤਰ ਹੋਰ ਵੀ ਪੈਦਾ ਕਰ ਲਿਆ ਅਸੀਂ ਕਾਗਜ਼ ਪੱਤਰ ਹੋਰ ਫੋਟੋ ਵਾਲੇ ਵੀ ਕਢਾ ਲਏ ਉਹਨਾਂ ਨੇ ਤੇ ਇੱਥੋਂ ਤੱਕ ਆਖ ਦਿੱਤਾ ਉਹ ਕਹਿੰਦੇ ਜੀ ਮੈਂ ਤਾਂ ਇਹਨਾਂ ਨੇ ਜਿੰਨੀ ਪ੍ਰਾਪਰਟੀ ਬਣਾਈ ਆ ਜਾਇਦਾਦ ਬਣਾਈ ਆ ਸਾਰੀ ਦਾ ਕੱਚਾ ਚਿੱਠਾ ਜਾ ਕੇ ਅਦਾਲਤ ਦੇ ਵਿੱਚ ਰੱਖਣਾ ਮੈਂ ਕਹਿਣਾ ਸੰਧਾਲੀਆ ਸਭ ਕੀ ਲੋਕ ਸਭ ਦੀਆਂ ਚੋਣਾਂ ਤੋਂ ਪਹਿਲਾਂ ਪ ਕਿਉਂਕਿ ਜਿਨ੍ਹਾਂ ਤੇ ਦੋਸ਼ ਲੱਗਾ ਮਾਨਹਨੀ ਦਾ ਕੇਸ ਜਿਨ੍ਹਾਂ ਦੇ ਖਿਲਾਫ ਹੋਇਆ ਉਹ ਪੰਜਾਬ ਦੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਕੇਸ ਕੀਤਾ ਉਹ ਉਪ ਮੁੱਖ ਮੰਤਰੀ ਰਹੇ ਤੇ ਉਹਨਾਂ ਦੇ ਫਾਦਰ ਸਾਹਿਬ ਮੁੱਖ ਮੰਤਰੀ ਰਹੇ ਦੋਨਾਂ ਨੂੰ ਪੰਜਾਬ ਦੇ ਲੋਕਾਂ ਨੇ ਫਤਵੇ ਦਿੱਤੇ ਆ ਦੋਨਾਂ ਨੂੰ ਪੰਜਾਬ ਦੇ ਲੋਕਾਂ ਨੇ ਯਕੀਨ ਜਿਹੜਾ ਉਹਨਾਂ ਦੇ ਉੱਤੇ ਕੀਤਾ ਹੈ ਤੇ ਦੋਨਾਂ 'ਚ ਇੱਕ ਤਰ੍ਹਾਂ ਤਾਂ ਗਲਤ ਹੈਗੀ ਆ ਨਾ ਹੁਣ ਤਾਂ ਇਦਾਂ ਤਾਂ ਹੈ ਹੀ ਨਹੀਂ ਕਿ ਦੋਏ ਸੱਚੀਆਂ ਤਾਂ ਹੋਈ ਨਹੀਂ ਸਕਦੀਆਂ ਦੋਨਾਂ ਦੇ ਵਿੱਚੋਂ ਇੱਕ ਤਰ੍ਹਾਂ ਝੂਠੀ ਹੈਗੀ ਤੇ ਪੰਜਾਬ ਦੇ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਪਈ ਸੱਚਾ ਕੌਣ ਹੈ ਤੇ ਝੂਠਾ ਕੌਣ ਹੈ ਵੀ ਕੋਈ ਗਲਤ ਹੈਗੀ ਆ ਵੀ ਜਦੋਂ ਇਹ ਚਰਚਾ ਚੱਲੀ ਨਾ ਵੀ ਹਾਂ ਵੀ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਕਰਤਾ ਕੇਸ ਜਦੋਂ ਉਹ ਖਬਰ ਆਈ ਤੇ ਉਦੋਂ ਅਚਾਨਕ ਜਦਾਂ ਮੀਡੀਆ ਦੇ ਵਿੱਚ ਇੱਕ ਰੰਗ ਜਲ ਪੈਂਦੀ ਹੁੰਦੀ ਹੈ ਫਿਰ ਅਲੱਗ-ਅਲੱਗ ਤਰ੍ਹਾਂ ਦੀਆਂ ਜਿਹੜੀਆਂ ਟੈਗ ਲਾਈਨਸ ਕਹ ਲਓ ਜਾਂ ਹੈਡਲਾਈਨਸ ਕਹ ਲਓ ਉਹ ਬਣਾ ਬਣਾ ਕੇ ਨਿਕਲਦੀਆਂ ਹੁੰਦੀਆਂ ਉਹਦੇ ਵਿੱਚ ਕੁਝ ਇਸ ਤਰ੍ਹਾਂ ਦਾ ਪ੍ਰਭਾਵ ਸੀ ਕਿ ਆਪਣੀ ਗੱਲ ਪੁਗਾ ਗਏ ਸੁਖਵੀਰ ਸਿੰਘ ਬਾਦਲ ਹੈ ਨਾ ਹੁਣ ਕੀ ਕਰਨਗੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਕੀ ਹੁਣ ਉਹ ਮੰਗਣਗੇ ਮਾਫੀ ਉਹ ਕੇਜਰੀਵਾਲ ਸਾਹਿਬ ਵਾਲੀ ਮਾਫੀ ਵਾਲੀ ਗੱਲ ਵੀ ਇਧਰ ਆਈ ਗਈ ਵੀ ਹਾਦੀ ਗੀ ਜੀਵਾਰਸਾਉ ਦੀ ਤਰ੍ਹਾਂ ਹੁਣ ਇਹ ਵੀ ਮੰਗਲ ਮੰਗ ਲੈਣਗੇ ਮਾਫੀ ਉਹਦੇ ਤੋਂ ਬਾਅਦ ਜਦੋਂ ਰਿਐਕਸ਼ਨ ਆ ਗਿਆ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਰਾਂ ਦਾ ਯਾਰ ਤੁਸੀਂ ਜੋ ਮਰਜ਼ੀ ਕਰ ਲੋ ਮੈਂ ਇਹਦੇ ਕਾਗਜ਼ ਸਾਰੇ ਕੱਢੀ ਫਿਰਦਾ ਗੱਲ ਤੁਹਾਡੀ ਠੀਕ ਉਹਨਾਂ ਨੇ ਇਹ ਵੀ ਗੱਲ ਕਰਤੀ ਉਹ ਕਹਿੰਦੇ ਵੀ ਇੱਕ ਇਧਰ ਚੰਡੀਗੜ੍ਹ ਲਾ ਕੇ ਹੋਟਲ ਮੈਂ ਉਹਦੇ ਕਾਗਜ਼ ਵੀ ਕੱਢੀ ਫਿਰਦਾ ਉਸ ਤੋਂ ਬਾਅਦ ਟਰਾਂਸਪੋਰਟ ਮਹਿਕਮੇ ਦੀਆਂ ਗੱਲਾਂ ਕਈ ਕੁਸ਼ੂ ਕਰੀ ਫਿਰਦੇ ਸੀ ਹੁਣ ਮੈਨੂੰ ਨਹੀਂ ਪਤਾ ਵੀ ਜਿਹੜੀ ਗੱਲ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਕਿ ਅਦਾਲਤਾਂ ਦੇ ਵਿੱਚ ਜਿਹੜੇ ਵੀ ਕੇਸ ਚੱਲਦੇ ਨੇ ਉਹ ਜਿਹੜੀ ਚੀਜ਼ ਜਿਸ ਵਿਸ਼ੇ ਦੇ ਉੱਪ ਹਣ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਉਸ ਕੇਸ ਦੇ ਨਾਲ ਜੁੜਦੀਆਂ ਨੇ ਕਿ ਨਹੀਂ ਜੁੜਦੀਆਂ ਉਹਦੇ ਬਾਰੇ ਮੈਨੂੰ ਡਾਊਟ ਆ ਕਿਉਂਕਿ ਜਿਹੜਾ ਬੰਦਾ ਕੋਈ ਲਾਅ ਦਾ ਜ਼ਿਆਦਾ ਜਾਣਕਾਰ ਹੋਵੇ ਉਹ ਹੀ ਇਹਦੇ ਬਾਰੇ ਜਾਣਕਾਰੀ ਦੇ ਸਕਦਾ ਪਰ ਇੱਕ ਚੀਜ਼ ਮੈਨੂੰ ਜਿਹੜੀ ਲੱਗਦੀ ਹੈ ਜੀ ਸ਼ਾਇਦ ਮੁੱਖ ਮੰਤਰੀ ਪੰਜਾਬ ਨੇ ਵੀ ਇਹ ਥੋੜਾ ਜਿਹਾ ਇਸ਼ਾਰਾ ਕੀਤਾ ਕਿ ਮੈਂ ਲੋਕਾਂ ਨੂੰ ਦਿਖਾਵਾਂਗਾ ਲੋਕਾਂ ਨੂੰ ਦੱਸਾਂਗਾ ਹੁਣ ਪਬਲਿਕਲੀ ਇਹ ਸਾਰਾ ਕੁਝ ਦੱਸਿਆ ਜਾਊਗਾ ਇਹ ਹੋ ਸਕਦਾ ਕਿ ਇਸ ਕੇਸ ਦੇ ਬਹਾਨੇ ਜਦੋਂ ਇਹ ਚਰਚਾ ਚੱਲੇ ਮੰਨ ਲਓ ਸ਼ਾਇਦ ਫਰਵਰੀ ਮਹੀਨੇ ਦੀ ਤਰੀਕ ਦਾ ਚਰਚਾ ਵੀ ਚੱਲਦਾ ਕਿ ਉਦੋਂ ਦੀ ਕੋਈ ਤਰੀਕ ਆ ਜੇ ਮੰਨ ਲਓ ਉਦੋਂ ਮੁੱਖ ਮੰਤਰੀ ਸਾਹਿਬ ਆਪ ਅਦਾਲਤ ਚ ਜਾਂਦੇ ਆ ਅਦਾਲਤ ਦੇ ਵਿੱਚ ਜਦੋਂ ਜਾ ਕੇ ਵਾਪਸ ਆਉਣਗੇ ਤੇ ਉਦੋਂ ਬਾਅਦ ਫੇ ਮੀਡੀਆ ਨੇ ਗੱਲ ਕਰਨੀ ਤੇ ਹਾਜੀ ਮੀਡੀਆ ਪੁੱਛੇਗਾ ਜੀ ਕੀ ਬਣਿਆ ਜੀ ਫਿਰ ਤੁਸੀਂ ਕੀ ਕਹਿੰਦੇ ਹੋ ਹੋ ਸਕਦਾ ਕੋਈ ਜਿੰਨੀਆਂ ਤਰੀਕਾਂ ਪੈਣ ਮੰਨ ਲਓ ਇਹ ਤਾਂ ਹੁਣ ਮੈਨੂੰ ਨਹੀਂ ਪਤਾ ਕਿ ਵੀ ਜੱਜ ਸਾਹਿਬ ਨੂੰ ਕਹਿ ਕੇ ਇੱਕ ਹਫਤੇ ਬਾਅਦ ਦੀ ਤਰੀਕ ਮੁੱਖ ਮੰਤਰੀ ਸਾਹਿਬ ਲੈ ਸਕਦੇ ਕਿ ਨਹੀਂ ਲੈ ਸਕਦੇ ਅਦਾਲਤ ਇਸ ਤਰ੍ਹਾਂ ਤਰੀਕ ਦੇਵੇਗੀ ਕਿ ਨਹੀਂ ਦੇਵੇਗੀ ਪਰ ਜਦੋਂ ਵੀ ਤਰੀਕ ਮਿਲੇਗੀ ਉਸ ਹਰੇਕ ਤਰੀਕ ਦੇ ਉੱਪਰ ਜੇ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਉੱਧਰ ਹੁੰਦੇ ਨੇ ਮੀਡੀਆ ਉਹਨਾਂ ਨੂੰ ਸਵਾਲ ਕਰੇਗਾ ਚਾਰਗਲਾਓ ਕਹਿਣਗੇ ਮੇਰੇ ਮੁੱਖ ਮੰਤਰੀ ਸਾਹਿਬ ਉੱਥੇ ਮਿਲਣਗੇ মিডিਆ ਉਹਨਾਂ ਨੂੰ ਸਵਾਲ ਕਰੇਗਾ ਚਾਰ ਗੱਲਾਂ ਉਹ ਕਹਿਣਗੇ ਮੈਂ ਜਿੱਦਾਂ ਅੱਗੇ ਸਟਾਰਟਿੰਗ ਵਿੱਚ ਕਿਹਾ ਕਿ ਵੀ ਥੋੜਾ ਜਿਹਾ ਲੋਕਾਂ ਦਾ ਜੀਜਾ ਲੱਗਾ ਰਹੂਗਾ ਪਰ ਇੱਕ ਗੱਲ ਹੈਗੀ ਆ ਕਿ ਜੇ ਇਹ ਸਾਰੀ ਕਵਾਇਦ ਦੇ ਵਿੱਚੋਂ ਐਂਡ ਤੇ ਜਾ ਕੇ ਜਾਂ ਤੇ ਮਾਫੀ ਨਿਕਲੀ ਜਾਂ ਫਿਰ ਇਹ ਨਿਕਲਿਆ ਵੀ ਇਹ ਕੇਸ ਲੰਮਾ ਚੱਲ ਗਿਆ ਕਿ ਉਦੋਂ ਤੱਕ ਲੋਕਾਂ ਦਾ ਉਹਦੇ ਵਿੱਚ ਇੰਟਰਸਟ ਨਾ ਰਿਹਾ ਤੇ ਫਿਰ ਮੇਰਾ ਸਵਾਲ ਇਹ ਸੀ ਕਿ ਸਾਰੀ ਜਿਹੜੀ ਕਵਾਏ ਦਿਆ ਜਿਹੜੀ ਸਾਰਾ ਇਹ ਆਪਸ ਦੇ ਵਿੱਚ ਕਹਾਂ ਲੋ ਕਿ ਇੱਕ ਦੂਸਰੇ ਨੂੰ ਉਥਾ ਸੱਚ ਜਾਬਤ ਕਰਨ ਦੀ ਕਸ਼ਮਕਸ਼ ਹੋਊਗੀ ਜਾਂ ਅਦਾਲਤੀ ਲੜਾਈ ਹੋਊਗੀ ਇਹਦਾ ਫਾਇਦਾ ਕੀ ਹੋਊਗਾ ਲੋਕਾਂ ਨੂੰ ਦੇਖੋ ਇੱਕ ਗੱਲ ਤੇ ਪੱਕੀ ਆਪਾਂ ਮੇਰੇ ਖਿਆਲ ਹਰ ਰੋਜ਼ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਕਿਤੇ ਕੋਈ ਗੱਲ ਕਰਦੇ ਆਂ ਵੀ ਇਹ ਜੀ ਕਿਤੇ ਨਾ ਕੋਈ ਕੋਈ ਟੇਢੀ ਖੀਰ ਪੱਕਦੀ ਆ ਉਹਦੇ ਵਿੱਚ ਅਖੀਰ ਤੇ ਜਾ ਕੇ ਕਹਿੰਦੇ ਨਾ ਮੂਲ ਤਾਂ 100 ਕਰਨ ਵਾਲੀ ਗੱਲ ਮੂਲ ਤਾਂ 100 ਕਰਨ ਦੇ ਹਿਸਾਬ ਨਾਲ ਆਪਾਂ ਇਹ ਕਹਿੰਦੇ ਵੀ ਯਾਰ ਇਹਦਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਵਸਿੰਦਿਆਂ ਨੂੰ ਸਿੱਧਾ ਜੀ ਕੋਈ ਫਾਇਦਾ ਹੈਗਾ ਤੇ ਆਪਾਂ ਜੀ ਸਰ ਕਿਤੇ ਟਾਈਮ ਲਾਈਏ એનર્ਜੀ ਲਾਈਏ ਤੇ ਜੇ ਆਪਾਂ ਨੂੰ ਲੱਗਦਾ ਵੀ ਯਾਰ ਇਹਦਾ ਕੋਈ ਫਾਇਦਾ ਹੈ ਨਹੀਂ ਇਹ ਪੋਲਿਟੀਕਲ ਗੱਲਾਂ ਨੇ ਤੇ ਪੋਲਿਟੀਕਲ ਗੱਲਾਂ ਤੁਹਾਨੂੰ ਪਤਾ ਹੁੰਦੀਆਂ ਰਹਿੰਦੀਆਂ ਕਿਉਂਕਿ ਲੀਡਰਾਂ ਨੇ ਜਿਹਨੇ ਪੋਲਿਟਿਕਸ ਕਰਨੀ ਉਹਨੇ ਦੂਸਰੇ ਪੋਲਿਟੀਸ਼ਨ ਦੇ ਬਾਰੇ ਚ ਬੋਲਣਾ ਹੀ ਆ ਤੇ ਦੂਸਰੇ ਨੇ ਵੀ ਉਹਦਾ ਦੇ ਬਾਰੇ ਚ ਬੋਲਣਾ ਜੀ ਇਹ ਤੇ ਤੁਸੀਂ ਬੋਲ ਕੇ ਉਸ ਤੋਂ ਬਾਅਦ ਦੋ ਦਿਨ ਖਬਰਾਂ ਬਣਾ ਕੇ ਨਿਕਲ ਜਾਓ ਕੀ ਫਰਕ ਪੈਂਦਾ ਕਿਉਂਕਿ ਲੋਕਾਂ ਨੂੰ ਵੀ ਚੇਤਾ ਨਹੀਂ ਸੀ ਪਰ ਜਦੋਂ ਹੁਣ ਇਹ ਅਦਾਲਤਾਂ ਦੇ ਰਾਂ ਹੀ ਕੰਮ ਚਲੇ ਜਾਊਗਾ ਕਾਨੂੰਨੀ ਲੜਾਈ ਬਣ ਜੂਗੀ ਫਿਰ ਜਿਹੜੇ ਵੱਡੇ ਵੱਡੇ ਲੀਡਰ ਸਾਹਿਬ ਆਣ ਨੇ ਉਹਨਾਂ ਨੂੰ ਆਪਣੇ ਰੁਝੇਵਿਆਂ 'ਚੋਂ ਟਾਈਮ ਕੱਢ ਕੇ ਉੱਥੇ ਜਾਣਾ ਪਊਗਾ ਜਿਹੜਾ ਟਾਈਮ ਕਿਉਂ ਲੋਕਾਂ ਲਈ ਜਾਂ ਲੋਕਪੱਖੀ ਤਾਂ ਮੈਂ ਤਾਂ ਇਹ ਸਵਾਲ ਕਰ ਰਿਹਾ ਹਾਂ ਕਿ ਉਹ ਜਿਹੜਾ ਸਮਾਂ ਉਹ ਜਿਹੜਾ ਜਿਹੜਾ ਉੱਥੇ ਸਾਰੀ એનર્ਜੀ ਲਾਈ ਜਾਊਗੀ ਉਹਦਾ ਜਾਂ ਤੇ ਕੋਈ ਲੋਕਪਖੀ ਨਤੀਜਾ ਬਾਤ ਜ਼ਰੂਰ ਕੱਢ ਲੈਣ ਤੇ ਜੇ ਲੋਕਪਖੀ ਨਤੀਜਾ ਨਾ ਨਿਕਲਿਆ ਅਖੀਰ ਉਹ ਪਹਿਲਵਾਨਾਂ ਦਾ ਅਖਾੜੇ ਵਾਂਗੂ ਆਪਸ ਦੇ ਵਿੱਚ ਇੱਕ ਦੂਸਰੇ ਨਾਲ ਖੈ ਖੈ ਕੇ ਤੇ ਮੁੜ ਕੇ ਜਦੋਂ ਹੌਲੀ-ਹੌਲੀ ਹੁੰਦਾ ਨਾ ਯਾਰ ਬੜੇ ਚਿਰ ਦੇ ਘੁਲਣਦੇ ਆ ਹੁਣ ਤੇ ਦੋਵੇਂ ਹੀ ਥੱਕ ਗਿਆ ਪਤਾ ਨਹੀਂ ਲੱਗਣ ਡਿਆ ਫਿਰ ਇਧਰੋਂ ਵੀ ਗੱਲ ਚੱਲੀ ਆ ਸਟੇਜ ਵਾਲੇ ਪਾਸੋਂ ਵੀ ਕਿਉਂ ਨਾ ਦੋਹਾਂ ਨੂੰ ਆਪਾਂ ਜੇਤੂ ਘਰਾੜ ਦੇ ਦਈਏ ਜੇ ਤੇ ਉਹਦੀ ਗੱਲ ਨਿਕਲੀ ਤੇ ਫਿਰ ਜਿਹੜੇ ਘੇਰੇ-ਘੇਰੇ ਅਕਾੜੇ ਦੇ ਲੋਕ ਖਲੋਤੇ ਹੁੰਦੇ ਰਸੇ ਦੇ ਬਾਹਰਲੇ ਮੰਨੇ ਉਹਨਾਂ ਦਾ ਵੀ ਇੰਟਰਸਟ ਜਿਆ ਮੋਕ ਜਾਂਦਾ ਮੈਂ ਤਾਂ ਕਿਹਾ ਸੀ ਕਿ ਨਾ ਹੋਵੇ ਵੀ ਉਸ ਟ੍ਰੈਕ ਵਾਲੇ ਪਾਸੇ ਨਹੀਂ ਲੜਾਈ ਚੱਲੀ ਜਾਵੇ ਕਿਤੇ ਜੇ ਫੈਸਲਾ ਕੁਝ ਮਹੀਨਿਆਂ ਚ ਹੋਇਆ ਮੈਂ ਕੁਝ ਮਹੀਨੇ ਚਾਹੀ 11 ਲੱਗ ਜਾਣ ਉਹਦਾ ਫੈਸਲਾ ਲੋਕ ਪਖੀ ਹੋ ਗਿਆ ਕਿਉਂਕਿ ਦੋਏ ਵੱਡੇ ਲੀਡਰ ਨੇ ਦੋਵਾਂ ਨੇ ਸੋਚ ਚੁੱਕੀ ਹੈ ਭਾਰਤੀ ਸੰਵਧਾਨ ਦੀ ਬਹੁਤ ਵਾਰ ਇੱਕ ਤੋਂ ਬਾਅਦ ਵਾਰ ਦੋ ਬਾਰ ਐਮਪੀ ਰਹੇ ਨੇ ਭਗਵੰਤ ਮਾਨ ਸਾਹਿਬ ਹੁਣ ਮੁੱਖ ਮੰਤਰੀ ਬਣੇ ਨੇ ਸੋਦਾ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਰਹੇ ਕੇਂਦਰ ਚ ਮੰਤਰੀ ਰਹੇ ਐਮਪੀ ਨੇ ਇਸ ਵੇਲੇ ਕਿਉਂਕਿ ਜਿਨ੍ਹਾਂ ਨੂੰ ਆਪਾਂ ਸੂਬੇ ਦੀ ਵਾਗਡੋਰ ਫੜਾਉਣੀ ਹੈ ਉਹ ਸੱਚ ਦੇ ਕਿੰਨਾ ਕੁ ਨੇੜੇ ਹੈ ਜਾਂ ਸੱਚ ਤੋਂ ਕਿੰਨਾ ਕੁ ਦੂਰ ਹੈ ਇਹ ਹੀ ਪਤਾ ਲੱਗ ਜਾ ਤਾਂ ਇਹ ਵੀ ਲੋਕਾਂ ਦਾ ਪੱਖ ਹੈ ਲੋਕ ਭੇਖ ਦੇ ਵਿੱਚ ਲੀਡਰਾਂ ਨੂੰ ਕਿਸੇ ਹੋਰ ਨਜ਼ਰ ਦੇ ਨਾਲ ਦੇਖਣੇ ਕਿ ਕਿਸੇ ਹੋਰ ਜਿਹੜੇ ਹੈ ਉਹ ਪੁਆਇੰਟ ਤੇ ਉੱਤੇ ਜਾ ਕੇ ਉਹਨਾਂ ਦਾ ਮਿਆਰ ਪਰਖਣਗੇ ਹੁਣ ਸੰਧਾਲੀਆ ਸਭ ਇੱਕ ਪੰਜਾਬ ਦੀ ਰਾਜਨੀਤੀ ਦੇ ਵਿੱਚ ਨਵਾਂ ਪਟਾਕਾ ਪੈਣ ਵਾਲਾ ਸ਼ੋਮਣੀ ਅਕਾਲੀ ਦਲ ਦਾ ਗੱਠਜੋੜ ਭਾਜਪਾ ਦੇ ਨਾਲ ਹੋਏਗਾ ਕਿ ਨਹੀਂ ਹੋਏ ਬੜੀ ਚਰਚਾ ਚੱਲੀ ਬੀਬੀ ਸਿਮਰਤ ਕੌਰ ਬਾਦਲ ਹੋਰਾਂ ਨੇ ਥੋੜੇ ਦਿਨ ਪਹਿਲੇ ਕਿਹਾ ਸੀ ਕਿ ਸਾਡਾ ਵਸਪਾ ਦੇ ਨਾਲ ਗੱਠਜੋੜ ਪੱਕਾ ਤੇ ਅਸੀਂ ਹਮਖਿਆਲੀ ਜਾਂ ਹਮਖਿਆਲੀ ਨਹੀਂ ਪੰਜਾਬ ਪੱਖੀ ਪਾਰਟੀਆਂ ਨਾਲ ਗੰਭਤ ਤੌਰ ਵੀ ਸਕਦੇ ਹਾਂ ਪਰ ਹੁਣ ਬੌਜਸ ਸਮਾਜ ਪਾਰਟੀ ਵਾਲੇ ਕਹਿੰਦੇ ਆ ਜੀ ਅਸੀਂ ਫਿਰ ਪੈਰ ਪਛਾਣ ਖਿੱਚ ਲੈਣੇ ਜਹਾ ਖੁਸ਼ੀ ਹੋਇਆ ਸਰਦਾਰ ਤਸਵੀਰ ਸਿੰਘ ਗੜੀ ਸੂਬਾ ਪ੍ਰਧਾਨ ਨੇ ਬੌਜਸ ਸਮਾਜ ਪਾਰਟੀ ਦੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਪੱਤਰਕਾਰਾਂ ਨੇ ਸਵਾਲ ਪੁੱਛਿਆ ਉਹ ਫਿਰ ਜੀ ਅਕਾਲੀ ਦਲ ਨਾਲੇ ਕਿੰਦਾ ਜੀ ਗੱਠਜੋੜ ਕਿੰਦਾ ਜੀ ਕਿੰਨੀਆਂ ਸੀਟਾਂ ਜੀ ਕਿੱਧਰ ਨੂੰ ਗੱਲ ਜੀ ਭਾਜਪਾ ਜੀ ਉਹ ਕਹਿੰਦੇ ਅਕਾਲੀ ਦਲ ਵਾਲੇ ਕੋ ਮੀਟਿੰਗ ਹੀ ਨਹੀਂ ਕਰਦੇ ਉਹ ਚਾਹ ਦਾ ਕਪ ਸਾਂਝਾ ਹੀ ਨਹੀਂ ਕਰਦੇ ਉਹ ਆਪਣੇ ਰਾਹ ਤੇ ਤੁਰੇ ਆ ਸੀ ਆਪਣੇ ਰਾਹ ਤੇ ਤੁਰੇ ਆ ਤੁਸੀਂ ਦੇਖੋ ਕਿ ਅਜੇ ਤੱਕ ਐਲਾਨ ਨਹੀਂ ਹੋਇਆ ਕਿ ਇੱਕ ਅੱਠਚੜ ਟੁੱਟ ਗਿਆ ਤੇ ਅਜੇ ਤੱਕ ਇਹ ਵੀ ਐਲਾਨ ਨਹੀਂ ਹੋਇਆ ਕਿ ਇਹ ਗੱਠਚੜ ਬਹੁਤ ਮਜ਼ਬੂਤ ਚੱਲਦਾ ਹੈ ਤੁਸੀਂ ਜਲੰਧਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਬਾਅਦ ਕੋਈ ਅਕਾਲੀ ਦਲ ਤੇ ਬੋਝ ਸਮਾਜ ਪਾਰਟੀ ਦੀ ਕੋਈ ਸਾਂਝੀ ਸਰਗਰਮੀ ਨਹੀਂ ਦੇਖੀ ਹੋਊਗੀ ਇੱਕ ਦਿਨ ਖੂਮਦਾਨ ਕੈਂਪ ਲੱਗਾ ਸੀ ਬਾਦਲ ਸਾਹਿਬ ਦੀ ਯਾਦ ਵਿੱਚ ਉਦੋਂ ਜਸਵੀਰ ਸਿੰਘ ਗੜੀ ਜ਼ਰੂਰ ਗਿਆ ਸੀ ਹੁਣ ਜਸਵੀਰ ਸਿੰਘ ਗੜੀ ਹਰਾਂ ਦਾ ਇਹ ਕਹਿਣਾ ਕਿ ਸਾਡੀ ਪੁੱਛਤਾਸੀ ਨਹੀਂ ਕੀਤੀ ਜਾ ਰਹੀ ਕੋਈ ਸਲਾਮ ਅਸ਼ਵਰਾਈ ਨਹੀਂ ਕੀਤਾ ਜਾ ਰਿਹਾ ਤੇ ਮਹੀਨੇ ਦੋ ਤਿੰਨ ਰਹਿ ਗਏ ਲੋਕ ਸਭਾ ਦੀਆਂ ਚੋਣਾਂ ਚ ਉਹਨਾਂ ਨੇ ਹੁਣ ਤੁਸੀਂ ਦੇਖੋ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਅਕਾਲੀ ਦਾ ਲੱਗੇ ਬੋਦ ਇਹਨੂੰ ਫਿਰਦਾ ਹੈ ਕਿ ਅਸੀਂ ਰੂਸੇ ਲੀਡਰ ਵੀ ਮੂੜਨੇ ਆ ਜਿਹੜੇ ਹੋਰ ਪੰਜਾਬ ਪੱਖੀ ਨੇ ਅਸੀਂ ਉਹਨਾਂ ਦੇ ਨਾਲ ਗੱਠ ਜੋੜ ਵੀ ਕਰਨਾ ਹੈ ਜਸਵੀਰ ਸਿੰਘ ਗੜੀ ਹੋਰਾਂ ਨੇ ਕਿਹਾ ਕਿ ਅਸੀਂ ਪੰਜਾਬ ਪਧਰੀ ਆਪਣੀ ਮੀਟਿੰਗ ਕਰ ਲਈਏ ਬਸ ਪਾ ਦੀ ਅਸੀਂ ਹਰ ਲੋਕ ਸਭਾ ਹਲਕੇ ਤੋਂ ਤਿੰਨ ਤਿੰਨ ਨਾਵਾਂ ਦਾ ਪੈਨਲ ਭੇਜ ਰਹੇ ਹਾਂ ਬੀਬੀ ਮਾਇਆ ਭਤੀ ਜੀ ਨੂੰ ਸੰਭਾਵੀ ਉਮੀਦਵਾਰਾਂ ਦਾ 13 ਦੀਆਂ 13 ਲੋਕ ਸਭਾ ਸੀਟਾਂ ਤੋਂ ਕਿ ਇਹਨਾਂ ਦੇ ਵਿੱਚੋਂ ਆਪਾਂ ਇੱਕ ਉਮੀਦਵਾਰ ਖੜਾ ਕਰਨਾ ਇਹਦਾ ਮਤਲਬ ਕਿ ਬਹੁਜ ਸਪਾਈ ਪਾਰਟੀ ਅਕਾਲੀ ਦਲ ਦੇ ਨਾਲ ਹੁਣ ਜਦੋਂ ਬਹੁਤੀ ਗੱਲਬਾਤ ਨਹੀਂ ਹੋ ਰਹੀ ਤਾਂ ਫਿਰ ਉਹ 13 ਦੀਆਂ 13 ਸੀਟਾਂ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਹੋਰ ਦੇਖੋ ਜਿਹੜੀ ਸਿਰੇ ਵਾਲੀ ਗੱਲ ਹੈ ਉਹ ਕਹਿੰਦੇ ਜੀ ਸਾਡੇ ਕੋਲੇ ਜਲੰਧਰ ਤੇ ਹੁਸ਼ਿਆਰਪੁਰ ਦੇ ਸਾਡੇ ਸੰਭਾਵੀ ਉਮੀਦਵਾਰ ਬੈਠੇ ਸੀ ਮੀਟਿੰਗ ਦੇ ਵਿੱਚ ਤੇ ਉਹਨਾਂ ਨੂੰ ਤਾਂ ਅਸੀਂ ਪੱਕਾ ਹੀ ਕਹਤਾ ਕਿ ਤੁਸੀਂ ਤਾਂ ਜਾ ਕੇ ਤਿਆਰੀ ਕਰੋ ਤੁਸੀਂ ਤਾਂ ਸਿੱਧੇ ਲੋਕਾਂ 'ਚ ਜਾਓ ਅਸਟਰ ਗੱਠਜੋੜ ਹੋਵੇ ਨਾ ਹੋਵੇ ਟੁੱਟ ਜਵੇ ਰਹੇ ਜਲੰਧਰ ਤੇ ਹੁਸ਼ਰਪੁਰ ਦੀਆਂ ਉਕਸਵਾ ਸੀਟਾਂ ਤਾਂ ਹਾਥੀ ਚੋਂ ਨਿਸ਼ਾਨ ਤੇ ਆਪਾਂ ਲੜਨੀਆਂ ਹੀ ਆ ਤੁਸੀਂ ਤਕੜੀ ਹੋ ਜਾਓ ਬਸ ਹੁਣ ਚਾਹਤੋਂ ਬਿਲਕੁਲ ਇੱਕ ਪਾਸਿਓ ਗੱਠਜੋੜ ਦੀ ਇੱਕ ਸਿਆਸੀ ਤਰ ਕਹਿੰਦੀ ਆ ਕਿ ਦੋ ਸੀਟਾਂ ਤਾਂ ਆਪਾਂ ਲੜਨੀਆਂ ਆ ਬਾਕੀ ਦੇਖਦੇ ਆ ਇਹਦੇ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਜਿਸ ਤਰੀਕੇ ਦਾ ਵਿਵਹਾਰ ਪਿਛਲੇ ਸਮੇਂ ਦੇ ਵਿੱਚ ਮੌਜੂ ਸਮਾਜ ਪਾਰਟੀ ਦੇ ਨਾਲ ਗੱਠਜੋੜ ਚ ਹੋਇਆ ਹੋਊਗਾ ਉਹਦੇ ਤੋਂ ਤੰਗ ਚਾਤ ਉਹ ਹੈਗੀ ਮੈਨੂੰ ਸੰਦਲ ਇਹ ਸਾਬ ਇਹਦੇ ਵਿੱਚ ਹੋਰ ਲੱਗਦੀ ਹੈ ਇੱਕ ਕਸਰ ਹੋਰ ਲੱਗਦੀ ਹੈ ਉਹ ਕਸਰ ਕੀ ਲੱਗਦੀ ਹੈ ਸ਼੍ਰੋਮਣੀ ਅਕਾਲੀ ਦਲ ਬਹੁਤ ਚੰਗੇ ਤਰੀਕੇ ਜਾਣਦਾ ਹੈ ਕਿ ਭਾਤੀ ਜਨਤਾ ਪਾਰਟੀ ਦੇ ਨਾਲ ਜੇ ਕਿਸੇ ਸਿਰੇ ਤੇ ਜਾ ਕੇ ਕਿਸੇ ਮੁੱਦੇ ਤੇ ਜਾ ਕੇ ਗੱਠਜੋੜ ਹੋ ਜਾਂਦਾ ਤਾਂ ਵਾਹਦਾ ਰਹੂਗਾ ਛਟਨਾ ਅਕਾਲੀ ਦਲ ਬਸ ਪਨਵੇਂ ਚਾਹੁੰਦੇ ਮੈਨੂੰ ਇਹ ਲੱਗਦਾ ਹੈ ਕਿ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਪੰਜਾਬ ਦੇ ਵਿੱਚ ਗੱਠਜੋੜ ਹੋਇਆ ਜੇ ਸੀਟਾਂ ਦੀ ਵੰਡ ਹੋਗੀ ਕਿਉਂਕਿ ਕਰਨੀ ਹਾਈ ਕਮਾਂਡ ਨੇ ਹੈ ਪੰਜਾਬ ਵਾਲਿਆਂ ਨੂੰ ਪੁੱਛਣਾ ਕਿਨੇ ੜੀਕਦੇ ਇਹੀ ਆ ਅਕਾਲੀ ਦਲ ਵਾਲੇ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਹੋ ਜਾਂਦਾ ਤਾਂ ਇੱਕ ਬਹੁਤ ਵੱਡਾ ਪੰਜਾਬ ਦਾ ਵੋਟ ਬੈਂਕ ਉਸ ਪਾਸੇ ਜਾਊਗਾ ਫਿਰ ਨਾ ਤਾਂ ਕੱਲਿਆਂ ਅਕਾਲੀ ਦਲ ਤੋਂ ਮੁਕਾਬਲਾ ਹੋਣਾ ਨਾ ਭਾ ਜੀਪੀ ਤੋਂ ਨਾ ਬਸਪਾ ਤੋਂ ਨਾ ਅਕਾਲੀ ਬਸਪਾ ਗੱਠਜੋੜ ਤੋਂ ਕੋਈ ਨਾ ਹੋ ਸਕਣਾ ਕਿ ਗੁੱਸਾ ਨਾ ਕਰੇ ਮੈਨੂੰ ਉਸ ਸਥਿਤੀ ਦੇ ਵਿੱਚ ਇਹ ਦੀਦਾ ਕਿ ਫਿਰ ਇੱਕ ਦੋ ਪੰਜਾਬ ਦੇ ਮਸਲਿਆਂ ਦੇ ਉੱਤੇ 라 ਕੇ ਹੋ ਸਕਦਾ ਹੈ ਕਿ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਆਪਸ ਵਿੱਚ ਗੋਟੀ ਫਿੱਟ ਬੈ ਜਾਏ ਤੇ ਅਕਾਲੀ ਦਲ ਉਸ ਵੇਲੇ ਫਿਰ ਬੋਚਨਸ ਮਾਈਟ ਪਾਰਟੀ ਨੂੰ ਤੀਸਰੀ ਧਿਰ ਦੇ ਤੌਰ ਦੇ ਉੱਤੇ ਉਸ ਗੱਠਜੋੜ ਦੇ ਵਿੱਚ ਸ਼ਾਮਲ ਕਰ ਲਊਗਾ ਮੈਂ ਸੀਟਾਂ ਦੀ ਵੰਡ ਦੱਸਦਾ ਹੁਣ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਦੇ ਨਾਲ ਗੱਠਜੋੜ ਦੇ ਮੁੱਦੇ ਤੇ ਤਿੰਨ ਸੀਟਾਂ ਤੇ ਅੱਜ ਤੱਕ ਚੋਣ ਲੜਦੀ ਰਹੀ ਹੈ ਤੇ 10 ਸੀਟਾਂ ਅਕਾਲੀ ਦਲ ਕੋਲ ਹੁੰਦੀਆਂ ਸੀ ਇਹ ਤਾਂ ਗੱਲ ਪੱਕੀ ਹੈ ਬੀਜਪੀ ਆਖੂਗੀ ਸੰਗਰੂਰ ਦੇ ਵਿੱਚ ਸਾਨੂੰ ਤੁਹਾਡੇ ਤੋਂ ਵੱਧ ਵੋਟਾਂ ਪਈਆਂ ਬੀਜਪੀ ਆਖੂਗੀ ਕਿ ਤੁਹਾਡੇ ਤਿੰਨ ਐਮਐਲਏ ਸਾਡੇ ਦੋ ਇਸ ਕਰਕੇ ਅਸੀਂ ਦੇ ਘਟੋਟ ਪੰਜ ਲੋਕ ਸਭਾ ਦੀਆਂ ਸੀਟਾਂ ਤੇ ਪਾਈ ਚੋਣ ਲੜਾਂਗੇ ਤੇ ਅਕਾਲੀ ਦਲ ਇਹ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਹੋ ਸਕਦਾ ਬਹੁਤ ਹੀ ਸੰਭਾਵਨਾ ਹੈ ਜੇ ਭਾਜਪਾ ਦੇ ਨਾਲ ਪੰਜਾਬ ਦੇ ਕੁਝ ਮੁੱਦਿਆਂ ਤੇ ਫੈਸਲੇ ਕਰਾ ਕੇ ਅਕਾਲੀ ਦਲ ਗੱਠਜੋੜ ਕਰਦਾ ਹੈ। ਅੰਮ੍ਰਿਤਸਰ ਲੋਕ ਸਭਾ ਹਲਕਾ ਗੁਰਦਾਸਪੁਰ ਲੋਕ ਸਭਾ ਹਲਕਾ ਤੇ ਹਸ਼ਿਆਰਪੁਰ ਲੋਕ ਸਭਾ ਹਲਕਾ। ਇਹਨਾਂ ਤਿੰਨ ਲੋਕ ਸਭਾ ਹਲਕਿਆਂ ਤੋਂ ਭਾਜਪਾ ਪਹਿਲਾਂ ਵੀ ਚੋਣ ਲੜਦੀ ਰਹੀ ਹੈ। ਇਹ ਤਿੰਨੋਂ ਹਲਕੇ ਭਾਜਪਾ ਨੂੰ ਅਕਾਲੀ ਦਲ ਦੇ ਦੋ। ਚੌਥਾ ਹਲਕਾ ਲੁਧਿਆਣੇ ਦਾ। ਕਿਉਂਕਿ ਬੈਸਪ੍ਰਾਵਾ ਦੀ ਵੀ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਨਾਲ ਖਾਸੀ ਬਣੀ ਹੋਈ ਹੈ। ਹੋ ਸਕਦਾ ਹੈ ਕਿ ਉਹਨਾਂ ਦੇ ਚੋਣ ਨਿਸ਼ਾਨ ਦੇ ਉੱਤੇ ਬੈਸ ਇਹ ਅਕਾਲੀ ਦਲ ਦੇ ਕੋਲ ਕੋ ਬਹੁਤ ਜ਼ਿਆਦਾ ਸਟਰੋਂਗ ਕੈਂਡੀਡੇਟ ਵੀ ਲੁਧਿਆਣੇ ਦੇ ਵਿੱਚ ਹੈ ਨਹੀਂ ਤੇ ਲੁਧਿਆਣੇ ਦੇ ਵਿੱਚ ਬਹੁਤਾ ਵੋਟ ਬੈਂਕ ਸ਼ਹਿਰੀ ਹੈ ਇਸ ਕਰਕੇ ਚੌਥੀ ਸੀਟ ਵੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਲਈ ਛੱਡ ਸਕਦਾ ਹੈ ਤੇ ਅਗਲੇ ਕਹਿਣਗੇ ਕਿ ਅਸੀਂ ਤਾਂ ਪੰਜ ਲੜਨੀ ਹੈ ਚੰਡੀਗੜ੍ਹ ਵਾਲੀ ਸੀਟ ਨੂੰ ਵਿੱਚ ਮਿਲਾ ਕੇ ਅਕਾਲੀ ਦਲ ਕਹੂਗਾ 13 ਨਹੀਂ ਤੁਸੀਂ 14 ਮਾਲ ਕੇ ਚੱਲੋ ਤੇ ਪੰਜਵੀਂ ਤੁਹਾਨੂੰ ਛੱਡਿ ਗੜ੍ਹ ਵਾਲੀ ਸੀਟ ਇਹ ਇੱਥੇ ਤੱਕ ਗੱਲ ਆ ਸਕਦੀ ਹੈ ਸੋ ਅਮਰਸਰ ਗੁਰਦਾਸਪੁਰ ਉਸਿਆਰਪੁਰ ਲੁਧਿਆਣਾ ਦੀ ਚੰਡਿਗੜ੍ਹ ਇਹਨਾਂ 5 ਸੀਟਾਂ ਤੋਂ ਫਿਰ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਗੱਠਜੋੜ ਨਾਲ ਖੜੇ ਹੋ ਸਕਦੇ ਆ ਜੇ ਗੱਠਜੋੜ ਹੁੰਦਾ ਕਿ ਉਹ ਗੱਠਜੋੜ ਤਾਂ ਬਹੁਤ ਸੰਭਾਵਨਾ ਮੰਨੇ ਜੇ ਆਮ ਆਦਮੀ ਪਾਰਟੀ ਤੇ ਕਾਂਗਰਸ ਇਕੱਠੇ ਹੋ ਜਾਂਦੇ ਮੁਕਾਬਲਾ ਵੀ ਕਰਨਾ ਦੂਸਰਾ ਫਿਰ ਅਕਾਲੀ ਦਲ ਤੇ ਲਈ ਇੱਕ ਬੜੀ ਗੰਭੀਰ ਸਥਿਤੀ ਹੋਏਗੀ ਕਿ ਬਸਪਾ ਦੇ ਨਾਲ ਕਿਵੇਂ ਟੁਰੀਏ ਬੋਜਸ ਬਾਈ ਪਾਰਟੀ ਨੂੰ ਮੈਨੂੰ ਲੱਗਦਾ ਕਿ ਅਕਾਲੀ ਦਲ 2 ਸੀਟਾਂ ਜਲੰਧਰ ਤੇ ਹੁਸ਼ਿਆਰਪੁਰ ਵਾਲੀ ਕਿਉਂਕਿ ਜਲੰਧਰ ਤੇ ਵਿੱਚ ਅਕਾਲੀ ਦਲ ਨੇ ਦੇਖ ਲਿਆ ਹੁਣ ਇਹ ਜ਼ਮੀਨੀ ਚੋਣ ਹੋਈ ਹੈ ਕਿ ਹਾਲਾਤ ਕਿੱਦਾਂ ਦੇ ਆ ਫਿਰ ਜਲੰਧਰ ਦੀ ਸੀਟ ਤੇ ਹੁਸ਼ਿਆਰਪੁਰ ਦੀ ਸੀਟ ਜਿੱਥੋਂ ਬੋਝਨ ਸਮਾਜ ਪਾਰਟੀ ਪਹਿਲਾਂ ਵੀ ਚੰਗਾ ਪ੍ਰਦਰਸ਼ਨ ਕਰਦੀ ਰਹੀ ਹੈ ਉਹ ਦੋ ਸੀਟਾਂ ਬੋਝਨ ਸਮਾਜ ਪਾਰਟੀ ਛੱਡ ਸਕਦੀ ਹੈ ਤੇ ਬਸ ਪਾ ਮੰਗੂਗੀ ਤੇ ਤੀਸਰੀ ਸੀਟ ਵੀ ਤੀਸਰੀ ਵੀ ਤੇ ਮੈਨੂੰ ਇਹ ਲੱਗਦਾ ਕਿ ਫਿਰੋਜ਼ਪੁਰ ਲੋਕ ਸਭਾ ਹਲਕੇ ਦੀ ਸੀਟ ਜਿਹੜੀ ਹੈ ਉਹ ਬੋਝਨ ਸਮਾਜ ਪਾਰਟੀ ਨੂੰ ਜਿਹੜੀ ਹੈ ਉਹ ਛੱਡੀ ਜਾ ਸਕਦੀ ਹੈ ਬੋਝਨ ਸਮਾਜ ਪਾਰਟੀ ਨੂੰ ਫਿਰੋਜ਼ਪੁਰ ਦੀ ਉਹਦਾ ਕਾਰਨ ਹੈ ਇੱਕ ਤਾਂ ਕਿਉਂਕਿ ਉੱਥੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਚੋਣ ਲੜਦੇ ਆ ਐਮਪੀ ਨੇ ਅਮਰੀਕਾ ਕਿ ਕਿ ਪਈ ਅਸੀਂ ਇਕੱਠੇ ਜੁੜਦੇ ਹਿੱਤਾਂ ਦੇ ਵਿੱਚ ਬਹੁਜ ਸਮਾਜ ਪਾਰਟੀ ਨਾਲ ਰੱਖਣ ਦੇ ਲਈ ਇਕੱਠੇ ਜੁੜ ਧਰਮ ਨਿਭਾਉਣ ਦੇ ਲਈ ਫਿਰੋਜ਼ਪੁਰ ਹਲਕਾ ਜਿਹੜਾ ਉਹ ਬੀਐਸਪੀ ਨੂੰ ਛੱਡਿਆ ਫਿਰ ਇਹ ਵੀ ਨਹੀਂ ਹੋਏਗਾ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਚੋਣ ਕਿਉਂ ਲੜੀ ਇਹ ਫਿਰੋਜ਼ਪੁਰ ਤੋਂ ਪਹਿਲਾਂ ਵੀ ਜੇ ਮੈਂ ਗਲਤ ਨਹੀਂ ਤਾਂ ਮੂਰ ਸਿੰਘ ਫਰੀਆਂ ਵਾਲੇ ਅਗੇ ਲੀਡਰ ਚੜੇ ਨੇ ਉਹ ਕਿਸੇ ਪਲੇ ਬਹੁਜ ਸਮਾਜ ਪਾਰਟੀ ਵੱਲੋਂ ਪ੍ਰਤੀਨਿਧਤਾ ਕਰਦੇ ਰਹੇ ਆ ਫਿਰ ਇਸ ਹਿਸਾਬ ਦੇ ਨਾਲ 13 ਸੀਟਾਂ ਪੰਜਾਬ ਦੀਆਂ ਤੇ 14ਵੀਂ ਚੰਡੀਗੜ੍ਹ ਦੀ ਉਹਦੇ ਵਿੱਚੋਂ 5 ਬੀਜੇਪੀ ਦੀਆਂ ਹੋ ਗਈਆਂ ਤਿੰਨ बसपा ਦੀਆਂ ਹੋ ਗਈਆਂ 8 ਤੇ ਬਾਕੀ ਜਿਹੜੀਆਂ 6 ਸੀਟਾਂ ਨੇ ਉਹਦੇ ਵਿੱਚ ਸੰਗਰੂਰ ਵੀ ਆਉਂਦਾ ਉਹਦੇ ਵਿੱਚ ਪੀਪੀ ਬਾਦਲ ਹੋਰ ਆਲਾ ਬਠਿੰਡਾ ਵੀ ਆਉਂਦਾ ਉਹਦੇ ਵਿੱਚ ਸ਼੍ਰੀ ਫਤਿਹਗੜ ਸਾਹਿਬ ਵੀ ਆਉਂਦਾ ਉਹਦੇ ਵਿੱਚ ਖਡੂਰ ਸਾਹਿਬ ਵੀ ਆਉਂਦਾ ਉਹਦੇ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਵੀ ਆਉਂਦਾ ਇਹ ਸਾਰੇ ਹਲਕਿਆਂ ਤੋਂ ਫਿਰ ਅਕਾਲੀ ਦਲ ਦੇ ਉਮੀਦਵਾਰ ਖੜੇ ਹੋ ਸਕਦੇ ਆ ਪਿਛਲੀ ਵਾਰ ਅਕਾਲੀ ਦਲ ਦੇ 2 ਐਮਪੀ ਸੀ ਤਾਂ ਜੇ ਤਿੰਨੇ ਰਲ ਕੇ ਲੜਦੇ ਆ ਜੇ ਅਕਾਲੀ ਦਲ ਦੇ ਐਮਪੀਜ਼ ਦੀ ਗਿਣਤੀ ਵੱਧ ਕੇ 3 ਜਾਂ 4 ਵੀ ਹੋ ਜਾਂਦੀ ਹੈ ਅਗਲੇ ਕਹਿਣਗੇ ਕਿ ਸਾਡੇ ਦੁਗਣੇ ਚੱਤੇ ਆ ਇਹ ਕੋ ਵਟਸਐਪ ਇੱਕ ਗੱਲ ਤੇ ਹੈਗੀ ਆ ਜਿੱਦਾਂ ਤੁਸੀਂ ਹਿਸਾਬ ਲਾਇਆ ਨਾ ਤੇ ਜਿੱਦਾਂ ਮੇਰਾ ਖਲੋਸਾ ਦਾ ਸੁਣਨ ਦੇਖਣ ਵਾਲਿਆਂ ਨੂੰ ਵੀ ਲੱਗਿਆ ਹੋਵੇ ਵੀ ਲੈ ਵੀ ਪਰ ਮੀਰ ਸਿੰਘ ਬਾਠ ਹੋਰਾਂ ਨੇ ਤੇ ਕਰਤਾ ਹੀ ਸਾਰਾ ਕੰਮ ਤੇ ਜਾਪਿਆ ਇਦਾਂ ਵੀ ਜਿੱਦਾਂ ਐ ਖੋਏ ਵਾਲੀ ਬਰਫੀ ਜਿਹੜੀ ਉਹ ਬਣਾਈ ਹੋਵੇ ਤੇ ਚਾਕੂ ਤੁਹਾਨੂੰ ਫੜਾਇਆ ਹੋਵੇ ਤੇ ਤੁਸੀਂ ਐ ਬਰਾਬਰ ਬਰਫੀ ਦੇ ਪੀਸ ਕਰਦੇ ਹੋ ਵੀ ਆਹ ਲੈ ਵੀ ਇਧਰੋਂ ਪਹਿਨਾ ਇਦਾਂ ਲੀਕਾ ਮਾਰ ਲੈਣੀ ਆ ਫਿਰ ਦੂਜੇ ਲੋਕ ਲੀਕਾ ਮਾਰ ਲੈਣੀਆਂ ਇੰਨੀ ਇੱਕ ਬਰਫੀ ਫਲਾਣਿਆਂ ਦੀ ਇੰਨੀ ਇੱਕ ਬਰਫੀ ਫਲਾਣਿਆਂ ਦੀ ਇੰਨੀ ਬਰਫੀ ਫਲਾਣਿਆਂ ਦੀ ਪਰ ਜਦੋਂ ਆਪਾਂ ਰਾਜਨੀਤੀ ਦੀ ਗੱਲ ਕਰਦੇ ਆਂ ਤੇ ਰਾਜਨੀਤੀ ਇੰਨੀ ਸੌਖੀ ਇੱਕ ਇੱਕ ਹਲਕੇ ਦਾ ਨਾਮ ਲਿਆ ਨਾ ਤੇ ਜਿਹਨੂੰ ਤੁਸੀਂ ਹਲਕਾ ਦੇਤਾ ਉਸ ਪਾਰਟੀ ਵਾਲ ਨੂੰ ਤੇ ਹੋ ਗਿਆ ਵੀ ਲੈ ਸ਼ੁਕਰੀਆ ਭਾਈ ਆਪਣੀ ਗੱਲ ਬਣ ਜਾਣੀ ਤੇ ਜਿਹੜੇ ਦੋ ਉਸੇ ਹੀ ਹੈ ਕਿਉਂਕਿ ਤਿੰਨਾਂ ਜਾਣਿਆਂ ਤਿੰਨ ਪਾਰਟੀਆਂ ਦਾ ਗੱਠ ਜੁੜ ਤੁਸੀਂ ਦੱਸਿਆ ਤੇ ਜਿਹੜੇ ਦੂਸਰੇ ਦੋ ਪਾਰਟੀਆਂ ਵਾਲੇ ਕੈਂਡੀਡੇਟ ਤੋਂ ਚਾਹਵਾਨ ਹੋਣੇ ਆ ਛੋਟਾ ਹਾਟ ਹੈਕ ਉਹਨਾਂ ਨੂੰ ਹੋਣੇ ਤੁਹਾਡੀ ਗੱਲ ਸੁਣ ਕੇ ਆ ਗਿਆ ਨਾ ਕਿਉਂਕਿ ਗੱਲ ਪਤਾ ਕੀ ਹੈ ਬਸਪਾਲੇ ਨਾਰਾਜ਼ ਨੇ ਬਸਪਾਲੇ ਨਾਰਾਜ਼ਗੀ ਸ਼ੋਅ ਕਰ ਰਹੇ ਨੇ ਜਸਵੀਰ ਸਿੰਘ ਗੜੀ ਹਰ ਦਾ ਬਿਆਨ ਵੀ ਆ ਗਿਆ ਇਹ ਗੱਲ ਬਿਲਕੁਲ ਠੀਕ ਹੈ ਇਹ ਆਪਾਂ ਹੁਣ ਨਹੀਂ ਈ ਆਪਾਂ ਉਦੋਂ ਤੋਂ ਕਹਿਣ ਲੱਗ ਪਏ ਸੀ ਜਦੋਂ ਅਜੇ ਬਸਪਾ ਵਾਲੇ ਵੀ ਨਹੀਂ ਸੀ ਕਹਿਣ ਲੱਗੇ ਵੀ ਯਾਰ ਜਿੰਨੀ شدت ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਕਦੀ ਕਿਸੇ ਲੀਡਰ ਦਾ ਕਦੀ ਕਿਸੇ ਲੀਡਰ ਦਾ ਬਿਆਨ ਆਉਂਦਾ ਵੀ ਹਾਂ ਵੀ ਜੇ ਕੋਈ ਗੱਲ ਚੱਲੀ ਦੀ ਫਿਰ ਦੇਖਾਂਗੇ ਹਾਂ ਵੀ ਸ਼ਾਇਦ ਕੋਈ ਕੱਲ ਧੁਕਦੀ ਆ ਕੋਈ ਗੱਲ ਨਹੀਂ ਜੀ ਸਮਾਂ ਆਉਣ ਤੇ ਦੱਸਾਂਗੇ ਪੁਰਾਣੇ ਸਾਥੀ ਨੇ ਉਦੋਂ ਆਪਾਂ ਗੱਲ ਕਰਦੇ ਸੀ ਵੀ ਯਾਰ ਅਕਾਲੀ ਦਲ ਜਿੱਦਾਂ ਇਹ ਗੱਲਾਂ ਕਰਦਾ ਵੀ ਆਪਾਂ ਉਹਨਾਂ ਬੀਜਪੀ ਨਾਲ ਸਮਝੌਤਾ ਕਰ ਲੈਣਾ ਜਿਹੜੇ ਬੰਦੇ ਬਾਹ ਫੜ ਕੇ ਨਾਲ ਤੋਰੇ ਸੀ ਯਾਰ ਉਹਨਾਂ ਦਾ ਤਾਂ ਕੁਛ ਪੁੱਛਦਾ ਸਲੋਪ ਹੀ ਉਹਨਾਂ ਦਾ ਕੀ ਕੀਤਾ ਕਿਤੇ ਉਹ ਕਿਉਂ ਬਿਆਨ ਆਇਆ ਨਹੀਂ ਸੀ ਅਜੇ ਤੱਕ ਵੀ ਕੋਈ ਪ੍ਰਤੀਕਿਰਿਆ ਨਹੀਂ ਆਈ ਪਰ ਹਾਂ ਚਲੋ ਬਸ ਪਾ ਨੇ ਆਪਣੀ ਨਰਾਜ਼ਗੀ ਜ਼ਾਹਰ ਕਰਤੀ ਵਧੀਆ ਗੱਲ ਪਰ ਹੁਣ ਜਿੱਦਾਂ ਮੈਂ ਉਹ ਬਰਫੀ ਦੇ ਟੁਕੜਿਆਂ ਵਾਲੀ ਗੱਲ ਕੀਤੀ ਮੈਨੂੰ ਲੱਗਦਾ ਵੀ ਹੁਣ ਇਹ ਗੱਲ ਸ਼ੁਰੂ ਹੋਣੀ ਆ ਵੀ ਉਹ ਜਿਹੜਾ ਪਹਿਲਾਂ ਖੋਆ ਮਾਰਨਾ ਬਰਫੀ ਵਾਲਾ ਉਹਦੇ ਲਈ ਕੜਾਈ ਚਾਹੀਦੀ ਆ ਕੜਾਈ ਧੋਣੀ ਕਿੰਨੇ ਆ ਮਾਂਜਣੀ ਕਿੰਨੇ ਆ ਉਦੋਂ ਬਾਅਦ ਥੱਲੇ ਕੋਲੇ ਕਿੰਨੇ ਲਿਆ ਕੇ ਡਾਉਣੇ ਆ ਉਦੋਂ ਬਾਅਦ ਪੱਠੀ ਨੂੰ ਹਵਾ ਕਿੰਨੇ ਮਾਰਨੀ ਆ ਜੇ ਪੱਖਾ ਹੈਗਾ ਤੇ ਫਿਰ ਪੱਖੇ ਦਾ ਪ੍ਰਬੰਧ ਕਿੰਨੇ ਕਰਨਾ ਜੇ ਡੀਜ਼ਲ ਵਾਲੀ ਪੱਠੀ ਹੈ ਤੇ ਡੀਜ਼ਲ ਦਾ ਪ੍ਰਬੰਧ ਕਿੰਨੇ ਕਰਨਾ ਤੇ ਸਭ ਤੋਂ ਵੱਡੀ ਗੱਲ ਇਹ ਵੀ ਖੁਰਪਾ ਕਿੰਨੇ ਫੇਰਨਾ ਇੰਨਾ ਜਰ ਵੀ ਅਖੀਰ ਖੂਆ ਬਣ ਜੇ ਤੇ ਫਿਰ ਆਪਾਂ ਖੋਏ ਵਾਲੀ ਬਰਫੀ ਦੇ ਪੀਸ ਕਟਿਏ ਉਹ ਜਿਹੜੀ ਕਵਾਏ ਦੇ ਆ ਨਾ ਜੇ ਮੈਂ ਇਹ ਕਹਾਂ ਵੀ ਹਫਤੇ ਜੋ ਜੋ ਤੇ ਦਸਾਂ ਦਿਨਾਂ ਚ ਹੋ ਜੂ ਇਹਦੀ ਮੈਨੂੰ ਆਸ ਨਹੀਂ ਲੱਗਦੀ ਕਿਉਂਕਿ ਜਿੱਥੇ ਕਿ ਜੇ ਜਾ ਕੇ ਬੀਜੇਪੀ ਅਜੇ ਸੈੱਟ ਆ ਤੇ ਬੀਜੇਪੀ ਨੇ ਪੂਰਾ ਦੇਸ਼ ਦੇਖਣਾ ਤੇ ਦੇਸ਼ ਦੇ ਵਿੱਚ ਵੀ ਉਹਨਾਂ ਨੇ ਇਸ ਲੈਵਲ ਤੱਕ ਦੀ ਮੈਨੂ ਟ ਜਿਹੜੀ ਉਹ ਕਹੋਗੇ ਵੀ ਆਪਣੇ ਪਲੈਨਿੰਗ ਕੀਤੀ ਆ ਕਿ ਉਸ ਪਲੈਨਿੰਗ ਦੇ ਵਿੱਚ ਪੰਜਾਬ ਦੀਆਂ 13 ਸੀਟਾਂ ਦਾ ਨੰਬਰ ਹੋ ਸਕਦਾ ਜੇ ਬਹੁਤ ਪਿੱਛੇ ਹੋਵੇ ਕਿਉਂਕਿ ਬਹੁਤ ਵੱਡੇ ਵੱਡੇ ਸੂਬੇ ਨੇ ਜਿਨ੍ਹਾਂ ਸੂਬਿਆਂ ਦੀ ਸੈਟਿੰਗ ਉਹਨਾਂ ਕਰਨੀ। ਇਹ ਰਹੀ ਗੱਲ ਬਸ ਪਾ ਦੀ। ਬਸ ਪਾ ਵੀ ਕਿਉਂਕਿ ਨੈਸ਼ਨਲ ਪਾਰਟੀ ਆ ਖਵਾਉਂਦੀ ਆ। ਉਹਨਾਂ ਦੇ ਫੈਸਲੇ ਵੀ ਯੂਪੀ ਉਹ ਭੈਣ ਮਾਇਆਵਤੀ ਹੁਣੀ ਕਰਦੇ ਆ। ਉਹਨਾਂ ਨੂੰ ਜਾ ਕੇ ਗੜੀ ਸਾਹਿਬ ਸਮਝਾਉਣਗੇ। ਉੱਥੇ ਉਹ ਕੋਈ ਗੱਲ ਸਮਝਦੇ ਕਿ ਨਹੀਂ ਸਮਝਦੇ ਉਹ ਆਪਣੇ ਪੱਖ ਦੀ ਗੱਲ ਕਰਨਗੇ ਜਾਂ ਫਿਰ ਕੁਛ ਨਾ ਕੁਛ ਵੱਧ ਘੱਟ ਦੀ ਗੱਲ ਕਰਨਗੇ। ਉੱਥੋਂ ਜੋ ਫੈਸਲਾ ਹੋਣਾ ਗੜੀ ਸਾਹਿਬ ਨੂੰ ਕਰਨਾ ਪੈਣਾ ਆਪਣੇ ਤੌਰ ਤੇ ਵੀ ਕੁਝ ਨਹੀਂ ਕਰ ਸਕਦੇ। ਰੀਗਲ ਅਕਾਲੀ ਦਲ ਦੀ ਹੁਣ ਜਿੰਨੀਆਂ ਸੀਟਾਂ ਤੁਸੀਂ ਵੱਢ ਕੇ ਤੇ ਬਰਫੀ ਦੇ ਆ ਪੀਸਾਂ ਦੇ ਵਿੱਚ ਕਿੱਥੇ ਤੇ ਬੰਦੇ ਨੂੰ ਪਤਾ ਹੋਵੇ ਵੀ ਵੀਰ ਤੈਨੂੰ ਇੱਕੋ ਪੀਸ ਮਿਲਣਾ ਮਿੱਠਾ ਵੇਖਣ ਲਈ ਤੇ ਤੁਸੀਂ ਅਚਾਨਕ ਹੀ ਤਿੰਨ ਤਿੰਨ ਚਾਰ ਚਾਰ ਇੱਧਰ ਦੇ ਦੇ ਤਿੰਨ ਤਿੰਨ ਚਾਰ ਚਾਰ ਉਧਰ ਦੇ ਦੇ ਤੇ ਜਿਹੜੇ ਬੰਦੇ ਸ਼ੁਰੂ ਤੋਂ ਮਤਲਬ ਕੜਾਈ ਦੇ ਘਰੇ ਘਰੇ ਬੈਠਣ ਵੀ ਲੈ ਆ ਵੀ ਬਰਫੀ ਦਾ ਹੁਣ ਖੋਆ ਵਾਜ ਜਾਣਾ ਤੇ ਹੁਣ ਇਹਨੇ ਪੀਸ ਆਪਣੇ ਉਹਨਾਂ ਨੂੰ ਵੀ ਤੇ ਮਨਾਉਣਾ ਪੈਣਾ ਨਹੀਂ ਕਿਉਂਕਿ ਅਕਾਲੀ ਦਲ ਦੇ ਵਿੱਚੋਂ ਤੇ ਅੱਗੇ ਹੀ ਪ੍ਰੋਬਲਮ ਸੀ ਵੀ ਨਾਰਾਜ਼ਗੀ ਕਰਕੇ ਨਹੀਂ ਦਰਬਾਰ ਜਾ ਰਹੇ ਨੇ ਮਾਫੀਆਂ ਮੰਗ ਮੰਗ ਕੇ ਲੀਡਰਸ਼ਿਪ ਜਿਹੜੀ ਉਹਨਾਂ ਲੀਡਰਾਂ ਨੂੰ ਵਾਪਸ ਲਿਆ ਰਹੀ ਆ ਤੇ ਹੁਣ ਜੇ ਕਿਸੇ ਨੂੰ ਇਹ ਜਿਹੀ ਮੁਸ਼ਕਲ ਆ ਗਈ ਯਾਰ ਮੇਰੇ ਵਾਲੀ ਸੀਟ ਕੱਟੀ ਜਾ ਸਕਦੀ ਮੇਰੇ ਵਾਲੇ ਹਲਕੇ 'ਚ ਕੋਈ ਹੋਰ ਆ ਸਕਦਾ ਜਾਂ ਮੇਰੇ ਵਾਲਾ ਹਲਕਾ ਕਿਸੇ ਹੋਰ ਨੂੰ ਮਿਲ ਸਕਦਾ ਤੇ ਨਰਾਜ਼ਗੀ ਦਾ ਸਾਹਮਣਾ ਸ਼੍ਰੋਮਣੀ ਕਾਲੀ ਦਲ ਨੂੰ ਵੀ ਕਰਨਾ ਪੈ ਸਕਦਾ ਇਸ ਕਰਕੇ ਉਹਨਾਂ ਨੂੰ ਵੀ ਆਪਣੇ ਲੀਡਰ ਮਨਾਉਣੇ ਪੈਣੇ ਆ ਉਲ ਮਲਾ ਕੇ ਪਰ ਇੰਨਾ ਹੈ ਕਿ ਕੋਈ ਨਾ ਕੋਈ ਤਹਿ ਤੇ ਇਹਨਾਂ ਨੂੰ ਬਿਠਾਉਣੀ ਪੈਣੀ ਆ ਪਰ ਉਹ ਤਹਿ ਬੈਂਦਿਆਂ ਬੈਂਦਿਆਂ ਅਜੇ ਸਮਾਂ ਲੱਗ ਜੂਗੀ ਕਿ ਕਹਿੰਦੇ ਸੰਧਾਰਿਆ ਸਭ ਦੇਖੋ ਬੀਜੇਪੀ ਦੇ ਸੂਬਾ ਪ੍ਰਧਾਨ ਜਾਖੜ ਸਾਹਿਬ ਨੇ ਤੇ ਜਾਖੜ ਸਾਹਿਬ ਨੂੰ ਪ੍ਰਧਾਨਗੀ ਉਸ ਵੇਲੇ ਮਿਲੀ ਹੈ ਜਦੋਂ ਕਿਸਾਨ ਅੰਦolan ਤੋਂ ਬਾਅਦ ਬੀਜੇਪੀ ਪੰਜਾਬ ਚ ਦੁਬਾਰਾ ਉੱਭਰਨ ਦੇ ਲਈ ਯੋਰ ਲਰ ਰਹੀ ਹੈ ਤੇ ਅਕਾਲੀ ਦਲ ਨਾਲ ਹੈ ਨਹੀਂ। ਕੈਪਟਨ ਸਾਹਿਬ ਤੇ ਢੀਂਸਾ ਸਾਹਿਬ ਨਾਲ ਰਲ ਕੇ ਦੇਖ ਲਿਆ ਕੁਝ ਬਣਿਆ ਬਣਿਆ ਨਹੀਂ। ਕੈਪਟਨ ਸਾਹਿਬ ਤੋਂ ਚੱਲ ਨਾਲ ਹੀ ਆ ਗਏ। ਜਿਹੜੇ ਬੰਦੇ ਕਾਂਗਰਸ ਦੇ ਵਿੱਚੋਂ ਲੈ ਜਾਂਦੇ ਸੀ ਉਹਨਾਂ ਦੇ ਵਿੱਚੋਂ ਆਧਿਕ ਵਾਪਸ ਸੇਵਾ ਗਿਆ। ਕਈ ਸਮੱਸਿਆਵਾਂ ਹਨ ਨੇ ਤੇ ਜਾਖੜ ਸਾਹਿਬ ਦੇ ਲਈ ਜ਼ਰੂਰੀ ਹੈ ਕਿ ਉਹ ਰਿਜ਼ਲਟ ਦੇਣ। ਤੇ ਰਿਜ਼ਲਟ ਅੰਕੜਿਆਂ ਦੇ ਰੂਪ ਦੇ ਵਿੱਚ ਮੰਗਦੇ ਹੁੰਦੇ ਆ ਪੋਲਿਟ ਪਰ ਜੇ 4-5 ਸੀਟਾਂ ਸਮੇਤ ਚੰਡੀਗੜ੍ਹ ਬੀਜੇਪੀ ਨੂੰ ਮਿਲਦੀਆਂ ਉਹਦੇ ਵਿੱਚੋਂ ਇੱਕ ਦੋ ਸੀਟਾਂ ਦੇ ਉੱਤੇ ਅਗਲੇ ਦੋ ਸੀਟਾਂ ਤੇ ਹੱਥ ਮਾਰਦੇ ਆ ਤੇ ਦੱਸਣ ਵਾਲੇ ਹੋਣਗੇ ਕਿ ਭਾਈ ਆ ਦੇਖੋ ਅਸੀਂ ਖਾਤਾ ਖੋਲ੍ਹ ਲਈ ਸਾਡੀ ਗੱਲ ਬਣ ਗਈ ਅਸੀਂ ਦੋ ਤਿੰਨ ਐਮਪੀ ਉੱਥੋਂ ਜਿਤਾ ਕੇ ਲਿਆਏ ਆ ਅਕਾਲੀ ਦਲ ਤੇ ਪਿਛਲੀ ਵਾਰੀ ਦੋ ਐਮਪੀ ਸੀ ਅਕਾਲੀ ਦਲ ਦੇ ਲਈ ਬਹੁਤ ਜ਼ਰੂਰੀ ਹੈ ਕਿ ਜਿੱਦਾਂ ਦਾ ਸਖਤ ਮੁਕਾਬਲਾ ਹੋ ਜਾਣਾ ਜੇ ਕਾਂਗਰਸ ਤੇ ਆਪ ਦਾ ਕੱਟਸ਼ੂਟ ਹੋਇਆ ਹੁੰਦੋਂਦੀ ਨਹੀਂ ਕੋ ਫੁੰਦੇ ਕਿ ਭਾਈਆਂ ਕ੍ਰੈਡਿਟ ਰੂਪ ਦੇ ਵਿੱਚ ਕਿਉਂਕਿ ਜਿਸ ਦੇ ਨਤੀਜੇ ਆਉਣੇ ਆ ਉਸ ਤੇ ਲਿਖਿਆ ਹੋਣਾ ਆਕਾਲੀਆਂ ਕਿੰਨੀਆਂ ਕਾਂਗਰਸ ਦੀਆਂ ਕਿੰਨੀਆਂ ਅਕਾਲੀਆਂ ਦੀਆਂ ਕਿੰਨੀਆਂ ਭਾਜਪਾ ਦੀਆਂ ਕਿੰਨੀਆਂ ਉਸ ਵੇਲੇ ਫਿਰ ਉੱਥੇ 1 2 3 4 ਜਾਂ 5 ਲਿਖਾਉਣਾ ਬੜਾ ਜ਼ਰੂਰੀ ਹੈ ਅਕਾਲੀ ਦਲ ਦੇ ਲਈ ਕੁਝ ਐਮਪੀ ਜਿਤਾ ਕੇ ਲੋਕ ਸਭਾ ਚ ਭੇਜਣੇ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਜੇ ਕਹਾਂ ਨੂੰ ਭਾਜਪਾ ਦੀ ਸਰਕਾਰ ਬਣਦੀ ਹੈ ਮੰਤਰੀ ਮੰਡਲ ਦੇ ਵਿੱਚ ਔਤਾ ਵੀ ਮਿਲ ਸਕਦਾ ਵਰਕਰ ਵੀ ਥੋੜੇ ਜਿਹੇ ਉਤਸ਼ਾਹ ਦੇ ਵਿੱਚ ਆ ਸਕਦੇ ਆ ਕਿ ਨਹੀਂ ਭਾਈ ਸਾਡੀ ਹੁਣ ਦੁਬਾਰਾ ਗੱਲਬਾਤ ਬਣਨ ਲੱਗ ਪਈ ਹੈ ਤੇ ਬਹੁਤ ਜਿ ਉਸ ਵਾਈ ਪਾਰਟੀ ਦਾ ਤਾਂ ਬੀਆਂ ਬੱਚੀਆਂ ਸਰਹਮਤ ਸੁੱਕਾ ਟੁੱਟਿਆ ਅਕਾਲੀ ਦਲ ਨਾਲ ਰੜਕੇ ਕਿ ਭਾਈ ਇੱਕ ਐਮਐਲਏ ਜਿੱਤੇ ਆ ਉਹ ਕਿਉਂ ਨਹੀਂ ਚਾਣਗੇ ਕਿ ਪੰਜਾਬ ਤੋਂ ਦੁਬਾਰਾ ਇੱਕ ਅਦਾ ਐਮਪੀ ਜਿੱਤ ਜਾਏ ਇਸ ਕਰਕੇ ਤਿੰਨੇ ਤਰ੍ਹਾਂ ਲੋੜਵੰਦ ਨੇ ਲੋੜਵੰਦ ਤਾਂ ਦੂਜੇ ਕਾਂਗਰਸ ਦੇ ਆਪ ਵਾਲੇ ਵੀ ਹੈ ਪਰ ਇਹ ਤਿੰਨੇ ਤਰ੍ਹਾਂ ਦੀ ਇਸੇ ਕਰਕੇ ਤਹਿ ਜਿਹੜੀ ਵੱਜਣ ਦੀ ਕਿਤੇ ਨ ਕਿਤੇ ਆਸ ਹੈਗੀ ਹੈ ਕਿ ਇਹ ਲੋੜਵੰਦ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਆਪ ਕੋ ਆਪਣੇ ਖਾਤੇ ਖੋਲ੍ਹ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰਨੀ ਹੈ ਤੇ ਉਹਦੇ ਲਈ ਕਿਉਂਕਿ ਸਾਰੀਆਂ ਤਰ੍ਹਾਂ ਮੈਂ ਤੁਹਾਨੂੰ ਅਗੋਂ ਦੱਸ ਦਿੰਦਾ ਤੁਸੀਂ ਮਾਇਆਪਤੀ ਜੀ ਦਾ ਜ਼ਿਕਰ ਕੀਤਾ ਚੰਗਾ ਕੀਤਾ ਉੱਥੇ ਉੱਤਰ ਪ੍ਰਦੇਸ਼ ਕੀ ਹੈ ਮਾਇਆਪਤੀ ਹੋਰਾਂ ਦੀ ਸਮਾਜਵਾਦੀ ਪਾਰਟੀ ਨਾ ਬਣਦੀਨੀ ਸਮਾਜਵਾਦੀ ਪਾਰਟੀ ਦੀ ਕਾਂਗਰਸ ਨਾ ਬਣਦੀ ਹੈ ਇਕੱਠ ਜੁੜਾਂਗੇ ਲਿਆਂਦਾ ਉੱਥੇ ਤੇ ਜਦੋਂ ਫਿਰ ਯੂਪੀ ਦੇ ਵਿੱਚ ਕਾਂਗਰਸ ਦੇ ਬਿਲਕੁਲ ਵਿਰੋਧ ਦੇ ਵਿੱਚ ਬੀਬੀ ਜੀ ਨੇ ਚੋਣ ਲੜਨੀ ਹੈ ਤਾਂ ਫਿਰ ਇੱਥੇ ਵੀ ਜੇ ਕਾਂਗਰਸ ਦੇ ਵਿਰੋਧ ਦੇ ਵਿੱਚ ਭਾਜਪਾ ਜਾਂ ਅਕਾਲੀ ਦਲ ਦੇ ਨਾਲ ਸਾਂਝੇ ਤੌਰ ਤੇ ਲੜ ਕੇ ਚੋਣ ਲੜਨ ਹੁੰਦੀ ਹੈ ਤਾਂ ਕੋਈ ਵੱਡੀ ਗੱਲ ਨਹੀਂ ਇਹ ਨਾਲੇ ਉੱਥੇ ਤੱਕ ਸਨੇਹਾ ਜੀ ਇਧਰ ਉਧਰ ਪਹੁੰਚ ਗਿਆ ਕਿ ਪਾਈਏ ਚੰਗਾ ਅਸੀਂ ਚਾਹੁੰਦੇ ਆ ਤਾਂ ਫਿਰ ਅਗਲਿਆਂ ਨੇ ਲੜ ਵੀ ਲੈਣਾ ਸੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਐਤਕੀ ਬਹੁਤ ਦਿਲਚਸਪ ਸਥਿਤੀ ਹੋ ਜਣੀ ਹੈ ਕਈ ਵਾਰੀ ਨਾ ਸੰਤਾਲੀਆ ਸਾਹਿਬ ਜੀ ਤੋਂ ਬਰਫੀ ਸਾਰੀ ਕ ਉੰਝਿਆ ਖਾਚੇ ਜਿਹੜੀ ਚੀਜ਼ ਲੱਗੀ ਰਹਿੰਦੀ ਸਵਾਦ ਬੜੀ ਲੱਗਦੀ ਉਹ ਇਹ ਤੇ ਹੁਣ ਤੁਸੀਂ ਐਵੇਂ ਲਾਰੇ ਲਾਉਨੇ ਆ ਬਾਕੀਆਂ ਨੂੰ ਵੀ ਕੋਈ ਨਹੀਂ ਕੋਈ ਨਹੀਂ ਹੌਸਲਾ ਰੱਖੋ ਇੰਦਾ ਨਹੀਂ ਹੁਣ ਤੁਸੀਂ ਜਿੱਦਾਂ ਕੱਟ ਕੇ ਪੀਸ ੜਡੋੜ ਕੀਤੇ ਨੇ ਪੰਜਾਂ ਚੌਨ ਨੂੰ ਨਰਾਜ਼ ਤੇ ਕੀਤਾ ਅੱਛਾ ਚਲੋ ਆਪਾਂ ਹੁਣ ਜਿਹੜੀ ਜਿਸ ਚੀਜ਼ ਦਾ ਕਰਕੇ ਤੁਸੀਂ ਇਹ ਪੂਰਾ ਗੱਠ ਜੁਰ ਬਣਾਉਣ ਦੀ ਕੋਸ਼ਿਸ਼ ਕੀਤੀ ਆਪਾਂ ਉਹਨਾਂ ਵਾਲੇ ਪਾਸੇ ਵੀ ਆ ਜਾਈਏ ਉਹਨਾਂ ਦੇ ਇੰਚਾਰਜ ਸਾਬ ਤਿੰਨ ਚਾਰ ਦਿਨ ਪੰਜਾਬ ਚ ਲਾਗੇ ਬਿਬਿੰਦਰ ਯਾਦਵ ਸਾਹਿਬ ਨਵੇਂ ਆਏ ਸੀ ਪਹਿਲਾਂ ਚਲੋ ਉਹਨਾਂ ਨੇ ਗੁਰੂ ਘਰ ਮੱਥਾ ਟੇਕ ਕੇ ਰੱਬ ਦਾ ਨਾਮ ਲਿਆ ਉਹਨਾਂ ਨੇ ਸ਼ੁਕਰੀਆ ਕੀਤਾ ਹਣਾ ਤੇ ਚਲੋ ਪੰਜਾਬ ਦੀ ਇਨਚਾਰਜ ਜੀ ਮਿਲੀ ਆ ਯਾਰ ਮੈਂ ਕਿਸੇ ਨਾ ਕਿਸੇ ਤਰ੍ਹਾਂ ਸੈੱਟ ਕਰਾਂ ਪਰ ਇਹਨਾਂ ਤੇ ਜ਼ਰੂਰ ਆ ਮੀਡੀਆ 'ਚ ਗੱਲ ਆਵੇ ਚਾਹੇ ਨਾ ਆਵੇ ਉਹ ਪੰਜਾਬ ਕਾਂਗਰਸ ਦੇ ਲੀਡਰਾਂ ਦਾ ਬੁਖਾਰ ਚੈੱਕ ਕਰਕੇ ਚਲੇਗੀ ਕਿ ਕਿਹੜਾ ਲੀਡਰ ਬਖਸ਼ਿਓਂ ਬੋਲਦਾ ਕਿਹੜਾ ਲੀਡਰ ਪਾਰਟੀ ਨਾਲ ਆ ਕਿਹੜਾ ਲੀਡਰ ਥੋੜਾ ਜਿਹਾ ਘਰ ਨੂੰ ਸਿਆਣਾ ਕਿਹੜੇ ਲੀਡਰ ਤੇ ਕਿੰਨਾ ਯਕੀਨ ਕੀਤਾ ਜਾ ਸਕਦਾ ਕਿਹੜੇ ਤੇ ਨਹੀਂ ਕੀਤਾ ਜਾ ਸਕਦਾ ਇਹਨਾਂ ਹਿਸਾਬ ਤੂੰ ਲਾ ਕੇ ਚੱਲਗੇ ਹੋਣੇ ਕਿਉਂਕਿ ਨਵੇਂ ਚਾਰਜ ਸਾਹਬ ਆਉਂਦਿਆਂ ਸਾਰੇ ਤਿੰਨ ਚਾਰ ਦਿਨਾਂ ਦੇ ਵਿੱਚ ਹੀ ਜਿਸ ਹਸਾਬ ਦਾ ਕਾਟੋ ਕਲੀਸ਼ ਕਾਂਗਰਸ ਪਾਰਟੀ ਦੇ ਅੰਦਰ ਅੰਦਰ ਲੀਡਰਾਂ ਨੇ ਇੱਕ ਦੂਸਰੇ ਦੇ ਨਾਲ ਦਿਖਾਇਆ ਉਹਦੇ ਤੋਂ ਮੈਨੂੰ ਲੱਗਦਾ ਕਿ ਵੀ ਯਾਦਵ ਸਾਹਿਬ ਵੀ ਉੱਤੇ ਜਾ ਕੇ ਹੋ ਸਕਦਾ ਵੀ ਹਾਈ ਕਮਾਂਡ ਨੂੰ ਕਹਿਣ ਕਿ ਮਹਾਰਾਜ ਮਰਨਾਲ ਪੁੱਤਰ ਉਹ ਕਮਾਉਣ ਵਾਲੀ ਗੱਲ ਕੀਤੀ ਲੱਗਦੀ ਹੈ ਤੁਸੀਂ ਆ ਆ ਜਿਹੜਾ ਕੰਮ ਹੋਇਆ ਪਿਆ ਸੀ ਪਟਾਕਾ ਪਿਆ ਸੀਗਾ ਉਹ ਤੁਸੀਂ ਹੁਣ ਮੇਰੇ ਗੱਲ ਪਾਤਾ ਕਿਉਂਕਿ ਗੱਲ ਇਹ ਆ ਵੀ ਦੇਖੋ ਪਹਿਲਾਂ ਤੇ ਸੀਗੀ ਤੁਖਦੀ ਇਹ ਧੁਖਦੀ ਦੇ ਵਿੱਚ ਹਨ ਮੀਡੀਆ ਦੇ ਵਿੱਚ ਹੀ ਗੱਲਾਂ ਗੁੱਲਾਂ ਚੱਲਦੀਆਂ ਸੀ ਕੋਈ ਬਹੁਤੀ ਇੱਧਰੋਂ ਉੱਧਰੋਂ ਬਿਆਨਬਾਜ਼ੀ ਨਹੀਂ ਸੀ ਹੁੰਦੀ ਪਰ ਉਹਨਾਂ ਦੀ ਇੱਥੇ ਫੇਰੀ ਦੇ ਦੌਰਾਨ ਜਿਸ ਤਰ੍ਹਾਂ ਉਹਨਾਂ ਰਾਜਾ ਵਿੜਿੰਗ ਸਾਹਿਬ ਵਾਲੇ ਪਾਸਿਓਂ ਵੀ ਨਿਸ਼ਾਨੇ ਲੱਗੇ ਕਿਉਂਕਿ ਉਹ ਮੌਜੂਦਾ ਪ੍ਰਧਾਨ ਨੇ ਤੇ ਸਾਹਮਣੇ ਉਹ ਨਵਜੋਤ ਸਿੰਘ ਸਿੱਧੂ ਵਾਲੇ ਪਾਸਿਓਂ ਵੀ ਨਿਸ਼ਾਨੇ ਲੱਗੇ ਉਹਦੇ ਤੋਂ ਮੈਨੂੰ ਇਹ ਗੱਲ ਜਾਪਦੀ ਆ ਕਿ ਉਹ ਕੋਈ ਚੰਗਾ ਪ੍ਰਭਾਵ ਲੈ ਕੇ ਨਹੀਂ ਗਏ ਹੋਣੇ ਬਾਕੀ ਚਲੋ ਆਪਾਂ ਉਸ ਲੜਾਈ ਤੇ ਆਉਣ ਤੋਂ ਪਹਿਲਾਂ ਥੋੜੀ ਜੀ ਇਹ ਗੱਲ ਕਰਨੀ ਵੀ ਮੀਟਿੰਗ ਦੇ ਵਿੱਚ ਦਵਿੰਦਰ ਯਾਦਵ ਸਾਹਿਬ ਨੇ ਇੰਨਾ ਜ਼ਰੂਰ ਕਹਿ ਦਿੱਤਾ ਕਿ ਜਿਹੜੀ ਉਹ ਹੁਣ ਮੈਂ ਹਾਈ ਕਮਾਂਡ ਦੇ ਨਾਲ ਜਾ ਕੇ ਕਰੂੰਗਾ ਕਿਉਂਕਿ ਮੈਂ ਪੰਜਾਬ ਦੀ ਸਾਰੀ ਲੀਡਰਸ਼ਿਪ ਦੇ ਵੱਖ-ਵੱਖ ਬਿਆਨ ਸੁਣ ਲਏ ਇੱਕ ਗੱਲ ਨੋਟ ਕਰਨ ਵਾਲੀ ਸੀ ਕਿ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਨਹੀਂ ਕਰਨਾ ਉਹਨਾਂ ਇਹ ਕਿਹਾ ਕਿ ਕੁਝ ਨੇ ਇਦਾਂ ਦੇ ਸੁਝਾਅ ਦਿੱਤੇ ਨੇ ਕੁਝ ਨੇ ਉਦਾਂ ਦੇ ਸੁਝਾਅ ਦਿੱਤੇ ਨੇ ਮਤਲਬ ਕੁਝ ਲੀਡਰ ਇਧਰ ਨੇ ਕੁਝ ਲੀਡਰ ਉਧਰ ਨੇ ਮਤਲਬ ਇਹ ਕਿ ਹੋ ਸਕਦਾ ਕੁਝ ਲੀਡਰ ਇਹ ਵੀ ਹੋਣ ਜਿਹੜੇ ਚਾਹੁੰਦੇ ਹੋਣ ਕਿ ਆਪਾਂ ਗੱਠ ਜੋੜ ਕਰ ਲਈਏ ਤੇ ਕੁਝ ਲੀਡਰ ਇਹੋ ਜਿਹੇ ਨੇ ਪੰਜਾਬ ਕਾਂਗਰਸ ਦੇ ਤੇ ਜਿਹੜੇ ਬਿਲਕੁਲ ਨਹੀਂ ਚਾਹੁੰਦੇ ਕਿ ਗੱਠ ਜੋੜ ਹੋਵੇ ਉਹ ਰਿਪੋਰਟ ਲੈ ਕੇ ਜਦੋਂ ਦਵਿੰਦਰ ਯਾਦਵ ਸਾਹਿਬ ਉੱਥੇ ਹਾਈ ਕਮਾਂਡ ਕੋਲ ਪਹੁੰਚਣਗੇ ਤੇ ਮੇਰਾ ਖਿਆਲ ਅੱਜ ਮੀਟਿੰਗ ਵੀ ਹੈ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਪਾਰਟੀ ਦੀ ਹੋ ਸਕਦਾ ਵੀ ਉਸ ਰਿਪੋਰਟ ਦਾ ਕਾਗਜ਼ ਜੀ ਖੜਗੀ ਸਾਹਿਬ ਤੱਕ ਪਹੁੰਚ ਗਿਆ ਤੇ ਕੋਈ ਨਾ ਕੋਈ ਸਲਾਹ مشورہ ਉਹ ਵੀ ਕਰ ਲੈਣ ਕਿ ਗਾਹੋਂ ਕਿਦਾਂ ਤੁਰਨਾ ਮੈਂ ਇੱਕ ਵਾਰੀ ਗੁਰਪ੍ਰੀਤ ਸਿੰਘ ਸੰਧਾਲੀਆ ਹੋਰਾਂ ਦੇ ਘਰੇ ਸਕੂਟਰ ਮੰਗਣ ਗਿਆ ਉਹਦਾ ਸਕੂਟਰ ਪਿੰਡਾਂ ਚ ਠਾਟੀ ਹੁੰਦੇ ਸੀ ਕਿੱਥੇ ਸਾਲ ਦੇ ਕੋਈ ਦੇ ਤੱਕ ਵੀ ਸਕੂਟਰ ਐ ਨਹੀਂਗਾ ਕਿਸੇ ਵੱਡੇ ਬੰਦੇ ਦਾ ਨਾਮ ਲਾਓ ਮਹਾਰਾਜ ਮਰਕੂਰ ਤੇ ਸਾਇਕਲ ਆ ਲਿਆ ਬਸ ਤੇ ਤੁਸੀਂ ਮੇਰੀ ਹੁਣ ਗੱਲ ਸੁਣੋ ਸਿਆਣਾ ਦੇ ਦਿਨ ਇਹ ਮਾਂ ਨਾਲੇ ਮੰਜੇ ਤੇ ਬੈਠੇ ਮੂੰਗੜੀ ਚੱਪਣ ਤੇ ਨਾਲ ਦੇ ਮੰਜੇ ਦੇ ਉੱਤੇ ਬੀਬੀ ਹੋਣੀ ਸਾਗ ਛੱਲਣ ਤੇ ਕੋਲ ਇਹਨਾਂ ਦੇ ਸਕੂਟਰ ਖੜਾ ਬੜਾ ਵਧੀਆ ਦਿੱਸਦਾ ਦੋ ਟਾਇਰਾਂ ਵਾਲਾ ਸਕੂਟਰ ਤੇ ਬੱਕਾ ਪਾਸ ਸਕੂਟਰ ਚਾਈਦਾ ਹੀ ਭਾਜੀ ਜ਼ਰੂਰੀ ਸੀਗਾ ਵੀ ਸਕੂਟਰ ਤਾਂ ਨਹੀਂ ਸਕੂਟਰ ਤਾਂ ਕੋਲ ਲੈ ਕੇ ਗਿਆ ਸਾਡੇ ਸਕੂਟਰ ਕਿੱਥੇ ਸਕੂਟਰ ਕੋਲ ਖੜਾ ਪਮੇਯਾ ਕੀ ਉਹ ਇਹ ਨਹੀਂ ਮਜੂਰ ਆਇਆ ਕਿ ਉੱਥੇ ਮੁੜਿਆ ਭਾਈ ਚੀਜ਼ ਮਾਲਕ ਅਗਲੇ ਬੰਦੇ ਜੋ ਮਰਜੀ ਕਹਿਣ ਹੁਣ ਕੀ ਕਹਿ ਸਕਦੇ ਆ ਪਰ ਮੇਰੀ ਇਸ ਘਟਨਾ ਦਾ ਸੰਧਾਲੀਆ ਸਾਹਿਬ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠ ਜੁੜਨਾ ਪੂਰਾ ਸਬੰਧ ਨਹੀਂ ਤੁਸੀਂ ਇਹ ਦੇਖੋ ਹੁਣ ਤੋਂ ਥੋੜੀ ਘੰਟੇ ਬਾਅਦ ਉਹ ਮੀਟਿੰਗ ਹੋਣੀ ਹੈ ਜਿਹਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਮੁਕਲ ਵਾਸਨਿਕ ਸਾਹਿਬ ਨੇ ਸ਼ਾਮਲ ਹੋਣਾ ਤੇ ਨਾਲ ਸ਼ੋਕ ਪਹਿਲੋਤ ਸਾਹਿਬ ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਉਹ ਕਾਂਗਰਸ ਨੂੰ ਰਿਪਰੈਜ਼ੈਂਟ ਕਰਨਗੇ ਦੂਜੇ ਪਾਸਿਓਂ ਡਾਕਟਰ ਸੰਦੀਪ ਪਾਠਕ ਤੇ ਬੀਬੀ ਆਤਸ਼ੀ ਸਿੰਘ ਆਮ ਆਦਮੀ ਪਾਰਟੀ ਵੱਲੋਂ ਇਹ ਕੋਈ ਚੋਪਚਪੀ ਤੇ ਮੀਟਿੰਗ ਨਹੀਂ ਹੈ ਇਹ ਬੀਤੇ ਕੱਲ ਸਵੇਰੇ ਅਨਾਉਂਸ ਕਰ ਦਿੱਤਾ ਗਿਆ ਸੀ ਕਿ ਕਾਂਗਰਸ ਤੇ ਆਪ ਦੇ ਗੱਠ ਜੋੜ ਦੇ ਲਈ ਦੂਸਰੀ ਮੀਟਿੰਗ ਭਲਕੇ ਹੋਏਗੀ ਜਾਨੀ ਕਿ ਅੱਜ ਅਨਾਉਂਸ ਐਲਾਨਨੀਆ ਮੀਟਿੰਗ ਤੇ ਪਿਛਲੀ ਮੀਟਿੰਗ ਦੇ ਵਿੱਚ ਕਾਂਗਰਸ ਦੇ ਮੁਸਲ ਮੁਕਰਵਾਸਨੀਕ ਸਭ ਕਹਿ ਚੁੱਕੇ ਸੀ ਕਿ ਭਾਈ ਗੱਠ ਜੋੜ ਤਾਂ ਹੋਣਾ ਸੀਟਾਂ ਦੀ ਵੰਡ ਲਈ ਮੀਟਿੰਗ ਕਰ ਰਹੇ ਹਾਂ ਜਦੋਂ ਐਲਾਨ ਹੋ ਚੁੱਕਿਆ ਕਿ ਕੱਠ ਜੁੜ ਹੋਣਾ ਸੀਟਾਂ ਦੀ ਵੰਡ ਦੇ ਲਈ ਦੂਸਰੀ ਮੀਟਿੰਗ ਭੜ ਕੇ ਐਨ ਉਸੇ ਵੇਲੇ ਮਸਕੂਟਰ ਵਾਲੀ ਗੱਲ ਨਾਲ ਇਹਨੂੰ ਜੋੜ ਲਿਓ ਐਨ ਉਸੇ ਵੇਲੇ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਸਿੰਘ ਮਾਨ ਸਾਹਿਬ ਕਹਿੰਦੇ ਕਿ 13 ਦੀਆਂ 13 ਪੰਜਾਬ ਸੀਟਾਂ ਅਸੀਂ ਜਿੱਤਣੀਆਂ 13 ਜ਼ੀਰੋ ਨਾਲ ਮੈਚ ਜਿੱਤਣਾ ਲੋੜ ਹੀ ਕੋਈ ਨਹੀਂ ਕਿਸੇ ਚੀਜ਼ ਦੀ ਲੋਕਾਂ ਨੇ ਕੰਮ ਹੀ ਇੰਨਾ ਸਿਰੌਣਾ ਕਿ ਸਾਰੇ ਬੰਦੇ 13 ਦੇ 13 ਸਾਡੇ ਜਿੱਤਣਗੇ ਉਧਰ ਰਾਜਾਪਟਿੰਗ ਸਾਹਿਬ ਨੂੰ ਪੁੱਛਿਆ ਉਹ ਕਹਿੰਦੇ ਜੀ ਸਾਨੂੰ 13 ਦੀਆਂ 13 ਸੀਟਾਂ ਤੇ ਤਿਆਰੀ ਕਰਨ ਦੇ ਲਈ ਆਖਿਆ ਗਿਆ ਅਸੀਂ ਤਾਂ ਦੇਖੋ ਦਿਨ ਰਾਤ ਇੱਕ ਕੀਤਾ ਹੋਇਆ ਸਾਡੀ ਤਾਂ ਯਾਤਰਾ ਦੀ ਵੀ ਪੂਰੀ ਤਿਆਰੀ ਹੈ। ਯਾਨੀ 13 ਹੀ ਸੀਟਾਂ ਕਾਂਗਰਸ ਜਿੱਤ ਰਹੀ ਹੈ। 13 ਹੀ ਸੀਟਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਿੱਤ ਰਹੀ ਹੈ। ਤੇ ਉਧਰੋਂ ਐਲਾਨ ਕੇ ਮੀਟਿੰਗ ਕੀਤੀ ਜਾ ਰਹੀ ਹੈ ਕਿ ਸੀਟਾਂ ਦੀ ਵੰਡ ਦੇ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਇਕੱਠ ਜੁੜ ਜਿਹੜਾ ਉਹਦੀ ਸੀਟਾਂ ਦੀ ਵੰਡ ਅਸੀਂ ਕਰਨੀ ਹੈ। ਇਹ ਤਾਂ ਸਪਟਰੀ ਗੱਲ ਹੀ ਆ ਨਸੰਦਾਰੀ ਕਿਸਾ ਪਾਪਾ ਨਾਲ ਜੋੜੀ ਹੈ ਭਵੇਂ ਨਾ ਚੋੜੀ ਹੁਣ ਜਾਂ ਤਾਂ ਅਗਲੇ ਨੇ ਚੁੱਪ-ਗੁੱਪ ਮੀਟਿੰਗ ਕਰਨੀ ਹੋਵੇ ਜਾਂ ਕਹਿਣ ਜੀ ਕੋਈ ਹੋਰ ਮੀਟਿੰਗ ਹੈ ਇਹ ਅਸੀਂ ਕਿਸੇ ਹੋਰ ਮੁੱਦੇ ਤੇ ਦੱਸ ਕੇ ਮੀਟਿੰਗ ਕਰ ਰਹੇ ਹਾਂ ਤੁਸੀਂ ਇਧਰ ਕਿਈ ਜਾਣੇ ਉਹ ਕਿ ਗੱਠ ਚੋੜ ਨਹੀਂ ਹੋਣਾ ਹੁਣ ਤੁਸੀਂ ਹੋਰ ਦੇਖੋ ਸਵੇਰੇ ਸਵੇਰੇ ਕਾਂਗਰਸ ਪਾਰਟੀ ਦੇ ਲਈ ਇਹ بڑا ਵੱਡਾ ਸੰਕਟ ਹੈ ਵੈਸੇ ਇਹ ਸੰਕਟ ਫੋਨ ਤਾਂ ਨਹੀਂ ਪ੍ਰਾਣਾ ਕਾਂਗਰਸ ਪਾਰਟੀ ਆਪਣੇ ਇਤਿਹਾਸ ਨੂੰ ਦੁਹਰਾ ਰਹੀ ਹੈ ਕਾਂਗਰਸ ਪਾਰਟੀ ਲੀ ਪਾੜ ਕੇ ਨਹੀਂ ਚੱਲਣਾ ਚਾਹੁੰਦੀ ਜਦੋਂ ਬੀਬੇ ਸਿੰਘ ਉਹਰੀ ਮੁੱਖ ਮੰਤਰੀ ਹੁੰਦੇ ਸੀ ਉਸ ਵੇਲੇ ਇਹਨਾਂ ਦਾ ਹਰਜਨ ਸਿੰਘ ਬਰਾੜ ਹੋਰਾਂ ਦੇ ਨਾਲ ਪੰਗਾ ਹੁੰਦਾ ਸੀ ਬਰਾੜ ਸਾਹਿਬ ਗੁੱਸੇ ਰਹਿਿੰਦੇ ਹੁੰਦੇ ਸੀ ਚਲੋ ਬਾਅਦ ਵਿੱਚ ਉਹ ਮੁੱਖ ਮੰਤਰੀ ਬਣੇ ਫਿਰ ਜਦੋਂ ਕੈਪਟਨ ਮਰਿੰਦਰ ਸਿੰਘ ਹੋਰਾਂ ਨੂੰ ਕਾਂਗਰਸ ਦਾ ਪ੍ਰਧਾਨ ਬਣਾਤਾ ਤੇ 2002 ਦੇ ਵਿੱਚ ਉਹ ਮੁੱਖ ਮੰਤਰੀ ਬਣ ਗਏ ਅਕਾਲੀਆਂ ਤਾਂ ਗੁੱਸੇ ਹੋ ਕੇ ਆਏ ਸੀ ਬੀਪੀ ਰਜਿੰਦਰ ਕੁਰ ਪਠਾਨ ਪੰਜਾਬ ਚ ਘੱਟ ਤੇ ਦਿੱਲੀ ਚ ਬਹੁਤਾ ਰਹਿੰਦੇ ਹੁੰਦੇ ਸੀ ਪੂਰੀ ਲੜਾਈ ਸੀ ਤੇ ਉਪ ਮੁੱਖ ਮੰਤਰੀ ਬਣ ਕੇ ਪਰਤੇ ਸੀ ਫਿਰ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਮਰਿੰਦਰ ਸਿੰਘ ਦਾ ਰੌਲਾ 2017 ਦੀ ਇਲੈਕਸ਼ਨ ਤੱਕ ਪੈਂਦਾ ਰਿਹਾ ਜਦੋਂ ਫਿਰ ਕੈਪਟਨ ਸਾਹਿਬ ਨੂੰ ਮੁੱਖ ਮੰਤਰੀ ਬਣਾਤਾ ਫਰ ਨਵਜੋਤ ਸਿੰਘ ਸਿੱਧੂ ਸੁਖਜਿੰਦਰ ਸਿੰਘ ਰੰਧਾਵਾ ਸਰਕਾਰੀਆ ਸਾਹਿਬ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਹੋਰ ਕਿੰਨੇ ਲੀਡਰ ਉਹ ਕੈਪਟਨ ਸਾਹਿਬ ਦੇ ਪਿੱਛੇ ਪੈ ਗਏ ਜਦੋਂ ਕੈਪਟਨ ਸਾਹਿਬ ਨੂੰ ਲਾਹਤਾ ਤੇ ਰੰਧਾਵਾ ਸਾਹਿਬ ਤੇ ਸਿੱਧੂ ਸਾਹਿਬ ਦਾ ਪੰਗਾ ਪੈ ਗਿਆ ਜਦੋਂ ਚੰਨੀ ਸਾਹਿਬ ਨੇ ਮੁੱਖ ਮੰਤਰੀ ਬਣਾਤਾ ਤੇ ਸਿੱਧੂ ਸਾਹਿਬ ਪਰੇ ਹੋ ਗਏ ਹੁਣ ਬੜਿੰਗ ਸਾਹਿਬ ਪ੍ਰਧਾਨ ਤੇ ਬਾਜਵਾ ਸਾਹਿਬ ਜਿਹੜੇ ਆ ਵਿਰੋਧੀ ਧਿਰ ਦੇ ਲੀਡਰ ਨੇ ਤਾਂ ਸਿੱਧੂ ਸਾਹਿਬ ਕਿੱਧਰ ਨੂੰ ਜਾਂਦੇ ਆਪਾਂ ਨੂੰ ਚੰਗੇ ਤਰੀਕੇ ਪਤਾ ਕੱਲ ਸਵੇਰੇ ਸਵੇਰੇ ਜਦੋਂ ਆਉਂਤਵਿੰਦਰ ਯਾਦਵ ਸਾਹਿਬ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੇ ਨਾਲ ਮੀਟਿੰਗ ਕਰਨੀ ਉਦੋਂ ਵੜਿੰਗ ਸਾਹਿਬ ਆਏ ਤਾਂ ਵੜਿੰਗ ਸਾਹਿਬ ਨੂੰ ਪੱਤਰਕਾਰਾਂ ਨੇ ਪੁੱਛਿਆ ਜੀ ਕਿੱਦਾਂ ਤੁਸੀਂ ਸਿੱਧੂ ਸਾਹਿਬ ਨੂੰ ਮਿਲਣਾ ਹੈ ਉਹ ਕਦੀ ਮੇਰੇ ਸਿੱਧੂ ਸਾਹਿਬ ਨਾਲ ਕੋਈ ਮੀਟਿੰਗ ਨਹੀਂ ਹੈ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਹੈ ਅਸੀਂ ਤਾਂ ਉਹਦੇ ਵਿੱਚ ਹਿੱਸਾ ਲੈਣ ਤੇ ਲਈ ਆਏ ਹਾਂ ਮੈਂ ਸੂਬਾ ਪ੍ਰਧਾਨ ਹਾਂ ਮੈਂ ਤਾਂ ਉੱਥੇ ਬਹਿਣਾ ਯਾਨੀ ਕਲੀਅਰ ਸੀ ਉਹਨਾਂ ਦੀ ਗੱਲ ਇਹਨੇ ਨੂੰ ਸਿੱਧੂ ਸਾਹਿਬ ਨੇ ਟਵੀਟ ਕਰਤਾ ਐਕਸ ਦੇ ਉੱਤੇ ਪੋਸਟ ਕਰ ਦਿੱਤੀ ਸ਼ੇਅਰ ਜਿਆ ਉਹ ਬੜਾ ਆਪਣੀ ਪਾਰਟੀ ਦੇ ਲੀਡਰਾਂ ਤੇ ਲਾਇਆ ਲੱਗਦਾ ਸੀ ਪੱਤਰਕਾਰਾਂ ਨੇ ਵੜਿੰਗ ਸਾਹਿਬ ਨੂੰ ਪੁੱਛਿਆ ਜੀ ਉਹਨਾਂ ਨੇ ਤਾਂ ਫਰੀਦਾ ਲਿਖ ਦਿੱਤਾ ਹੁਣ ਉਹ ਕਹਿੰਦੇ ਜੀ ਸਿੱਧੂ ਸਾ ਅਜੇ ਕਿਸੇ ਹੋਰ ਬਾਰੇ ਲਿਖਿਆ ਤਾਂ ਮੈਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ ਤੇ ਸਿੱਧੂ ਸਾਹਿਬ ਨੂੰ ਜਦੋਂ ਪੁੱਛਿਆ ਕਿ ਤੁਸੀਂ ਪਾਈ ਹੁਣ ਯਾਦਵ ਸਾਹਿਬ ਦੇ ਨਾਲ ਮੀਟਿੰਗ ਕਰਕੇ ਬਾਹਰ ਆਏ ਹੋ ਉਹ ਕਹਿੰਦੇ ਜੀ ਪਹਿਲੀ ਗੱਲ ਰੈਲੀਆਂ ਜਾਰੀ ਰਹਿਣਗੀਆਂ 21 ਤਰੀਕ ਨੂੰ ਮੋਗਾ ਜ਼ਿਲ੍ਹੇ ਦੇ ਵਿੱਚ ਰੈਲੀ ਹੈ ਦੂਸਰਾ ਉਹ ਕਹਿੰਦੇ ਜਦੋਂ ਹਸ਼ਾਰਪੁਰ ਆਣੀ ਰੈਲੀ ਸੀ ਮੈਂ ਦਵਿੰਦਰ ਯਾਦਵ ਸਾਹਿਬ ਨੂੰ ਮਿਲ ਕੇ ਤੇ ਦੱਸ ਕੇ ਗਿਆ ਤੇ ਉਹਨਾਂ ਤੋਂ ਆਗਿਆ ਲੈ ਕੇ ਗਿਆ ਮੈਂ ਕੋਈ ਗਲਤ ਨਹੀਂ ਕੀਤਾ ਤੀਸਰੀ ਗੱਲ ਉਹ ਕਹਿੰਦੇ ਜੇ ਕੋਈ ਚੰਗਾ ਲੀਡਰ ਮੇਰੇ ਤੋਂ ਚੰਗਾ ਲੀਡਰ ਹੋਊਗਾ ਮੈਂ ਉਹਦੇ ਪਿੱਛੇ ਤੁਰੂੰਗਾ ਇਹਦਾ ਕੀ ਅਥਲੀ ਇਹਨੂੰ ਲੱਗਦਾ ਕਿ ਮੌਜੂਦਾ ਲੀਡਰਸ਼ਿਪ ਚੰਗੀ ਨਹੀਂ ਚੌਥੀ ਗੱਲ ਉਹ ਕਹਿੰਦੇ ਜਿਹੜਾ ਬਾਰ-ਬਾਰ ਡਿਸਪਲਿਨ ਡਿਸਪਲਿਨ ਅਨੁਸ਼ਾਸਨ ਅਨੁਸ਼ਾਸਨ ਦਾ ਰੌਲਾ ਕਹਿੰਦੇ ਮੇਰੇ ਤੇ ਲਾਗੂ ਹੁੰਦਾ ਕੱਲੇ ਤੇ ਬਾਕੀਆਂ ਤੇ ਵੀ ਡਿਸਪਲਿਨ ਤੇ ਅਨੁਸ਼ਾਸਨ ਲਾਗੂ ਹੋਣਾ ਚਾਹੀਦਾ ਬਾਕੀ ਕਹਿੰਦੇ ਕੋਈ ਨਾ ਨਹੀਂ ਹਾਈ ਕਮਾਂਡ ਦੇ ਆਪਾਂ ਨਾਲ ਇਹ ਕੋਈ ਗੱਲ ਤੇ ਪੱਕੀ ਆ ਕਿ ਨਵਜੋਤ ਸਿੰਘ ਸਿੱਧੂ ਸਾਹਿਬ ਤੇ ਪਲੱਸ ਜਿਹੜੀ ਕਹੋ ਕਿ ਕਾਂਗਰਸੀ ਲੀਡਰਸ਼ਿਪ ਆ ਉਹ ਵਿਚਲਾ ਜਿਹੜਾ ਉਹ ਪਾੜਾ ਕਹਿ ਲਓ ਦੂਰੀ ਕਹਿ ਲਓ ਉਹ ਦਿਨੋਂ ਤੋਂ ਵਾਅਦਾ ਜਾ ਰਿਹਾ ਪਰ ਇਹ ਗੱਲ ਇਹ ਵੀ ਕਲੀਅਰ ਨਹੀਂ ਹੋ ਰਹੀ ਕਿ ਕੌਣ ਕਿੰਨਾ ਸਹੀ ਆ ਤੇ ਹਾਈ ਕਮਾਂਡ ਕਿਹਦੇ ਨਾਲ ਆ ਕਿਹਦੇ ਨਾਲ ਨਹੀਂ ਆ ਕਿਉਂਕਿ ਵਿਚ ਵਿਚ ਗੱਲਾਂ ਤੋਂ ਇਹ ਜਾਪਦਾ ਵੀ ਹਾਈ ਕਮਾਂਡ ਵਾਲੇ ਥਾਪੜਾ ਸਿੱਧੂ ਸਾਹਿਬ ਨੂੰ ਵੀ ਦੇਖ ਕੇ ਰੱਖਦੇ ਆ ਤੇ ਗੱਲ ਉਹ ਪੰਜਾਬ ਦੀ ਬਾਕੀ ਲੀਡਰਸ਼ਿਪ ਜਾਂ ਕਹਿ ਲਓ ਕਿ ਪ੍ਰਧਾਨ ਵੜਿੰਗ ਸਾਹਿਬ ਦੀ ਵੀ ਨਹੀਂ ਮੋੜਦੇ ਹੁਣ ਗੱਲ ਸਾਡੀ ਠੀਕ ਆ ਕਿ ਦਵਿੰਦਰ ਯਾਦਵ ਸਾਹਿਬ ਨੇ ਮੀਡੀਆ ਨਾਲ ਵੀ ਇਹ ਗੱਲ ਕਹੀ ਕਿ ਉਹ ਕਹਿੰਦੇ ਵੀ ਦੇਖੋ ਜੀ ਉਹ ਜਿਹੜੀ ਉਹਨਾਂ ਦੀ ਮੀਟਿੰਗ ਸੀ ਵੱਖਰੀ ਨੌਂ ਵਾਲੀ ਉਹ ਦਿਨ ਦੀ ਤਾਂ ਸਿੱਧੂ ਸਾਹਿਬ ਨੇ ਪਰਮਿਸ਼ਨ ਲਈ ਸੀ ਤੇ ਗਾਂ ਦੇ ਮਤਲਬ ਇਹ ਹੋ ਗਿਆ ਵੀ ਜਿਸ ਜਿਹੜੀਆਂ ਮੀਟਿੰਗਾਂ ਦੇ ਉੱਪਰ ਜਿਹੜੀਆਂ ਰੈਲੀਆਂ ਦੇ ਉੱਪਰ ਪੰਜਾਬ ਦੀ ਲੀਡਰਸ਼ਿਪ ਇਤਰਾਜ਼ ਕਰਦੀ ਸੀ ਉਸ ਚੀਜ਼ ਦੀ ਪਰਮਿਸ਼ਨ ਦਵਿੰਦਰ ਯਾਦਵ ਸਾਹਿਬ ਕਹੇ ਲੋ ਜਾਂ ਹਾਈ ਕਮਾਂਡ ਕਹੇ ਲੋ ਆਲਰੇਡੀ ਦਿੱਤੀ ਸੀ ਇਹਦਾ ਮਤਲਬ ਇਹ ਹੋ ਗਿਆ ਵੀ ਜੇ ਉਹ ਪਰਮਿਸ਼ਨ ਲੈ ਕੇ ਕੰਮ ਆਲਰੇਡੀ ਕਰਦੇ ਪਿਆ ਤੇ ਜਿਹੜੇ ਪੰਜਾਬ ਦੇ ਵਿੱਚ ਵਿਚਾਰੇ ਕਾਂਗਰਸੀ ਲੀਡਰ ਇਹ ਕਹਿੰਦੇ ਸੀ ਕਿ ਉਹ ਪਾਰਟੀ ਦਾ ਪ੍ਰੋਗਰਾਮ ਨਹੀਂ ਹੈਗਾ ਜੀ ਉਹ ਵੱਖਰੇ ਚੱਲਦੇ ਪਏ ਨੇ ਫਿਰ ਉਹ ਗਲਤ ਹੋਏ ਦੂਜੇ ਪਾਸੇ ਇਹ ਹੈ ਕਿ ਜੇ ਗਾਂ ਆਪਾਂ ਜੀ ਦੇਖਾਂਗੇ ਤਾਂ ਮਤਲਬ ਸਿੱਧੂ ਸਾਹਿਬ ਤਾਂ ਪ੍ਰੋਗਰਾਮ ਬਣਾਈ ਬੈਠੇ ਨੇ तरीका ਉਹਨਾਂ ਨੇ ਦਿੱਤੀਆਂ ਨੇ ਪੋਸਟਰ ਲੱਗੇ ਨੇ ਉਧਰ ਤਿਆਰੀਆਂ ਚੱਲਦੀਆਂ ਪਈਆਂ ਨੇ ਪਰ ਦਵਿੰਦਰ ਯਾਦੂ ਸਾਹਿਬ ਦਾ ਇਹ ਪਹਿਣਾ ਕਹਿਣਾ ਵੀ ਗਾਂਹ ਜੀ ਦੇਖਾਂਗੇ ਇਹਦਾ ਮਤਲਬ ਅਗਲੀ ਪਰਮਿਸ਼ਨ ਤੁਸੀਂ ਨਹੀਂ ਦਿੱਤੀ ਤੇ ਜੇ ਇਹੋ ਜਿਹਾ ਭੰਬਲ ਪੂਸਾ ਤੇ ਫਿਰ ਜਿਹੜੇ ਵਿਚਾਰੇ ਕਾਂਗਰਸੀ ਲੀਡਰ ਵਿਰੋਧ ਕਰਦੇ ਸੀ ਜਾਂ ਹੁਣ ਜੀ ਉਹਨਾਂ ਨੂੰ ਲੱਗਦਾ ਸੀ ਯਾਰ ਪਰਮਿਸ਼ਨ ਲੈ ਕੇ ਆਏ ਨੇ ਇਸ ਕਰਕੇ ਆਪਾਂ ਨੂੰ ਮੀਟਿੰਗ ਤੇ ਰੈਲੀ 'ਚ ਜਾਣਾ ਚਾਹੀਦਾ ਉਹ ਪਤਾ ਨਹੀਂ ਜਾਣਗੇ ਕਿ ਨਹੀਂ ਜਾਣਗੇ ਇਹ ਜਿਸ ਜਗ੍ਹਾ ਦੇ ਉਪਰ ਆਣ ਕੇ ਗੱਡਾ ਇਸ ਵਕਤ ਕਾਂਗਰਸ ਪਾਰਟੀ ਵਾਲੇ ਨੇ ਫਸਾ ਲਿਆ ਇਹ ਮੈਨੂੰ ਲੱਗਦਾ ਬੜਾ ਕਸੂਤਾ ਟਾਈਮ ਆ ਬੜਾ ਮਾੜਾ ਟਾਈਮ ਆ ਔਰ ਮੈਨੂੰ ਆ ਤੁਹਾਡੀਆਂ ਗੱਲਾਂ ਦੇ ਵਿੱਚੋਂ ਗੱਲ ਨਿਕਲੀ ਸੀ ਤੁਸੀਂ ਆਪੇ ਕਿਹਾ ਸੀ ਅਰਚਨ ਸਿੰਘ ਬਰਾੜ ਹੋਰਾਂ ਦਾ ਪੰਗਾ ਹੁੰਦਾ ਸੀ ਉਹ ਵੀ ਮੁੱਖ ਮੰਤਰੀ ਬਣ ਗਏ ਉਸ ਤੋਂ ਬਾਅਦ ਬੀਬੀ ਪਟਲੂ ਹੋਰਾਂ ਦਾ ਪੰਗਾ ਸੀ ਉਹ ਵੀ ਉਸ ਕੁਰਸੀ ਤੱਕ ਪਹੁੰਚ ਗਏ ਜੇ ਜੰਨੀ ਸਾਹ ਦਾ ਪਿਆਰ ਸੀ ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ ਜੇ ਅਪਰੰਧਾਵਾ ਸਾਹਿਬ ਦੀ ਗੱਲ ਕਰ ਲਈਏ ਉਹਨਾਂ ਦਾ ਰੇਡਕਾ ਵੀ ਉਹ ਉਪ ਮੁੱਖ ਮੰਤਰੀ ਬਣ ਗਏ ਹੁਣ ਤੇ ਰਾਜਾ ਵੜਿੰਗ ਸਾਹਿਬ ਨਾ ਤਾਂ ਮੁੱਖ ਮੰਤਰੀ ਬਣੇ ਨੇ ਨਾ ਉਪ ਮੁੱਖ ਮੰਤਰੀ ਬਣੇ ਨੇ ਨਾ ਸਿੱਧੂ ਸਾਹਿਬ ਮੁੱਖ ਮੰਤਰੀ ਬਣੇ ਨਾ ਉਪ ਮੁੱਖ ਮੰਤਰੀ ਬਣਿਆ ਤੇ ਰੇਡਕਾ ਜੇ ਇਸ ਵਕਤ ਇਹਨਾਂ ਦੋਵਾਂ ਦਾ ਚੱਲਦਾ ਇਰ ਜਿਹੜੀ ਤੁਸੀਂ ਪੁਰਾਣੀ ਇਤਿਹਾਸਕ ਗੱਲ ਸੁਣਾਈ ਹੈ ਫਿਰ ਆਪਾਂ ਸੋਚੀਏ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਇਹਨਾਂ ਦੋਹਾਂ 'ਚੋਂ ਉਹਦਾ ਇਹਨਾਂ ਦੋਵਾਂ ਬੰਦਿਆਂ ਦੇ ਕੋਲ ਹੋਗਾ ਇਦਾਂ। ਇਹ ਕੋ ਕਾਂਗਰਸ ਪਾਰਟੀ ਦੇ ਲਈ ਜੇ ਇਹ ਹਰਚਰਨ ਸਿੰਘ ਬਰਾੜ, ਬੀਬੀ ਪਠੱਲ, ਚਰਨਜੀਤ ਸਿੰਘ ਚੰਨੀ ਕੈਪਟਨ ਸਾਹਿਬ ਬਣ ਜਾਂਦੇ ਆ ਤਾਂ ਵੱਖਰੀ ਗੱਲ ਹੈ। ਇਹ ਗੱਲ ਕਾਂਗਰਸ ਦੇ ਲਈ ਮਾੜੀ ਹੋਗੀ ਕਿ ਇਹਨਾਂ ਦੇ ਵਿੱਚੋਂ ਕੋਈ ਮਮਤਾ ਬੇਨਰਜੀ, ਸ਼ਰਦ ਪਵਾਰ, ਪੀਏ ਸੰਗਮਾ ਇਹ ਨਾ ਵੱਢ ਜਣ। ਕਿਉਂਕਿ ਜੀ ਇਹ ਬਣ ਜਾਣਗੇ ਫਿਰ ਥੋੜੇ ਜਿਆਦਾ ਔਖਾ ਹੋਊਗਾ ਕਿਉਂਕਿ ਕਾਂਗਰਸ ਪਾਰਟੀ ਪਹਿਨੇ ਵਿਧਾਨ ਸਭਾ ਦੀਆਂ ਚੋਣਾਂ 'ਚ ਹਾਰ ਤੋਂ ਬਾਅਦ ਕਈ ਲੀਡਰ ਆਪਣੇ ਗਵਾ ਚੁੱਕੀ ਐ ਲੀਡਰ ਦੂਸਰੀਆਂ ਪਾਰਟੀਆਂ ਜਾ ਚੁੱਕੇ ਐ ਮਸਾ ਰਾਜਾ ਵੜਿੰਗ ਸਾਹਿਬ ਤੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਪੈਰਾ ਸਰ ਕਰਦੇ ਆ ਪਾਰਟੀ ਨੂੰ ਫਿਰ ਵਿੱਚ ਕੋਈ ਨਾ ਕੋਈ ਜੜਾ ਉਹ ਪੰਗਾ ਜਿਆ ਪੈ ਜਾਂਦਾ ਹੁਣ ਚਲੋ ਜਯਾਦਵ ਸਾਹਿਬ ਨੇ ਹੁਣ ਦਿੱਲੀ ਨੂੰ ਚਲੇ ਜਾਣਾ ਜਾ ਕੇ ਸਥਿਤੀ ਦੱਸ ਦੇਣਗੇ ਇੱਕ ਗੱਲ ਹੋਰ ਬੜੀ ਕਮਾਲ ਦੀ ਸੀ ਆਪਾਂ ਚੇਤੇ ਨਾ ਪਲਾਦੀਏ ਸਿੱਧੂ ਸਾਹਿਬ ਨੇ ਕਲ ਕਹੀ ਉਹ ਕਹਿੰਦੇ ਜਿਹੜੇ ਪਿਛਲੇ ਇਨਚਾਰਜ ਸੀ ਨਾ ਰਾਜਸਥਾਨ ਪ੍ਰਿਸ਼ ਚੌਧਰੀ ਸਾਹਿਬ ਤੁਤ ਮੈਨੂੰ ਕਦੇ ਮਰੇ ਨਹੀਂ ਉਹਨਾਂ ਅਕਾਦਮਲ ਸੁਨੇਹੇ ਨਹੀਂ ਪੇਚਾ ਮੈਨੂੰ ਕਦੇ ਪੁੱਛਿਆ ਹੀ ਨਹੀਂ ਕਿ ਤੁਸੀਂ ਠੀਕ ਹੋ ਨਹੀਂ ਠੀਕ ਹੋ ਜਾਂ ਕਿਵੇਂ ਹੈ ਕਿ ਚਾਹੁੰਦੇ ਹੋ ਕਾਂਗਰਸ ਨੂੰ ਕਿਵੇਂ ਅੱਗੇ ਤੋਰੀਏ ਤੁਸੀਂ ਦੇਖੋ ਕਿ ਪਿਛਲੇ ਇੰਚਾਰਜ ਸਾਹਿਬ ਕਈ ਸਾਲ ਰਹਿ ਸਿੱਧੂ ਸਾਹਿਬ ਨਾਲ ਮੁਲਾਕਾਤ ਹੀ ਨਹੀਂ ਹੋਈ ਹੁਣ ਵਾਲੇ ਇੰਚਾਰਜ ਤੇ ਬਦਰ ਯਾਦਵ ਸਾਹਿਬ ਨੂੰ ਇੱਕ ਵਾਰੀ ਸਿੱਧੂ ਸਾਹਿਬ ਦਿੱਲੀ ਜਾ ਕੇ ਮਿਲਿਆ ਇੱਕ ਵਾਰੀ ਉਹਦਣ ਮਿਲਿਆ ਜਦੋਂ ਹਾਰਪੁਰ ਵਾਲੀ ਰੈਲੀ ਸੀ ਇੱਕ ਵਾਰੀ ਹੁਣ ਮਿਲਿਆ ਆ 15 ਦਿਨਾਂ ਦੇ ਵਿੱਚ ਇਹਨਾਂ ਦੇ ਨਾਲ ਤਿੰਨ ਮੁਲਾਕਾਤਾਂ ਹੋ ਗਈਆਂ ਚਲੋ ਪੋਲ ਬੜਾ ਕਿ ਮੈਂ ਫਿਰ ਕਹੀ ਨਾ ਰਾਜਾ ਵੜਿੰਗ ਕੋ ਹੋਰੀ ਅਜੀਬ ਉਹ ਬੈਲਸ ਰੱਖ ਕੇ ਚੱਲਦੇ ਆ ਉਹ ਅਜੀ ਬਹੁਤਾ ਨਹੀਂ ਬੋਲ ਰਹੇ ਉਹ ਬਹੁਤਾ ਕਿਉਂਕਿ ਲੀਟਰ ਨੇ ਪ੍ਰਧਾਨ ਨੇ ਅਗਲੇ ਉਹ ਕਹਿੰਦੇ ਹੋਣਗੇ ਪਾਰਟੀ ਚ ਫੁੱਟ ਪੈਣੀ ਚੰਗੀ ਨਹੀਂ ਰਾਜਾ ਵੜਿੰਗ ਸਾਹਿਬ ਲੀਤ ਹੀ ਚੱਲ ਰਿਹਾ ਜੀ ਇਹ ਲੀਤ ਚੱਲਣਾ ਉਹਨਾਂ ਦੀ ਮਜਬੂਰੀ ਵੀ ਹੈ ਨਾ ਕਿਉਂਕਿ ਇਸ ਵਕਤ ਬੱਸ ਦਾ ਯਾਨੀ ਕਿ ਕਾਂਗਰਸ ਪਾਰਟੀ ਦੀ ਪੰਜਾਬ ਵਾਲੀ ਬੱਸ ਦਾ ਸਟੀਰਿੰਗ ਉਹਨਾਂ ਦੇ ਹੱਥ 'ਚ ਆ ਤੇ ਜਿਹੜਾ ਬੰਦਾ ਡਰਾਈਵਰ ਹੋਵੇ ਨਾ ਉਹ ਪਿੱਛੇ ਜੇ ਮੰਨ ਲਓ ਕੋਈ ਝਗੜਾ ਵੀ ਚੱਲਦਾ ਕੁਝ ਵੀ ਚੱਲਦਾ ਭਾਵੇਂ ਕਿ ਉਹਨਾਂ ਦਾ ਨਾ ਵੀ ਆਮ ਆਪਾ ਬਸਾਂ ਹੀ ਦੇ ਖਤਰੋਂ ਛਤਰੀ ਗਾਲੋਂ ਗਾਲੀ ਹੁੰਦੇ ਆਂ ਦਾ ਸਵਾਰੀਆਂ ਨਾਲ ਤੂੰ ਆਇਆ ਨਹੀਂ ਕਿ ਤਾ ਉਤਰ ਜਾ ਥੱਲੇ ਡਾਕ ਹੋਣੇ ਮੈਂ ਮਾਰਦਾ ਸੀਟੀ ਆਖੇ ਤੂੰ ਟਿਕਟ ਦੇ ਪੈਸੇ ਨਹੀਂ ਦਿੱਤੇ ਉਹ ਡਰਾਈਵਰ ਜਿਹੜਾ ਜਿਹਨੂੰ ਪਤਾ ਹੁੰਦਾ ਵੀ ਮੈਂ ਯਾਰ ਚਲਾਉਣ ਡਿਆ ਉਹ ਪਿਛੇ ਨਹੀਂ ਧਿਆਨ ਦਿੰਦਾ ਉਹ ਸਾਹਮਣੇ ਧਿਆਨ ਰੱਖਦਾ ਮਾੜਾ ਮੋੜ ਸੁਣੀ ਸੁਣੀ ਜਾਂਦਾ ਵਿੱਚ ਕੋਈ ਪੁੱਛੇ ਮਾੜੀ ਜੀ ਗੱਲ ਕਰਦਾ ਚੱਲ ਜਾਣ ਦੇ ਜਾਣ ਦੇ ਯਾਰ ਕੋਈ ਨਹੀਂ ਦੇਖ ਦੇ ਦੇ ਉਹ ਜੇ ਮੰਨ ਲਓ ਕੱਲ ਨੂੰ ਉਹਨਾਂ ਦੇ ਕੋਲ ਸਟੀਅਰਿੰਗ ਨਾ ਰਿਹਾ ਜਾਂ ਉਹਨਾਂ ਨੇ ਆਪ ਛੱਡਤਾ ਫੇਰ ਆਪਾਂ ਰਾਜਾ ਵਿਡਿੰਗ ਸਾਹਿਬ ਦੇ ਜੀ ਪਿਛਲੇ ਹਸਾਬ ਨਾਲ ਦੇਖੀਏ ਤੇ ਸੁਭਾਅ ਦੇ ਉਹ ਵੀ ਬਹਾਵਾ ਤੱਤੇ ਨੇ ਉਹ ਮਿਆਦਾਂ ਨਾ ਵੀ ਚਲੂ ਇਹੋ ਜਿਹਾ ਨਾ ਹੀ ਸਮਾ ਆਵੇ ਕਾਂਗਰਸ ਪਾਰਟੀ ਦੇ ਉੱਪਰ ਚੰਗਾ ਪਰ ਦੂਜੇ ਪਾਸੇ ਮੈਨੂੰ ਲੱਗਦਾ ਵੀ ਜਿੰਨਾ ਤੱਤਾ ਕੰਮ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਉਹ ਰਾਣਿਆਂ ਚਾਕੀਆਂ ਦੇ ਮਾਮਲੇ ਦੇ ਉੱਪਰ ਕੀਤਾ ਸੀ ਉਹਨਾਂ ਦੀ ਗਰਮੀ ਉਹਨਾਂ ਦਾ ਗੁੱਸਾ ਲੱਗਦਾ ਵੀ ਕਿਤਨਾ ਕਿਤੇ ਰੰਗ ਬਖਾ ਗਿਆ ਕਿਉਂਕਿ ਹੁਣ ਰੱਖਿਆ ਮੰਤਰਾਲੇ ਨੇ ਕਹਿੰਦੇ ਆ ਵੀ ਇੱਕ ਨਵੀਂ ਜਿਹੜੀ ਸੂਚਨਾ ਜਾਰੀ ਕੀਤੀ ਹੈ ਵੀ 3 ਸਾਲਾਂ ਦਾ ਜਿਹੜਾ ਇੱਕ ਤਰ੍ਹਾਂ ਦਾ ਪਲਾਨ ਹੈ ਕਹਿੰ ਲੋ ਕਿ ਗਣਤੰਤਰ ਦਿਵਸ ਦੀ ਪਰੇਡ ਦੇ ਵਿੱਚ ਚਾਕੀਆਂ ਦਾ ਉਹ ਜਾਰੀ ਕਰ ਦਿੱਤਾ ਇਹਦੇ ਚ ਉਹਨਾਂ ਨੇ ਅਲੱਗ-ਅਲੱਗ ਜਿਹੜੇ ਕਹ ਲੋਕੇ ਵੀ ਆ ਰੀਜਨ ਨੇ ਦੇਸ਼ ਤੇ ਉਹਨਾਂ ਦੇ ਹਿਸਾਬ ਨਾਲ ਕਿਹਾ ਵੀ ਇਸ ਤਰ੍ਹਾਂ ਆਪਾਂ ਰੀਜਨ ਵਾਈਜ਼ ਜਿਹੜੀਆਂ ਨੇ ਝਾਕੀਆਂ ਇਹਨਾਂ ਨੂੰ ਸ਼ਾਮਿਲ ਕਰਿਆ ਕਰਾਂਗੇ ਤੇ ਪੰਜਾਬ ਦੀ ਜਿਹੜੀ ਝਾਕੀ ਆ ਉਹ ਹੁਣ ਅਗਲੇ ਸਾਲ 2025 ਦੇ ਵਿੱਚ ਸ਼ਾਮਿਲ ਹੋਏਗੀ ਹੀ ਹੋਏਗੀ ਇਹ ਉਹਨਾਂ ਨੇ ਹੁਣ ਤੋਂ ਕਲੀਅਰ ਕਰਤਾ ਹੁਣ ਇਹਦੇ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਹੋਣਾ ਕਿਹਾ ਕਹਿੰਦੇ ਵੀ ਇਦਾਂ ਕਿਦਾਂ ਹੁਣ ਜੂ ਆ ਕੇ ਮੰਨੇ ਜੇ ਤੁਸੀਂ ਪਹਿਲਾਂ ਮੰਨ ਜਾਂਦੇ ਹੁਣ ਇਹਦੇ ਤੇ ਗੱਲ ਥੋੜੀ ਜੀ ਮੈਨੂੰ ਲੱਗਦਾ ਵੀ ਕਿਸੇ ਨਾ ਕਿਸੇ ਪੱਖ ਤੋਂ ਲੋਕ ਆਵਾਦਮੀ ਪਾਰਟੀ ਦੇ ਹੱਕ ਚ ਦੇਖ ਰਹੇ ਆ ਉਹ ਭੀ 4733 ਮਾਡਲ ਭੇਜੇ ਜਾਣੇ ਤੇ ਉਹਨਾਂ ਤਿੰਨ ਦੇ ਤਿੰਨ ਮਾਡਲਾਂ ਦੇ ਵਿੱਚੋਂ ਵੀ ਕੋਈ ਪਸੰਦ ਨਹੀਂ ਆ ਰਿਹਾ ਤੇ ਕਿੱਥੇ ਇਹ ਵੀ ਐਲਾਨ ਕਰ ਦਿੱਤਾ ਜਾਵੇ ਕਿ ਯਾਰ ਅਗਲੇ ਸਾਲ ਪੰਜਾਬ ਦੀ ਝਾਕੀ ਆਪਾਂ ਸ਼ਾਮਿਲ ਕਰਾਂਗੇ ਹੀ ਕਰਾਂਗੇ ਇਹਦੇ ਤੇ ਕੁ ਲੋਕ ਥੋੜਾ ਜਿਹਾ ਸ਼ੰਕਾ ਪ੍ਰਗਟ ਕਰ ਰਹੇ ਆ ਵੀ ਯਾਰ ਕਿੱਥੇ ਦੇ ਤਿੰਨ ਮਾਡਲਾਂ ਦੇ ਵਿੱਚੋਂ ਆਪਾਂ ਨੁਕੋਚਾਂ ਕੱਢਤੀਆਂ ਤੇ ਕਿੱਥੇ ਅਜੇ ਮਾਡਲ ਪਤਾ ਨਹੀਂ ਕਿਹੜਾ ਆਉਣਾ ਇੱਕ ਸਾਲ ਬਾਅਦ ਆਪਾਂ ਉਹਨੂੰ ਹੁਣ ਤੋਂ ਕਹੀ ਜਾਂਦੇ ਵੀ ਕੋਈ ਨਹੀਂ ਜੀ ਸ਼ਾਮਿਲ ਕਰ ਲਾਂਗੇ ਮੈਨੂੰ ਲੱਗਦਾ ਜੇ ਕੇਂਦਰ ਦੀ ਸਰਕਾਰ ਨੇ ਇਹ ਫੈਸਲਾ ਕਰ ਲਿਆ ਤਾਂ ਚੰਗੀ ਗੱਲ ਹੈ ਰੇਡ ਕਾ ਮੁਕਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਹਰ ਸਾਲ ਆਹ ਕੁਸ਼ੀ ਹੋਇਆ ਕਰਦਾ ਸੀ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਵੀ ਹੁਣ ਇਸ ਮੁੱਦੇ ਨੂੰ ਬਹੁਤਾ ਜ਼ਿਆਦਾ ਅੱਗੇ ਨਹੀਂ ਵਧਾਉਣਾ ਚਾਹੀਦਾ ਅਗਲੀ ਵਾਰ ਦੀ ਝਾਕੀ ਵਧੀਆ ਤਿਆਰ ਕਰਕੇ ਭੇਜੋ ਕਿਉਂਕਿ ਪਹਿਲਾਂ ਅੱਜ ਤੱਕ ਕਿਹਨੂੰ ਪਤਾ ਸੀ ਕਿ ਕਿਵੇਂ ਝਾਕੀਆਂ ਜਿਹੜੀਆਂ ਰਿਸੈਪਟ ਕੀਤੀਆਂ ਜਾਂਦੀਆਂ ਜਾਂ ਕਿਵੇਂ ਝਾਕੀਆਂ ਜਿਹੜੀਆਂ ਰਿਜੈਕਟ ਕੀਤੀਆਂ ਜਾਂਦੀਆਂ ਵਾਰ-ਵਾਰ ਕਿਹਾ ਜਾਂਦਾ ਸੀ ਭਾਜਪੀ ਨੇ ਆਪਣੇ ਸੂਬਿਆਂ ਦੀਆਂ ਝਾਕੀਆਂ ਰੱਖ ਲਈਆਂ ਹੁਣ ਜੇ ਸ케ਜੂਲ ਕਿਤੇ ਅੰਦਰ ਦਾਤ ਹੋ ਗਿਆ ਤਾਂ ਚੰਗਾ ਉਧਰਲੇ ਪਾਸੇ ਨੂੰ ਤੁਰਨਾ ਚਾਹੀਦਾ ਹੈ ਸਾਨੂੰ ਦੂਸਰਾ ਜੇ ਮੰਨ ਲਓ ਕਿ ਇਹ ਵੀ ਨਾ ਕਰਦੇ ਫਿਰ ਕੀ ਯੋਜਨਾ ਸੀ ਰੂਰਲ ਡਿਵੈਲਪਮੈਂਟ ਦੇ ਅੰਦਰ ਦੇ ਪੈਸੇ ਪੰਜਾਬ ਨੂੰ ਨਹੀਂ ਮਿਲੇ ਰੇਲ ਗੱਡੀਆਂ ਪੰਜਾਬ ਨੂੰ ਨਹੀਂ ਬਣੀਆਂ ਨਹੀਂ ਮਿੜਿਆ ਵਿਸ਼ੇਸ਼ ਰਾਜ ਦਾ ਦਰਜਾ ਬਹੁਤ ਲੰਬੇ ਸਮੇਂ ਤੋਂ ਚਰਚਾ ਆ ਪੰਜਾਬ ਵਾਲੇ ਬਹੁਤ ਕੁਝ ਮੰਗਦੇ ਆ ਨਹੀਂ ਮਿਲਦਾ ਇਹ ਵੀ ਨਾ ਮਿਲਦਾ ਇਕੜਾ ਰਤਮਾਲ ਨਹੀਂ ਇਸ ਕਰਕੇ ਇਹਨੂੰ ਹੁਣ ਸਿਆਸੀ ਵਿਵਾਦ ਦਾ ਮੁੱਦਾ ਮੈਨੂੰ ਲੱਗਦਾ ਕਿ ਨਹੀਂ ਬਣਾਉਣਾ ਚਾਹੀਦਾ ਜੇ ਰੋਟੇਸ਼ਨ ਸਿਸਟਮ ਜਾਂ ਕੋਈ ਇਦਾਂ ਦਾ ਉਹਨਾਂ ਨੇ ਦਰਦਾਰਤ ਕਰ ਲਿਆ ਫਾਰਮੂਲਾ ਪਰ ਵਧੀਆ ਚਾਕੀ ਦੇ ਉੱਤੇ ਬਤੁਬਤ ਜ਼ੋਰ ਜਿਹੜਾ ਉਹ ਸਾਨੂੰ ਤੇ ਲੈਣਾ ਚਾਹੀਦਾ ਸਰਦਾਰ ਸੁਖਪਾਲ ਸਿੰਘ ਖੇਰਾ ਸਰਬ ਦਾ ਜ਼ਿਕਰ ਕਰੀਏ ਸੰਦਾਲੀਆ ਸਭ ਜਦੋਂ ਸੁਭਾਨਪੁਰ ਵਾਲੇ ਥਾਣੇ ਦੇ ਵਿੱਚ ਉਹਨਾਂ ਤੇ ਪਰਚਾ ਦਰਜ ਹੋਇਆ ਇੱਕ ਮਾਮਲੇ 'ਚ ਉਸਮਾਨਤ ਮਿਲ ਗਈ ਤਸ ਉਹਨਾਂ ਨੇ ਜ਼ਮਾਨਤ ਦੀ ਅਰਜ਼ੀ ਲਾਤੀ 7 ਤਰੀਕ ਪਹਿਲੀ ਦੇ 7 ਤਰੀਕ ਨੂੰ ਪਾਈ ਖੇਰਾ ਸਰਬ ਦੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਹੋ ਪੁਲਿਸ ਨੇ ਰਿਕਾਰਡ ਪੇਸ਼ ਕਰਨਾ ਸੀ ਨਹੀਂ ਕੀਤਾ ਸੁਣਵਾਈ 9 ਤੇ ਪੈਗੀ 9 ਤਰੀਕ ਨੂੰ ਫਿਰ ਨਾ ਰਿਕਾਰਡ ਪੇਸ਼ ਕੀਤਾ ਸੁਣਵਾਈ 11 ਤੇ ਪੈਗੀ ਬੜੀ ਆਸੀ ਖਹਿਰਾ ਸਾਹਿਬ ਦੇ ਵਕੀਲ ਸਾਹਿਬ ਨੂੰ ਤੇ ਬਾਕੀ ਸੱਜਣਾਂ ਨੂੰ ਵੀ ਕਿ ਹੁਣ ਤਾਂ ਪੁਲਿਸ ਰਿਕਾਰਡ ਪੇਸ਼ ਕਰੀ ਦੋ ਪਰ 11 ਨੂੰ ਵੀ ਪੁਲਿਸ ਨੇ ਰਿਕਾਰਡ ਪੇਸ਼ ਨਹੀਂ ਕੀਤਾ ਜਦੋਂ ਰਿਕਾਰਡ ਨਹੀਂ ਪੇਸ਼ ਕੀਤਾ ਤੇ ਤਰੀਕ ਪੈ ਗਈ 12 ਜਾਨੀ ਕਿ ਅੱਜ ਦੀ ਅਗਲੇ ਦਿਨ ਦੀ ਹੁਣ ਸਰਦਾਰ ਸੁਖਪਾਲ ਸਿੰਘ ਖਹਿਰਾ ਦੇ ਬਾਬਤ ਪੁਲਿਸ ਰਿਕਾਰਡ ਪੇਸ਼ ਕਰਦੀ ਹੈ ਕਿ ਨਹੀਂ ਕਰਦੀ ਜੇ ਕਰਦੀ ਹੈ ਤਾਂ ਜ਼ਮਾਨਤ ਤੇ ਕੀ ਫੈਸਲਾ ਹੁੰਦਾ ਇੱਕ ਤਾਂ ਇਹਦਾ ਇੰਤਜ਼ਾਰ ਦੂਸਰਾ ਖਹਿਰਾ ਸਾਹਿਬ ਆਪਣੇ ਵਕੀਲਾਂ ਦਰਾਂ ਹੀ ਹਾਈ ਕੋਰਟ ਪਹੁੰਚ ਗਏ ਕਿ ਪਾਈਏ ਮਾਮਲਾ ਖਾਰਜ ਕੀਤਾ ਜਾਵੇ ਇਸ ਮਾਮਲੇ 'ਚ ਹੈ ਕੁਛ ਨਹੀਂ ਸਿਰਸਿ ਬਦਲਾਖ ਹੋ ਰਹੀ ਹੈ ਤੀਸਰਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਖਲੋਤੇ ਸੀ ਸਰਦਾਰ ਸੁਖਪਾਲ ਸਿੰਘ ਖੈਰਾ ਦੇ ਬੇਟੇ ਐਡਵੋਕੇਟ ਮਹਿਤਾਬ ਸਿੰਘ ਖੈਰਾ ਭੁਰਾ ਦੇ ਨਾਲ ਤੇ ਉੱਥੇ ਜਿਹੜੀ ਗੱਲ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਆਖ ਦਿੱਤੀ ਉਹ ਕਹਿੰਦੇ ਜੀ ਦੇਖੋ ਮੈਂ ਤਾਂ ਮਾਣਯੋਗ ਹਾਈ ਕੋਰਟ ਦੇ ਚੀਫ ਜਸਟਿਸ ਸਾਹਿਬ ਨੂੰ ਬੇਨਤੀ ਕਰਦਾ ਵਿਰੋਧੀ ਧਿਰ ਦਾ ਨੇਤਾ ਹੋਣ ਦੇ ਨਾਤੇ ਕਿ ਖੁਦ ਇਸ ਮਸਲੇ ਦੇ ਵਿੱਚ ਥੋੜੀ ਜੀ ਦਖਲਅੰਦਾਜ਼ੀ ਕਰਨ ਸਾਡੇ ਬੰਦੇ ਨੂੰ ਗਲਤ ਫਸਾਇਆ ਜਾ ਰਿਹਾ ਤੇ ਉਹ ਕਹਿੰਦੇ ਸਾਨੂੰ ਸ਼ੰਕਾ ਕਿ ਵੱਡੇ ਵੱੱਡੇ ਗੈਂਗਸਟਰਾਂ ਦੇ ਨਾਲ ਨਾਂ ਜੋੜ ਕੇ ਸੁਪਾਲ ਸਿੰਘ ਖਹਿਰਾ ਦਾ ਕਿ ਉਹਨਾਂ ਨੂੰ 5-6 ਮਹੀਨੇ ਦੇ ਲਈ ਅੰਦਰ ਰੱਖਣ ਦੀ ਬਿਉਤ ਬੰਦੀ ਕੀਤੀ ਜਾ ਰਹੀ ਹੈ। ਲੈਣਾ ਦੇਣਾ ਕਹਿੰਦੇ ਹੈ ਕੋਈ ਨਹੀਂ। ਇਹਨਾਂ ਦੇ ਪਿਤਾ ਜੀ ਮੰਤਰੀ ਹੁੰਦੇ ਸੀ ਇਹ ਵਿਰੋਧੀ ਧਿਰ ਦੇ ਨੇਤਾ ਰਹੇ ਨੇ ਤਿੰਨ ਵਾਰ ਦੇ ਐਮਐਲਏ ਨੇ ਵੱਡੀਆਂ ਪੋਸਟਾਂ ਦੇ ਉੱਤੇ ਰਹੇ ਆ ਪਰ ਇਹਨਾਂ ਦੇ ਨਾਲ ਸਿਰਫ ਸਿਆਸੀ ਬਦਲਾਖੁਰੀ ਕੀਤੀ ਜਾ ਰਹੀ ਹੈ। ਇਹ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਇਲਜ਼ਾਮ ਲਾਇਆ। ਚਲੋ ਇਹਦੇ ਨਾਲ ਇੱਕ ਤਾਂ ਇਹ ਹੋ ਗਿਆ ਕਿ ਖਹਿਰਾ ਸਾਹਿਬ ਦੇ ਸਮਰਥਕਾਂ ਨੂੰ ਲੱਗੂ ਕਾਂਗਰਸ ਪਾਰਟੀ ਸਾਡੇ ਨਾਲ ਖੜੀ ਹੈ। ਚੀਫ ਜਸਟਿਸ ਸਾਹਿਬ ਤੱਕ ਗੱਲ ਪਹੁੰਚਦੀ ਹੈ ਕਿ ਨਹੀਂ ਪਹੁੰਚਦੀ ਇੱਕ ਵੱਖਰੀ ਗੱਲ ਸੱਚੀ ਮੁੱਛੀ ਇਹ ਤਾਂ ਹੀ ਹੈ ਜੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੇ ਇਧਰਲੇ ਪਾਸੇ ਨੂੰ ਗੱਲ ਆਖੀ ਹੈ ਤੇ ਉਹਨਾਂ ਨੂੰ ਸੰਕੇਤ ਕਿਧਰਲੇ ਪਾਸੇ ਵੜੇ ਨੇ ਲੋਕੇ ਵੀ ਉਡੀਕ ਰਹੇ ਨੇ ਇਹ ਕੋਈ ਏਗਡਲ ਤਾਂ ਹੈਗੀ ਆ ਕਿ ਪਿਛਲੇ ਦਿਨ ਜਦੋਂ ਜਾਖੜ ਸਾਹਿਬ ਨੇ ਇਹ ਕਿਹਾ ਸੀ ਕਿ ਅਰ ਸੁਖਪਾਲ ਸਿੰਘ ਖਹਿਰਾ ਸਾਹਿਬ ਹਾਲਾਂਕਿ ਕਿਉਂਕਿ ਉਦੋਂ ਬੜੀ ਹੈਰਾਨੀ ਹੋਈ ਸੀ ਇਸ ਚੀਜ਼ ਦੀ ਕਿ ਇਨਚਾਰਜ ਉਹਨਾਂ ਦੇ ਵਿਜੇ ਰupani ਸਾਹਿਬ ਨਾਲ ਬੈਠੇ ਨੇ ਭਾਜਪਾ ਦੀ ਮੀਟਿੰਗ ਆ ਭਾਜਪਾ ਦਾ ਸਾਰਾ ਏਜੰਡਾ ਲਗਾਤਾਰ ਉਹ ਪ੍ਰੈਸ ਕਾਨਫਰੰਸ ਕਰਦੇ ਪਏ ਤੇ ਉਹਦੇ ਵਿੱਚ ਜ਼ਿਕਰ ਸੁਖਪਾਲ ਸਿੰਘ ਖਹਿਰਾ ਸਾਹਿਬ ਦਾ ਆ ਗਿਆ ਔਰ ਨਾ ਕਿ ਜਕਰ ਸਾਹਿਬ ਨੇ ਇਕਬੀਰ ਕਰਤਾ ਵੀ ਆ ਉਹ ਮੇਰੇ ਸਾਥੀ ਰਹੇ ਨੇ ਉਹਨਾਂ ਨਾਲ ਕੰਮ ਕੀਤਾ ਕਿ ਜੋ ਉਹਨਾਂ ਦੇ ਕੋਲੇ ਨੈਸ਼ਨਲ ਲੈਵਲ ਦਾ ਇੱਕ ਅਹੁਦਾ ਉਹਦੇ باوجود ਵੀ ਕਾਂਗਰਸ ਪਾਰਟੀ ਵਾਲੇ ਬੋਲਦੇ ਕਿ ਉਹ ਨਹੀਂ ਉਹਨਾਂ ਦੇ ਹੱਕ 'ਚ। ਉਹ ਦਿਨ ਵਾਵਾ ਇਸ ਚੀਜ਼ ਦਾ ਰੌਲਾ ਰੱਪਾ ਪੈ ਗਿਆ ਸੀ ਕਿਤੇ ਇਦਾਂ ਦੇ ਨਹੀਂ ਵੀ ਇੱਕ ਹੋਰ ਇੱਕ ਬੰਦਾ गिर ਜਾਊਗਾ ਇਹਨਾਂ ਦਾ ਤੇ ਭਾਜਪਾ ਵਾਲੇ ਹੋ ਸਕਦਾ ਪੇ ਕੁੰਡੀ ਪਾਉਣ ਦੀ ਕੋਸ਼ਿਸ਼ ਕਰਦੇ ਹੋਣ। ਪਰ ਮੈਂ ਨਾ ਚੰਗਾ ਕੀਤਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਕੋਲ ਕਿ ਐਲੋਪੀ ਦਾ ਅਹੁਦਾ ਉਹਨਾਂ ਦੇ ਕੋਲ ਤੇ ਜੇ ਉਹਨਾਂ ਨੇ ਹੱਕ ਦੇ ਵਿੱਚ ਬੋਲ ਕੇ ਹਾਂ ਦਾ ਨਾਅਰਾ ਮਾਰਿਆ ਤੇ ਇਹਨਾਂ ਨਾਲ ਉਸਨਿਆਂ ਤੇ ਵਾਕਿਆ ਡੈਫੀਨਿਟਲੀ ਜਾਊਗਾ ਕਿ ਕਾਂਗਰਸ ਪਾਰਟੀ ਬਾਕੀ ਚਲੋ ਆਈਦਾ ਦੇਣੇ ਆਜ ਵੀ ਗੱਲ ਕਲੀਅਰ ਹੋ ਜਾਣੀ ਜੇ ਇਹਦੇ ਜ਼ਮਾਨਤ ਮਿਲ ਗਈ ਤੇ ਫਿਰ ਹੋ ਸਕਦਾ ਖੈਰਾ ਸਾਹਿਬ ਬਾਹਰ ਆ ਕੇ ਸਾਰਾ ਕੁਝ ਆਪ ਹੀ ਕਲੀਅਰ ਕਰ ਦੇਣ ਵੀ ਗੱਲ ਕੀ ਸੀ ਤੇ ਹੋਇਆ ਕੀ ਹੈ ਤੇ ਗਾਂ ਦਾ ਹੁਣ ਕੀ ਪਲਾਨ ਆ ਤੇ ਜੇ ਨਹੀਂ ਮੇਰਾ ਖਿਆਲ ਆ ਲਾਜ਼ਮੀ ਕੁਝ ਨਾ ਕੁਝ ਬਣਦਾ ਤੇ ਫਿਰ ਹੋ ਸਕਦਾ ਵੀ ਕਾਂਗਰਸ ਪਾਰਟੀ ਦੇ ਜਿੰਨਾ ਇੱਕ ਲੀਡਰ ਸਾਹਮਣੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਆ ਉਹ ਵੀ ਸਾਹਮਣੇ ਆਵੇ ਨਹੀਂ ਇਹ ਗੱਲ ਠੀਕ ਹੈ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਪਾਰਟੀ ਦੇ ਕੁਝ ਹੋਰ ਲੀਡਰ ਵੀ ਜਿਹੜੇ ਉਹ ਸਾਹਮਣੇ ਆਉਣਗੇ ਬਾਕੀ ਦੇਖਦੇ ਹਾਂ ਅੱਜ ਤਰੀਕ ਹੈ ਅੱਜ ਸੁਣਵਾਈ ਹੈ ਸੁਣਵਾਈ ਤੋਂ ਬਾਅਦ ਬ ਅਕੀ ਸੰਧੜੀ ਅਸਾ ਵੀ ਇੱਕ ਭਾਰਤੀ ਜਨਤਾ ਪਾਰਟੀ ਕਿਉਂਕਿ ਕਈ ਪਾਸੇ ਤੋਂ ਜਾ ਰਹੀ ਹੈ ਤੁਸੀਂ ਜ਼ਿਕਰ ਕੀਤਾ ਸੀ ਜਦੋਂ ਆਪਾਂ ਅਕਾਲੀ ਭਾਜਪਾ ਗੱਠਜੋੜ ਦਾ ਜ਼ਿਕਰ ਕਰ ਰਹੇ ਸੀ ਨਾਲ बसपा ਨੂੰ ਰਲਾ ਕੇ ਤੇ ਤੁਹਾਡੀ ਸਟੇਟਮੈਂਟ ਸੀ ਤੁਸੀਂ ਆਖਿਆ ਸੀ ਕਿ 13 13 ਸੀਟਾਂ ਨੇ ਭਾਈ 13 ਸੀਟਾਂ ਨੇ ਹੋਰ ਪਾਸੇ ਬਹੁਤ ਧਿਆਨ ਆ ਬੀਜੇਪੀ ਦਾ ਤੇ ਤੁਸੀਂ درست ਆਖਿਆ ਸੀ ਬੀਜੇਪੀ ਬਹੁਤ ਸਾਰੀਆਂ ਸੀਟਾਂ ਤੇ ਧਿਆਨ ਦੇ ਰਹੀ ਹੈ ਕੋਈ ਬੰਦਾ ਕਹਿੰਦਾ ਜੀ ਮੋਦੀ ਸਾਹਿਬ ਨੂੰ ਨੀ ਕੋਈ ਹਿਲਾ ਸਕਦਾ ਬੀਜੇਪੀ ਨੂੰ ਨੀ ਕੋਈ ਹਿਲਾ ਸਕਦਾ ਜੇਪੀ ਮਜ਼ਬੂਤ ਹੈ ਮੋਦੀ ਸਾਮਸਬੂਤ ਨਹੀਂ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਉਹ ਦੂਰਅਰਥ ਨਹੀਂ ਹੈਗੇ ਪਰ ਇਹ ਵੀ ਗੱਲ ਬੜੀ ਕਲੀਅਰ ਹੈ ਕਿ ਇੰਡੀਆ ਗੱਠਜੋੜ ਦਾ ਮੇਨ ਅਜੰਡਾ ਇੱਕ ਉਮੀਦਵਾਰ ਖੜਾ ਕਰਨਾ ਬਰੁਧੀ ਚਾਹਦਾ ਉਹ ਇਕੱਠੇ ਰੈਲੀਆਂ ਕਰਦੇ ਆ ਕਿ ਨਹੀਂ ਕਰਦੇ ਇੱਕ ਵੱਖਰੀ ਗੱਲ ਹੈ ਉਹ ਸਾਂਝਾ ਮੈਨੀਫੈਸਟੋ ਜਾਰੀ ਕਰਦੇ ਆ ਨਹੀਂ ਕਰਦੇ ਵੱਖਰੀ ਗੱਲ ਹੈ ਉਹਨਾਂ ਦਾ ਟੀਚਾ ਕਿ ਅਸੀਂ ਬੀਜੇਪੀ ਦੇ ਖਿਲਾਫ ਇੱਕ ਉਮੀਦਵਾਰ ਖੜਾ ਕਰੀਏ ਹਰ ਹਲਕੇ ਤੋਂ ਤੇ ਭਾਰਤੀ ਜਨਤਾ ਪਾਰਟੀ ਵਾਲੇ ਇਸ ਗੱਲ ਨੂੰ ਵੇਸਲੇ ਨਹੀਂ ਹੈਗੇ ਬੀਜੇਪੀ ਵਾਲੇ ਬਹੁਤ ਦੂਰ ਦੀ ਸੋਚ ਕੇ ਚੱਲਦੇ ਆ। ਪੰਜਾਬ ਵਾਲੇ ਪਾਸੇ ਗੱਠਜੋੜ ਦੀਆਂ ਸੰਭਾਵਨਾਵਾਂ ਦੇ ਨਾਲ ਇਸ ਖਬਰ ਦਾ ਸਿੱਧਾ ਸਬੰਧ ਹੈ। ਹੁਣ ਹੋਇਆ ਕੀ ਭਾਰਤੀ ਜਨਤਾ ਪਾਰਟੀ ਨੇ ਦੇਖਿਆ ਕਿ ਪਿਛਲੀ ਵਾਰੀ 303 ਸੀਟਾਂ ਜਿੱਤੀਆਂ ਸੀ 272 ਤੇ ਬਹੁਮਤ ਹੈ ਤੇ 272 ਤੇ ਬਹੁਮਤ ਤੋਂ ਭਾਵ ਹੈ ਕਿ 31 ਸੀਟਾਂ ਵੱਧੂ ਬਹੁਮਤ ਤੋਂ। ਪਰ ਜਦੋਂ ਦਾ ਇੰਡੀਆ ਗੱਠਜੋੜ ਦਾ ਰੌਲਾ ਪਿਆ ਕਿ ਉਹਨਾਂ ਨੇ ਇੱਕ ਬੰਦਾ ਖੜਾ ਕਰਨਾ ਹੈ। ਬੀਜੇਪੀ ਨੇ ਕੈਲਕੂਲੇਸ਼ਨ ਕੀਤੀ ਆਪਣੇ ਅੰਕੜਾ ਵਿਭਾਗਾਂ ਨੂੰ ਕਿਹਾ ਹੋਊਗਾ ਕਿ ਲਿਆਓ ਬਈ ਕੈਲਕੂਲੇਸ਼ਨ ਕਰਕੇ। ਸੰਧਾਲੀਆ ਸਾਹਿਬ 48 ਸੀਟਾਂ ਇਨਸੋ ਤਿੰਨਾ ਦੇ ਵਿੱਚੋਂ ਐਸੀਆਂ ਨਿਕਲੀਆਂ ਜਿੱਥੋਂ ਬੀਜੇਪੀ ਦੇ ਉਮੀਦਵਾਰ 2% ਤੋਂ ਵੀ ਘੱਟ ਵੋਟਾਂ ਨਾਲ ਜਿੱਤੇ ਸੀ ਤੇ 2% ਦੀਆਂ ਵੋਟਾਂ ਲੋਕ ਸਭਾ ਦੀ ਚੋਣ 'ਚ ਕੁਝ ਵੀ ਨਹੀਂ ਹੁੰਦੀਆਂ ਹੁਣ 2% ਦੀਆਂ ਵੋਟਾਂ ਨਾਲ ਜਿੱਤੇ 48 ਬੰਦੇ ਤੇ ਉਦੋਂ ਬੀਜੇਪੀ ਦੇ ਖਿਲਾਫ ਦੋ ਦੋ ਬੰਦੇ ਖੜੇ ਸੀ ਪੱਛਮੀ ਬੰਗਾਲ ਦੇ ਵਿੱਚ ਕਾਂਗਰਸ ਦਾ ਬੰਦਾ ਵੀ ਖੜਾ ਸੀ ਤੇ ਅਨਮੂਲ ਕਾਂਗਰਸ ਦਾ ਬੰਦਾ ਵੀ ਖੜਾ ਸੀ ਇੱਥੇ ਨੂੰ ਆਮ ਆਦਮੀ ਪਾਰਟੀ ਦੇ ਬੰਦੇ ਵੀ ਖੜੇ ਸੀ ਦਿੱਲੀ ਨੂੰ ਕਾਂਗਰਸ ਦੇ ਵੀ ਖੜੇ ਸੀ ਜੇ ਜੇ ਇੰਡੀਆ ਕਾਂਗਰਸ ਉਤਤੇ ਨੇਪਰੇ ਚੜ ਗਿਆ ਭਾਵੇਂ ਅਦਾ ਤੂੰ ਰਹੀ ਸਹੀ ਭਾਵੇਂ ਸਾਂਝੀ ਉਮੀਦਵਾਰ ਦੇ ਰੂਪ ਦੇ ਵਿੱਚ ਹੀ ਸਹੀ ਹੋਰ ਨਹੀਂ ਕੁਝ ਤਾਂ ਟੁਕ ਟੁਕ ਈ 48 ਸੀਟਾਂ ਹੋ ਸਕਦਾ ਕਿ ਬੀਜੇਪੀ ਦੇ ਜਿਹੜੇ ਮਾਹਿਰ ਲੋਕ ਨੇ ਉਹਨਾਂ ਲੱਗਦਾ ਕਿ ਸਾਡੀਆਂ ਹਿੱਲ ਸਕਦੀਆਂ ਬਈ ਉਹ ਸੀਟਾਂ ਹਿੱਲ ਸਕਦੀਆਂ ਉਹਨੂੰ ਬਚਾਉਣ ਦੇ ਲਈ ਨਵਾਂ ਫਾਰਮੂਲਾ ਲੱਭ ਲਿਆ ਇੱਕ ਤਾਂ ਪੰਜਾਬ ਵਰਗੇ ਸੂਬੇ ਜਿੱਥੇ ਗੱਠਜੋੜ ਕਰਕੇ ਜੇ 2-3 ਸੀਟਾਂ ਕਿਤੇ ਲੱਭਦੀਆਂ ਉਹਦਾ ਇੱਕ ਤੋੜਦਾ ਈ ਲੱਭਿਆ ਗਿਆ ਦੂਸਰਾ ਇਹ ਜਿਹੜੀਆਂ 48 ਸੀਟਾਂ ਨੇ ਇਹਦੇ ਵਿੱਚੋਂ ਸੰਧਾਰੀਆਂ ਸਭ 27 ਲੋਕ ਸਭਾ ਦੀਆਂ ਸੀਟਾਂ ਐਸੀਆਂ ਨਹੀਂ ਜਿਹੜੀਆਂ ਕਿ ਭਾਜਪਾ ਨੇ ਸਿਰਫ 1% ਵੋਟਾਂ ਦੇ ਫਰਕ ਨਾਲ ਜਿੱਤੀਆਂ। ਉੱਥੇ ਮਾਰਜਨ ਹੋਰ ਵੀ ਘੱਟ ਐ। ਉੱਥੇ ਸੰਕਟ ਹੋਰ ਵੀ ਗਹਿਰਾ। ਤੀਸਰਾ ਇਹਦੇ ਵਿੱਚੋਂ 10 ਲੋਕ ਸਭਾ ਦੀਆਂ ਸੀਟਾਂ ਕੱਲੇ ਯੂਪ ਚੋਂ ਨੇ, ਉੱਤਰ ਪ੍ਰਦੇਸ਼ ਦੇ ਵਿੱਚੋਂ। ਤੇ ਯੂਪ ਸਾਰੀ ਭਾਜਪਾ ਜਿੰਨਾ ਚਾਹੁੰਦੀ ਐ। ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਮਸਲਾ। ਹੁਣ ਭਾਜਪਾ ਨੇ ਫੈਸਲਾ ਕੀ ਕੀਤਾ ਕਿ ਇਹ ਜਿਹੜੀਆਂ 48 ਸੀਟਾਂ ਨੇ ਜਿੱਥੇ ਭਾਜਪਾ ਦੇ ਉਮੀਦਵਾਰ 2% ਤੋਂ ਵੀ ਘੱਟ ਵੋਟਾਂ ਦੇ ਨਾਲ ਹਾਰੇ ਨੇ, ਜਿੱਤੇ ਨੇ ਸੌਰੀ ਉੱਥੇ ਹੈਵੀweight ਕੈਂਡੀਡੇਟ ਉਮੀਦਵਾਰ ਐਲਾਨੇ ਜਾਣ ਕਦਾਵਾਰ ਲੀਡਰ ਕੇਂਦਰ ਸਰਕਾਰ ਦੇ ਮੰਤਰੀ ਸੂਬਿਆਂ ਦੇ ਮੰਤਰੀ ਕਿਉਂਕਿ ਜੇ ਉੱਥੇ ਵਿਰੋਧੀ ਧਿਰ ਦਾ ਉਮੀਦਵਾਰ ਇੱਕ ਖੜਾ ਹੁੰਦਾ ਹੈ ਜਿਹੜੀਆਂ 20 40 50 ਹਜ਼ਾਰ ਵੋਟਾਂ ਦਾ ਫਰਕ ਹੈ ਉੱਥੇ ਹੋ ਸਕਦਾ ਹੈ ਕਈ ਵਾਰੀ ਵੱਡੇ ਕੱਦ ਦਾ ਲੀਡਰ ਜੇ ਖੜਾ ਕਰੀਏ ਤਾਂ ਉਹ ਫਰਕ ਘੱਟ ਸਕਦਾ ਜਿੱਤੀ ਉਹ ਸੀਟ ਹਾਰੀ ਤੇ ਹਾਰ ਕੇ ਫਿਰ ਦੁਬਾਰਾ ਜਿੱਤ ਨਾਲ ਬੀਜੇਪੀ ਵੱਧ ਸਕਦੀ ਹੈ ਤੇ ਉਹਨਾਂ ਉਮੀਦਵਾਰਾਂ ਨੂੰ ਹੋ ਸਕਦਾ ਹੈ ਕਿ ਇਹ ਵੀ ਕਿਹਾ ਜਾਵੇ ਕਿ ਤੁਸੀਂ ਇਸ ਗੱਲੋਂ ਨਹੀਂ ਘਬਰਾਉਣਾ ਕਿ ਤੁਸੀਂ ਸੀਟ ਜਿੱਤਦੇ ਹੋ ਜਾਂ ਹਾਰਦੇ ਹੋ ਤੁਸੀਂ ਬਸ ਉਸ ਸੀਟ ਦੇ ਉੱਤੇ ਜਾ ਕੇ ਫਾਈਟ ਦਿਓ ਜੇ ਜਿੱਤ ਗਿਆ ਤਾਂ ਬੱਲੇ ਬੱਲੇ ਨਹੀਂ ਤਾਂ ਤੁਹਾਨੂੰ ਰਾਜ ਸਭਾ ਦੇ ਮੈਂਬਰ ਤਾਂ ਬਣਾ ਹੀ ਦਿਆਂਗੇ ਬੀਬੀ ਸੁਸ਼ਮਾ ਸਵਰਾਜ ਬਣੇ ਰਹੇ ਬਣਦੇ ਰਹੇ ਸਮ੍ਰਿਤੀ ਹਰਾਨੀ ਬਣਦੇ ਰਹੇ ਹਰਦੀਪ ਸਿੰਘ ਪੂਰੀ ਬਣਦੇ ਰਹੇ ਬਹੁਤ ਬੰਦੇ ਬਣਦੇ ਰਹੇ ਇੱਕ ਹੋਰ ਵੀ ਫੈਸਲਾ ਕੀਤਾ ਗਿਆ ਅੰਦਰ ਖਾਤੇ ਕਿ ਜਿਨ੍ਹਾਂ ਸੀਟਾਂ ਤੋਂ ਭਾਜਪਾ ਦੇ ਕੈਂਡੀਡੇਟ 25 ਤੋਂ ਲੈ ਕੇ 35% ਵੋਟਾਂ ਦੇ ਨਾਲ ਜਿੱਤੇ ਹਨ ਕਿਉਂਕਿ 2-2 ਲੱਖ ਵੋਟਾਂ ਨਾਲ ਵੀ ਜਿੱਤੇ ਆ ਭਾਜਪਾ ਦੇ ਕੈਂਡੀਡੇਟ ਉਹਨਾਂ ਵੱਡੇ ਉਮੀਦਵਾਰਾਂ ਨੂੰ ਉਹਨਾਂ ਹਲਕਿਆਂ ਤੋਂ ਹਟਾਇਆ ਜਾਊਗਾ ਉੱਥੇ ਮੁਕਾਬਲਤਾਂ ਨਵੇਂ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਜਾਣਗੀਆਂ ਕਿਉਂਕਿ ਸੇਫ ਸੀਟ ਹੈ ਤੇ ਜਿਹੜੇ ਵੱਡੇ ਲੀਡਰ ਇੰਨੇ ਵੱਟੇ ਮਾਰਜੰਦੇ ਨਾਲ ਜਿੱਤੇ ਆ ਉਹਨਾਂ ਨੂੰ ਇਹਨਾਂ 48 ਸੀਟਾਂ ਦੇ ਉੱਤੇ ਸ਼ਿਫਟ ਕੀਤਾ ਜਾਊਗਾ ਤਾਂ ਜੋ ਇਹਨਾਂ ਨੂੰ ਇੰਡੀਆ ਗੱਠਜੋੜ ਬਣਨ ਦੀ ਸੂਰਤ ਦੇ ਵਿੱਚ ਜੋਖਮ ਵਾਲੇ ਫੈਕਟਰ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਕੋਈ ਜਿੱਦਿਆ ਆਪਾਂ ਅੱਗੇ ਗੱਲ ਕਰਦੇ ਸੀ ਵੀ ਜਿਸ ਲੈਵਲ ਦੀ ਕੈਲਕੂਲੇਸ਼ਨ ਜਾਂ ਮਿਨਿਊਟ ਲੈਵਲ ਤੱਕ ਪਲੈਨਿੰਗ ਜਿਹੜੀ ਆ ਉਹ ਇਸ ਵਕਤ ਭਾਜਪਾ ਕਰਦੀ ਪਈ ਹੈ ਬਾਕੀ ਸਾਰੀਆਂ ਪਾਰਟੀਆਂ ਦੇ ਸੀਟ ਵੰਡ ਦੇ ਵਿੱਚ ਕਿਹੜਾ ਸਾਡਾ ਕਮਾਂਡਰ ਹੋਊਗਾ ਕਿਹੜਾ ਸਾਡਾ ਪੀਐਮ ਦਾ ਚਿਹਰਾ ਹੋਊਗਾ ਜੀ ਗੱਲ ਬਣ ਵੀ ਗਈ ਤੇ ਕਿੱਥੇ ਕਿਹੜੀ ਤਹਿ ਬੈਠੂਗੀ ਕਿਹੜੇ ਸੂਬੇ ਆਪਾਂ ਸਾਧ ਲਈਏ ਕਿਹੜੇ ਸੂਬਿਆਂ ਦੇ ਉੱਪਰ ਜੇ ਗੱਠਜੋੜ ਕਰ ਲਈਏ ਅਜੇ ਵੀ 8-9 ਸੂਬਿਆਂ ਦੇ ਉੱਪਰ ਹੀ ਚਰਚਾ ਚੱਲਦੀ ਹੈ ਇੰਡੀਆ ਗੱਠਜੋੜ ਉਹਦੇ ਵਿੱਚੋਂ ਵੀ ਜੇ ਆਪਾਂ ਖਾਸ ਕਰਕੇ ਜਿਹੜੀਆਂ ਮੁੱਖ-ਮੁੱਖ ਪਾਰਟੀਆਂ ਨੇ ਤੇ ਕਾਂਗ ਕਿ ਕਿ ਇਹ ਜੀ ਉਦਾਂ ਹੀ ਆ ਵੀ ਪੇਪਰ ਹੋਣਾ ਇੱਕੋ ਦੇਣ ਪੇਪਰ ਸਾਰੇ ਨਿਆਣਿਆਂ ਨੂੰ ਆਉਣਾ ਇੱਕੋ ਜਿਹਾ ਸਮਾਂ ਵੀ ਇੱਕੋ ਜਿਹਾ ਮਿਲਣਾ 3 ਘੰਟੇ ਤੇ ਇੱਕ ਪਾਸੇ ਤੇ ਇੱਕ ਨਿਆਣਾ ਪ੍ਰੋਪਰ ਪਲਾਨਿੰਗ ਦੇ ਨਾਲ ਚੱਲੇ ਕਿ ਪਹਿਲਾਂ 2 ਨੰਬਰ ਵਾਲੇ ਇਹ 4 ਨੰਬਰ ਵਾਲੇ ਫਿਰ ਮੈਂ ਆ 6 ਨੰਬਰ ਵਾਲੇ ਕਰਨੇ ਆ 2 ਮੈਂ 15-15 ਵਾਲੇ ਕਰ ਲੈਣੇ ਆ ਇੱਕ ਤੇ ਨਿਆਣਾ ਕਰੇ ਉਹ ਪਲਾਨਿੰਗ ਤੇ ਇੱਕ ਮੇਰੇਗਾ ਇਹ ਕਰੀ ਜਾਵੇ ਯਾਰ 15 ਨੰਬਰਾਂ ਵਾਲਾ ਮੈਨੂੰ ਅੱਧਾ ਕਾ ਆਉਂਦਾ ਤੇ ਮੈਂ ਫਿਰ 4 ਦੋਹਾਂ ਦਵਾਂ ਵਾਲੇ ਕਰ ਲੈਣਾ 6 ਆਲਾ ਜੇ ਮੈਂ ਅੱਧਾ ਵੀ ਕਰ ਜਿਉਂਦੇ ਸ਼ਾਇਦ ਮੇਰੀ ਗੱਲ ਬਣ ਜੇ ਜੇ ਇਸ ਲੈਵਲ ਦੀ ਤਿਆਰੀ ਹੋਊਗੀ ਤੇ ਫਿਰ 33% ਦੇ ਨਾਲ ਪਾਸ ਹੋਇਆ ਨਹੀਂ ਜਾਣਾ ਇਹ ਤਾਂ ਆਮ ਚਰਚਾ ਚੱਲਣ ਲੱਗ ਪਈ ਹੁਣ ਹੋ ਸਕਦਾ ਜਿਹੜੀ ਇੰਡੀਆ ਘੱਟ ਜੋੜ ਦੇ ਲੀਡਰ ਸਾਹਿਬਾਨ ਨੇ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੋਵੇ ਪਰ ਮੈਨੂੰ ਆਸ ਇਹ ਹੈ ਕਿ ਵੀ ਕੁਝ ਹੋਵੇ ਚਾਹੇ ਨਾ ਹੋਵੇ ਇਨ੍ਹਾਂ ਵੀ ਜੇ ਇਹ ਇਕੱਠੇ ਹੋਗੇ ਤੇ ਟੱਕਰ ਜ਼ਰੂਰ ਦੇ ਜਾਣਗੇ ਤੇ ਜੇ ਇਕੱਠੇ ਨਾ ਹੋਏ ਜਾਂ ਅਗਲਿਆਂ ਨੇ ਇਕੱਠੇ ਨਾ ਹੋਣ ਦਿੱਤੇ ਤੇ ਫਿਰ ਹੋ ਸਕਦਾ ਕਿ ਜਿਹੜਾ ਦਾਵਾ ਇਸ ਵਕਤ ਬੀਜੇਪੀ ਕਰਦੀ ਪਈ ਹੈ 350 ਸੀਟਾਂ ਦਾ ਉਹ ਵੀ ਆਪਣੇ ਸਰਵ ਸਰ ਜਿੱਤਣ ਦਾ ਉਤੋਂ ਪਾਰ ਵੀ ਚਲੇ ਜਾਣ ਬਜ਼ੂਰੀ ਹੈ ਜੀ ਨਹੀਂ ਤਾਂ ਅਗਲੇ ਨਾਲ ਤਪਾਲਾਂ ਨੂੰ ਇਕੱਠੇ ਕਰਕੇ ਖੁੰਝੇ ਰੱਖ ਦੇਣੇ ਆ ਬਾਕੀ ਭਗਵੰਤ ਸਿੰਘ ਸਾਹਿਬ ਸਗਰੂਰ ਕਹੇ ਸੀ ਬਹੁਤ ਸਾਰੀਆਂ ਕਮਜ਼ੋਰੀਆਂ ਵੀ ਸਰਕਾਰ ਤੋਂ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡੀ ਆਲੋਚਨਾ ਦਾ ਸ਼ਿਕਾਰ ਵੀ ਹੋਈ ਹੈ ਭਗਵੰਤ ਸਿੰਘ ਸਾਹਿਬ ਦੀ ਸਰਕਾਰ ਪਰ ਬੀਤੇ ਕੱਲ 2-3 ਜਿਹੜੇ ਉਹ ਸੰਗਰੂਰ ਇਲਾਕੇ ਦੇ ਵਿੱਚ ਭਗਵੰਤ ਸਿੰਘ ਸਾਹਿਬ ਨੇ ਸਰਗਰਮ ਕੰਮ ਕੀਤੇ ਆ ਉਹਨਾਂ ਨੇ ਇੱਕ ਵਰਜਨ ਤੋਂ ਵੱਧ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਕਿ ਲਾਇਬ੍ਰੇਰੀਆਂ ਪਿੰਡੂ ਖੇਤਰ ਸ਼ੁਰੂ ਇੱਕ ਬੱਚੀ ਸੀ ਉੱਥੇ ਤੇ ਬੱਚੀ ਨੂੰ ਕਹਿੰਦੇ ਕਿ ਧੀਏ ਪੁੱਤ ਜੇ ਸੀ ਪੜ੍ਹ ਕੇ ਬਣਦੀ ਆ ਤੇ ਲਾਇਬ੍ਰੇਰੀਆਂ ਤੁਹਾਡੇ ਪੜਨ ਨੂੰ ਬਣਾਈਆਂ ਹੁਣ ਜ਼ੋਰ ਲਾਇਓ ਇਹ ਬਹੁਤ ਘੱਟ ਹੁੰਦਾ ਰਿਹਾ ਪਹਿਲਾਂ ਕਿ ਪੰਜਾਬ ਦੇ ਵਿੱਚ ਕੋਈ ਮੁੱਖ ਮੰਤਰੀ ਲਾਇਬ੍ਰੇਰੀਆਂ ਦੇ ਉੱਤੇ ਜ਼ੋਰ ਦੇਵੇ ਫਿਰ ਹਾਕੀ ਦੀ ਐਸਟੋਡਰ ਦਾ ਉਦਘਾਟਨ ਕੀਤਾ ਫਿਰ weight lifting ਦੇ ਇੱਕ ਕੇਂਦਰ ਦਾ ਉਦਘਾਟਨ ਕੀਤਾ ਇਹ ਸਾਰੀਆਂ ਚੰਗੀਆਂ ਚੀਜ਼ਾਂ ਨੇ ਪੋਜ਼ਿਟਿਵ ਚੀਜ਼ਾਂ ਨੇ ਇਹ ਬਤੁਤ ਬਤ ਹੁਣੀ ਚਾਹੀਦੀਆਂ ਇਹਨਾਂ ਦਾ ਲਗਾਤਾਰ ਮੌਈਨਾ ਕਰਦੇ ਰਹਿਣ ਮੁੱਖ ਮੰਤਰੀ ਸਾਹਿਬ ਆਪਣੇ ਨੁਮਾਇੰਦਿਆਂ ਨੂੰ ਭੇਜ ਕੇ ਕਰਦੇ ਰਹਿਣ ਕਿ ਭਾਈ ਠੀਕ ਚੱਲਦਾ ਕੋਈ ਘਾਟਕੂਟ ਤਾਂ ਨਹੀਂ ਕਿਉਂਕਿ ਪੰਜਾਬ ਨੂੰ ਜੋ ਨਸ਼ੇ ਜਾਂ ਗੈਂਗਸਟਰ ਕਲਚਰ ਦੇ ਵਿੱਚੋਂ ਬਚਾਉਣਾ ਤੇ ਇਹ ਇਹ ਹਮਸਾਗਰਮੀ ਆਨੇ ਦੇ ਵਿੱਚੋਂ ਬੋਟਾ ਲੱਪਣ ਚਾਹੇ ਨਾ ਲੱਪਣ ਤੇ ਮੈਨੂੰ ਲੱਗਦਾ ਕਿ ਜਿਹੜੀ ਚੀਜ਼ ਚੰਗੀ ਹੁੰਦੀ ਉਹਨੂੰ ਐਪਰੀਸ਼ੀਏਟ ਵੀ ਕਰਨਾ ਚਾਹੀਦਾ। ਉਹਦੀ ਐਪਰੀਸ਼ੀਏਟ ਤੇ ਚਲੋ ਉਹਨਾਂ ਸਮਰੂਹ ਵਾਲੇ ਕਰਨਗੇ ਬਾਕੀ ਬਹੁਤ ਐਪਰੀਸ਼ੀਏਟ ਲੋਕਾਂ ਨੇ 2024 ਵਾਲੀਆਂ ਇਲੈਕਸ਼ਨਾਂ ਦੇ ਵਿੱਚ ਕਰ ਹੀ ਦੇਣਾ ਪਰ ਅੱਜ ਇਹ ਲੱਗਦਾ ਤਾਂ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਬੜੀ ਆਸ ਹੈ ਕਿਉਂਕਿ ਜਿਹੜਾ ਉਹਨਾਂ ਨੇ ਨਾਅਰਾ ਦਿੱਤਾ ਕਿ ਪੰਜਾਬ ਬਣੇਗਾ ਹੀਰੋ 13 0 ਉਹਦੇ ਵਿੱਚ ਕਈ ਤਰ੍ਹਾਂ ਦੇ ਹਸਾਬਤਾਵਾਂ ਜੇ ਲੱਗਣਿਆ ਵੀ 13 ਜਿਹੜੀਆਂ ਨੂੰ ਆਮ ਆਦਮੀ ਪਾਰਟੀ ਦੀਆਂ ਹੁੰਦੀਆਂ ਜਾਂ ਫਿਰ ਕਿਤੇ ਜ਼ੀਰੋ ਵਾਲਾ ਕੰਮ ਤਾਂ ਨਹੀਂ ਬਣ ਜਾਂ ਬਾਕੀ ਆਪਣਾ ਜਾਣ ਦਾ ਵੇਲਾ ਹੋ ਗਿਆ WhatsApp ਹਾਂਜੀ ਹਾਂਜੀ ਜਦੋਂ ਤੁਸੀਂ ਇਹ ਫੇਰ 130 ਗਏ ਮੈਨੂੰ ਤੁਹਾਡਾ ਸਕੂਟਰ ਚ ਇਤੇ ਆ ਗਿਆ ਬਹੁਤ ਸ਼ੁਕਰੀਆ ਮਿਹਰਬਾਨੀ ਲੋਡੀ ਫਰੇਡੇਨਾਲੀ ਇਸ ਪ੍ਰੋਗਰਾਮ ਵਿੱਚ ਤੇ ਸਵਾਗਤ ਕਰਦੇ ਹਾਂ ਜੀ ਤੁਸੀਂ ਆਪਣੀ ਫੀਡਬੈਕ ਭੇਜਦੇ ਰਹੇ ਨੇ ਉਹਦੇ ਲਈ ਬੜੇ ਧੰਨਵਾਦੀ ਹਾਂ ਦੇਖਦੇ ਰਹਿਣਾ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ